ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਅ ਵੈਰੀ ਗੁੱਡ ਈਵਨਿੰਗ ਟੂ ਐਵਰੀਬਾਡੀ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਜਿੱਦਾਂ ਕਿ ਸਾਰਿਆਂ ਨੂੰ ਦੱਸਿਆ ਸੀਗਾ ਕਿ ਵੀ ਮੈਂ ਅੱਜ ਖੁਦ ਮੰਡੇ ਵਾਲੇ ਦਿਨ ਜਲੰਧਰ ਦੇ ਵਿੱਚ ਹਾਜ਼ਰ ਹੋਵਾਂਗਾ ਐਂਡ ਅੱਜ ਜਲੰਧਰ ਦੇ ਵਿੱਚ ਹੀ ਕਾਫੀ ਸਾਰੇ ਸਟੂਡੈਂਟਸ ਕਾਫੀ ਜ਼ਿਆਦਾ ਰਸ਼ ਹੈਗਾ ਸੀ ਐਂਡ ਬਹੁਤ ਸਾਰੇ ਸਟੂਡੈਂਟਸ ਨੇ ਆ ਕਰਕੇ ਆਪਣੀ ਪ੍ਰੋਫਾਈਲ ਮੌਕੇ ਦੇ ਉੱਤੇ ਅਸੈਸ ਕਰਾਈ ਐਂਡ ਨਾਲ ਦੇ ਨਾਲ ਜਿਹੜਾ ਵਾ ਉਹ ਆਪਣੀਆਂ ਡਾਕੂਮੈਂਟਸ ਜਿਹੜੇ ਆ ਉਹ ਲੋਜਮੈਂਟ ਵਾਸਤੇ ਦਿੱਤੇ ਕਿ ਜੀ ਇਹ ਸਾਡਾ ਕੇਸ ਜਿਹੜਾ ਪ੍ਰੋਸੈਸ ਕੀਤਾ ਜਾਵੇ। ਕੱਲ੍ਹ ਅੰਮ੍ਰਿਤਸਰ ਦੇ ਵਿੱਚ ਵੀ ਸੇਮ ਤਰੀਕੇ ਦਾ ਰਸ਼ ਦੇਖਣ ਨੂੰ ਮਿਲਿਆ ਐਂਡ ਜਿਹੜਾ ਵਾ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਤੁਹਾਡੇ ਸਾਰਿਆਂ ਦਾ ਬਹੁਤ 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 ਸ਼ੁਕਰਗੁਜ਼ਾਰ ਹਾਂ ਕਿ ਵੀ ਤੁਸੀਂ ਇੰਨਾ ਜ਼ਿਆਦਾ ਪਿਆਰ ਔਰ ਇੰਨੀ ਜ਼ਿਆਦਾ ਸਪੋਰਟ ਹਮੇਸ਼ਾ ਦਿੰਦੇ ਆਏ ਹੋ। ਐਂਡ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਵੀ ਜਿਹੜੀ ਅੱਜ ਮੈਂ ਆਪਣੇ ਕਲਾਇੰਟਸ ਨੂੰ ਵੀ ਕਹੀ ਸੀਗੀ ਅੱਜ ਜਦੋਂ ਸ਼ਾਮ ਨੂੰ ਮੈਂ ਫੇਸਬੁੱਕ ਤੇ ਲਾਈਵ ਹੋਵਾਂਗਾ ਤੇ ਆਹ ਵਾਲੀ ਚੀਜ਼ ਮੈਂ ਜ਼ਰੂਰ ਜਿਹੜਾ ਵਾ ਤੁਹਾਡੇ ਸਾਰਿਆਂ ਦਾ ਥੈਂਕਸ ਕਹਾਂਗਾ ਕਿ ਵੀ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਸਪੋਰਟ ਐਂਡ ਜਿਹੜਾ ਕਹਿ ਲਓ ਕਿ ਵੀ ਖੁਸ਼ੀ ਜਿਹੜੀ ਹੈ ਉਹ ਮਿਲੀ ਹੈਗੀ ਹੈ ਤੁਹਾਡੇ ਸਾਰਿਆਂ ਤੋਂ ਕਿ ਜੀ ਜਿਹੜੀ ESS ਦੀ ਨਵੀਂ ਪਾਲਿਸੀ ਆਈ ਹੈ ਕਿ ਜੀ ਕੋਈ ਵੀ ਫੀਸ ਵੀਜ਼ਾ ਲੱਗਣ ਤੋਂ ਪਹਿਲੇ ਕੰਪਨੀ ਦੇ ਜਿਹੜੇ ਚਾਰਜਿਸ ਆ ਉਹ ਕੋਈ ਵੀ ਨਹੀਂ ਲਿੱਤੇ ਜਾਣਗੇ ਐਂਡ ਕੰਪਨੀ ਨੇ ਆਪਣੀ ਪ੍ਰੋਸੈਸਿੰਗ ਫੀਸ ਐਪਲੀਕੇਸ਼ਨ ਫੀਸ ਜਿਹੜੀ ਅੰਬੈਸੀ ਦੇ ਵਿੱਚ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ ਉਹ ਵੀ ਖੁਦ ਇਨਵੈਸਟ ਕਰਨ ਦਾ ਜਿਹੜਾ ਵਾ ਉਹ ਫੈਸਲਾ ਲਿੱਤਾ ਵਾ ਐਂਡ ਕਾਫੀ ਸਾਰੇ ਕੇਸਿਸ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਕੀਤੀ। ਖੁਸ਼ੀ ਇਸ ਕਰਕੇ ਮਿਲੀ ਕਿਉਂਕਿ ਜਦੋਂ ਸਟੂਡੈਂਟਸ ਆ ਕੇ ਮਿਲੇ ਦੋ ਸਟੂਡੈਂਟ ਇੱਦਾਂ ਦੇ ਸੀ ਜਿਨ੍ਹਾਂ ਦੀ ਐਪਲੀਕੇਸ਼ਨ ਕਿਸੇ ਹੋਰ ਕੋਲੋਂ ਰਿਜੈਕਟ ਹੋ ਐਂਡ ਰਿਜੈਕਸ਼ਨ ਤੋਂ ਬਾਅਦ ਅੱਜ ਦੁਬਾਰਾ ਆਏ ਕਿ ਜੀ ਅਸੀਂ ਆਪਣਾ ਕੇਸ ਹੁਣ ਤੁਹਾਡੇ ਕੋਲੋਂ ਪ੍ਰੋਸੈਸ ਕਰਾਉਣਾ ਚਾਹੁੰਦੇ ਹਾਂ। ਉਹਦਾ ਰੀਜ਼ਨ ਇੱਕ ਸੀ, ਮੈਂ ਕਿਹਾ ਯਾਰ ਤੁਸੀਂ ਪਹਿਲੇ ਐਪਲੀਕੇਸ਼ਨ ਕਿਉਂ ਨਹੀਂ ਦਰਜ ਕਰੀ, ਕਹਿੰਦੇ ਜੀ ਪਹਿਲੇ ਇਸ ਕਰਕੇ ਨਹੀਂ ਲਾਈ ਕਿਉਂਕਿ ਸਾਨੂੰ ਇਹ ਡਰ ਲੱਗਦਾ ਸੀ ਕਿ ਜੇ ਸਾਡਾ ਵੀਜ਼ਾ ਨਹੀਂ ਲੱਗਾ ਤਾਂ ਸਾਡੀ ਐਪਲੀਕੇਸ਼ਨ ਫੀਸ ਖਰਾਬ ਹੋ ਜਾਏਗੀ, ਜਿੰਨੀ ਤੁਹਾਡੇ ਕੋਲ ਨੌਲੇਜ ਹੈ ਐਂਡ ਉਹਦੇ ਬੇਸਿਸ ਦੇ ਉੱਤੇ ਅਸੀਂ ਤੁਹਾਡੇ ਕੋਲੋਂ ਫਾਈਲ ਲਾਉਣਾ ਚਾਹੁੰਦੇ ਸੀਗੇ ਬਟ ਫਾਈਲ ਨਹੀਂ ਲਾਈ ਕਿਉਂਕਿ ਸਾਨੂੰ ਜਿਹੜਾ ਵਾ ਪ੍ਰੋਸੈਸਿੰਗ ਫੀਸ ਜਿਹੜੀ ਐਪਲੀਕੇਸ਼ਨ ਫੀਸ ਹੈਗੀ ਸੀ ਉਹ ਗੁਆਚਣ ਦਾ ਹਮੇਸ਼ਾ ਡਰ ਸੀ। ਬਟ ਇਹ ਜਿਹੜੀ ਤੁਸੀਂ ਨਵੀਂ ਚੀਜ਼ ਸ਼ੁਰੂ ਕਰਤੀ ਕਿ ਜੀ ਚਾਹੇ ਉਹ ਕਿਸੇ ਨੇ ਕੋਈ ਫੰਡਸ ਦੇ ਪੈਸੇ ਦਿੱਤੇ ਆ ਕਿਉਂਕਿ ਇਹ ਚੀਜ਼ਾਂ ਬਹੁਤ ਸੁਣਨ ਨੂੰ ਮਿਲਦੀਆਂ ਕਿ ਜੀ ਇਹ ਫੰਡਾਂ ਦੇ ਪੈਸੇ ਬੱਚਿਆਂ ਦੇ ਖਰਾਬ ਹੋ ਜਾਂਦੇ ਆ, ਐਪਲੀਕੇਸ਼ਨ ਫੀਸ ਖਰਾਬ ਹੋ ਜਾਂਦੀ ਹੈ, ਪ੍ਰੋਸੈਸਿੰਗ ਫੀਸ ਖਰਾਬ ਹੋ ਜਾਂਦੀ ਹੈ, ਈਵਨ ਕਿ ਐਮਬੈਸੀ ਦੀ ਫੀਸ ਖਰਾਬ ਹੁੰਦੀ ਹੈ। ਮੈਂ ਪਹਿਲੀ ਜਨਵਰੀ ਨੂੰ ਜਦੋਂ ਲਾਈਵ ਹੋਇਆ ਸੀ ਉਦੋਂ ਸਾਰਿਆਂ ਨੂੰ ਇਹ ਚੀਜ਼ ਦੱਸੀ ਸੀ ਕਿ ਭਾਈ 90% ਦਾ ਸਕਸੈਸ ਰੇਟ ਜਿਹੜਾ 2017 ਦੇ ਵਿੱਚ ਕੰਪਨੀ ਨੇ ਡਿਲੀਵਰ ਕੀਤਾ ਐਂਡ ਫਾਈਨਲ ਕੰਪਨੀ ਨੇ ਇਸ ਚੀਜ਼ ਦਾ ਡਿਸੀਜਨ ਲਿੱਤਾ ਕਿ ਭਾਈ ਜਿਹੜੇ 10% ਲੋਕਾਂ ਦਾ ਰਿਜੈਕਟ ਹੋਇਆ ਉਹ 10% ਲੋਕਾਂ ਦੇ ਵੀ ਪੈਸੇ ਖਰਾਬ ਹੋਏ ਹੋਣਗੇ। ਐਂਡ ਜਦੋਂ ਤੁਸੀਂ ਪੈਸੇ ਖਰਾਬ ਹੁੰਦੇ ਬੱਚੇ ਦਾ ਕੰਫੀਡੈਂਸ ਲੈਵਲ ਘੱਟ ਜਾਂਦਾ ਕਿ ਜੇਕਰ 90% ਲੋਕਾਂ ਤੋਂ ਇਹ ਕੰਪਨੀ ਨੇ ਪੈਸੇ ਕਮਾਏ ਆ ਤੇ 10% ਲੋਕਾਂ ਦੇ ਉੱਤੇ ਇਨਵੈਸਟ ਕਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਪ੍ਰੋਬਲਮ ਹੈ ਜਾਂ ਕੋਈ ਦਿੱਕਤ ਵਾਲੀ ਚੀਜ਼ ਹੈਗੀ ਹੈ। ਸੋ ਜਿਹਦੇ ਕਰਕੇ ਹੀ ਸਾਰਿਆਂ ਨੇ ਬਹੁਤ ਜ਼ਿਆਦਾ ਸਰਾਹਿਆ ਐਂਡ ਇਸ ਚੀਜ਼ ਦਾ ਮੈਂ ਹੱਥ ਬੰਨ੍ਹ ਕੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਆਪਣੀ ਸਪੋਰਟ ਆਪਣਾ ਪਿਆਰ ਇਸੇ ਤਰੀਕੇ ਦਿੰਦੇ ਜਾਓ ਤਾਂ ਜੋ ਇਹ ਤੁਹਾਡੇ ਹਿੱਤਾਂ ਦੇ ਵਿੱਚ ਹੋਰ ਜਿੰਨੇ ਵੀ ਵੱਧ ਤੋਂ ਵੱਧ ਜਿਹੜੀਆਂ ਵੈ ਚੀਜ਼ਾਂ ਜੇਕਰ ਅੱਜ ਵੀ ਕੋਈ ਚੇਂਜ ਕਰਨ ਵਾਲੀਆਂ ਹੈ ਤੇ ਉਹ ਜ਼ਰੂਰ ਕਰਾਂਗੇ। ਆਪਣੇ ਜਿਹੜੇ ਹੈਗੇ ਪਰਸਨਲ ਮੈਨੂੰ ਈਮੇਲ ਕਰਨਾ ਚਾਹੁੰਦੇ ਹੋ ਕਿਸੇ ਵੀ ਸੁਜੈਸ਼ਨ ਤੋਂ, ਕਿਉਂਕਿ ਜਿੰਨਾ ਤੁਸੀਂ ਗਾਈਡ ਕਰੋਗੇ ਜਾਂ ਗਰਾਊਂਡ ਜ਼ੀਰੋ ਦੇ ਉੱਤੇ ਰਹਿ ਕਰਕੇ ਜਿਸ ਤਰੀਕੇ ਨਾਲ ਸਾਨੂੰ ਐਡਵਾਈਸ ਕਰਦੇ ਰਹੋਗੇ ਉਹਨੂੰ ਸੁਣ ਕੇ ਜਿਹੜੇ ਅੱਜ ਡੇ ਬਾਈ ਡੇ ਅਸੀਂ ਵੀ ਨਾਲ ਤੁਹਾਡੇ ਤਰੱਕੀ ਕਰਦੇ ਹਾਂ। ਸੋ ਗੱਲ ਕਰਦੇ ਹਾਂ ਅਸੀਂ ਹੁਣ ਜਿਹੜਾ ਅੱਜ ਦੇ ਡੇਟ ਦੇ ਵਿੱਚ ਹੋਟ ਟੌਪਿਕ ਚੱਲ ਰਿਹਾ ਹੈ ਜੀ ਸਟੂਡੈਂਟ ਵੀਜ਼ਾਸ ਦਾ, ਕਿ ਵੀ ਜਿਹੜੇ ਸਟੂਡੈਂਟ ਬਾਹਰ ਪੜ੍ਹਨ ਲਈ ਜਾਣਾ ਚਾਹੁੰਦੇ ਨੇ ਪਾਲਿਸੀਆਂ ਚੇਂਜ ਹੁੰਦੀਆਂ, ਲੋਕੀ ਅਪਲਾਈ ਕਰਦੇ ਨੇ, ਲੋਕਾਂ ਦੇ ਵੀਜ਼ੇ ਲੱਗ ਜਾਂਦੇ ਨੇ, ਕਈਆਂ ਦੇ ਰਿਜੈਕਟ ਹੋ ਜਾਂਦੇ ਨੇ। ਆਸਟ੍ਰੇਲੀਆ ਜੇਕਰ ਕਿਸੇ ਵੀ ਸਟੂਡੈਂਟ ਨੇ ਅਪਲਾਈ ਕਰਨਾ, ਮੈਂ ਮੋਟੀਆਂ ਮੋਟੀਆਂ ਟਿਪਸ ਜ਼ਰੂਰ ਦੇਣਾ ਚਾਹਾਂਗਾ। ਅੱਜ 12ਵੀਂ ਉਹਦੀ ਕੁਆਲੀਫਿਕੇਸ਼ਨ ਘੱਟੋ ਘੱਟ ਹੋਣੀ ਚਾਹੀਦੀ ਹੈ, 65% ਨੰਬਰ ਹੋਣ, ਆਲਸ ਵਿੱਚ 6 ਬੈਂਡ ਹੋਣ, ਆਪਣੀ ਐਪਲੀਕੇਸ਼ਨ ਕਾਗਜ਼ ਕਿਸੇ ਕਾਉਂਸਲਿੰਗ ਦੀ ਜ਼ਰੂਰਤ ਨਹੀਂ, ਆਪਣੇ ਕਾਗਜ਼ ਲੈ ਜਾ ਕੇ ਸਵੇਰੇ ਐਪਲੀਕੇਸ਼ਨ ਦਰਜ ਕਰ ਦਿਉ ਕਿ ਵੀ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਹੈ, ਉਹਦੇ ਵਿੱਚ ਕੋਈ ਐਪਲੀਕੇਸ਼ਨ ਫੀਸ ਨਹੀਂ ਦੇਣੀ ਹੈ, ਕੋਈ ਅੰਬੈਸੀ ਦੀ ਫੀਸ ਨਹੀਂ ਦੇਣੀ, ਠੀਕ ਹੈ। ਹੋਰ ਵੀ ਜਿਸ ਤਰੀਕੇ ਦੀ ਕੋਈ ਸਪੋਰਟ ਚਾਹੀਦੀ ਹੈ ਉਹ ਕੰਪਨੀ ESS ਗਲੋਬਲ ਜਿਹੜਾ ਉਹ ਤੁਹਾਡੀ ਸਪੋਰਟ ਵਾਸਤੇ ਖੜਾ ਹੈ। ਤੁਹਾਡਾ ਤੁਹਾਡੇ ਨਾਲ ਇੱਕੋ ਚੀਜ਼ ਦਾ ਪ੍ਰੋਮਿਸ ਹੈ ਕਿ ਵੀ 2018 ਦੇ ਵਿੱਚ ਕੋਈ ਵੀ ਐਪਲੀਕੇਸ਼ਨ ਦਰਜ ਕਰਦਾ ਉਹਦਾ ਨਿੱਕਾ ਪੈਸਾ ਖਰਾਬ ਨਹੀਂ ਹੋਣ ਦਊਗਾ, ਚਾਹੇ ਉਹ ਤੁਸੀਂ ਕਹਿ ਲਓਗੇ ਵੀ ਪ੍ਰੋਸੈਸਿੰਗ ਫੀਸ ਹੈ, ਐਮਬੈਸੀ ਫੀਸ ਹੈ, ਫੰਡਾਂ ਦੇ ਨਾਂ ਤੋਂ ਹੈ ਜਾਂ ਫਿਰ ਉਹ ਇਹ ਫੀਸ ਟ੍ਰਾਂਸਫਰ ਕੁਛ ਵੀ ਚੀਜ਼ ਹੈ ਐਪਲੀਕੇਸ਼ਨ ਦਾ, ਮੈਂ ਤੁਹਾਡਾ ਕੋਈ ਪੈਸਾ ਨਹੀਂ ਖਰਾਬ ਹੋਣ ਦੇਵਾਂਗਾ, ਇਹ ਚੀਜ਼ ਦਾ ਪ੍ਰੋਮਿਸ ਹੈ ਜੇਕਰ ਤੁਹਾਡੀ ਫਾਈਲ ESS ਗਲੋਬਲ ਲੈਂਦਾ ਹੈ ਤਾਂ। ਤੁਸੀਂ ਵਿਆਹੇ ਜੇ ਗ੍ਰੈਜੂਏਟ ਹੈਗੇ ਹੋ, ਤੁਸੀਂ ਆਪਣਾ ਜਿਹੜਾ ਵਾ ਗ੍ਰੈਜੂਏਸ਼ਨ ਕੀਤੀ ਹੈ, BEd ਕੀਤੀ ਹੈ, BCOM ਕੀਤੀ ਹੈ ਜਾਂ ਮਾਸਟਰਸ ਵੀ ਕੀਤੀ ਹੈ,
ਐਂਡ ਉਹਦੇ ਬਾਅਦ ਚੋਂ ਕਾਫੀ ਟਾਈਮ ਹੋ ਗਿਆ ਜੇ ਪੜ੍ਹਾਈ ਛੱਡੇ ਹੋਏ ਐਂਡ ਦੈਟ ਜਿਹੜੀ ਪੜ੍ਹਾਈ ਤੁਸੀਂ ਛੱਡੀ ਹੋਈ ਆ ਉਹਦੇ ਬਾਅਦ ਚੋਂ ਤੁਸੀਂ ਆਪਣਾ ਤੁਹਾਡੇ ਕੋਲ ਜੇ ਐਕਸਪੀਰੀਅੰਸ ਹੈ ਦੈਨ ਤੁਸੀਂ ਆਪਣਾ ਕੇਸ ਦਰਜ ਕਰ ਸਕਦੇ ਹੋ। ਮੈਂ ਜਿਹੜੇ ਸਪਾਊਸ ਕੇਸਿਸ ਹੈ ਇਸ ਵੇਲੇ ਜਿਹੜੀਆਂ ਉੱਥੇ ਯੂਨੀਵਰਸਿਟੀਜ਼ ਹੈ ਆਸਟ੍ਰੇਲੀਆ ਦੇ ਵਿੱਚ 39 ਯੂਨੀਵਰਸਿਟੀਜ਼ ਦੇ ਵਿੱਚੋਂ ਸਿਰਫ ਔਰ ਸਿਰਫ ਜਿਹੜਾ ਆਈਬੀਏ ਜਿਹੜੀ ਐਪਲੀਕੇਸ਼ਨ ਚੁੱਕੀ ਜਾ ਰਹੀ ਹੈ ਉਹ ਹੀ ਚੁੱਕੀ ਜਾ ਰਹੀ ਹੈ ਕਿ ਵੀ ਜਿਹੜੇ ਸਟੂਡੈਂਟ ਗ੍ਰੈਜੂਏਟ ਹੈ। 12ਵੀਂ ਵਾਲਾ ਸਟੂਡੈਂਟ ਜੇਕਰ ਹੈਗਾ ਵਾ ਤੇ 12ਵੀਂ ਵਾਲਾ ਸਟੂਡੈਂਟ ਅੱਜ ਦੀ ਡੇਟ 'ਚ ਕਿਉਂਕਿ ਸੀਟਸ ਅਵੇਲੇਬਲ ਨਹੀਂ ਹੈਗੀਆਂ, ਮੈਂ ਆਸਟ੍ਰੇਲੀਆ ਦੀ ਅਜੇ ਗੱਲ ਕਰ ਰਿਹਾ, ਸੀਟਸ ਅਵੇਲੇਬਲ ਨਹੀਂ ਹੈ ਕਿ ਵੀ 12ਵੀਂ ਵਾਲੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਹਜੇ ਅਸੀਂ ਉਹ ਆਪਣਾ ਸੱਦਾ ਦੇ ਸਕੀਏ। ਟਾਈਮ ਆਊਗਾ, ਜਨਵਰੀ ਬੀਤ ਲੈਣ ਦਿਓ, ਫੈਬਰੀ ਬੀਤ ਲੈਣ ਦਿਓ, ਹੋ ਸਕਦਾ ਫੈਬਰੀ ਐਂਡ ਦੇ ਵਿੱਚ ਅਸੀਂ ਅਨਾਊਂਸਮੈਂਟ ਕਰੀਏ ਕਿ ਜੇ 12ਵੀਂ ਕੀਤੀ ਹੈ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤੇ ਜਾ ਸਕਦੇ ਹੋ। ਸੋ ਜੇਕਰ ਸਪਾਊਸ ਦੇ ਨਾਲ ਜਾਣਾ ਤਦ ਵੀ ਮੈਨੂੰ ਬੈਂਡਸ ਦੀ ਰਿਕੁਆਇਰਮੈਂਟ 6 ਹੀ ਚਾਹੀਦੀ ਹੈ। ਬੈਂਡ ਤੁਹਾਡੇ 6 ਹੈਗੇ ਹੈ, ਗ੍ਰੈਜੂਏਟ ਹੈਗੇ ਹੋ, ਵਿਆਹ ਚਾਹੇ ਤੁਹਾਡਾ ਨਵਾਂ ਹੋਇਆ ਚਾਹੇ ਪੁਰਾਣਾ ਹੈ, ਕੋਈ ਉਸ ਚੀਜ਼ ਦਾ ਫਰਕ ਨਹੀਂ ਹੈ। ਵਿਆਹ ਜੈਨੂਇਨ ਹੋਣਾ ਚਾਹੀਦਾ, ਜੇਕਰ ਵਿਆਹ ਜੈਨੂਇਨ ਹੈ ਦੈਨ ਤੁਸੀਂ ਆਪਣਾ ਕੇਸ ਦਰਜ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ। ESS ਗਲੋਬਲ ਦੇ ਜਿਹੜੇ ਆਫਿਸਿਸ ਹੈ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਐਂਡ ਬਠਿੰਡਾ ਦੇ ਵਿੱਚ ਆਫਿਸਿਸ ਹੈ, 6 ਆਫਿਸ ਹੈ ESS ਗਲੋਬਲ ਦੇ ਪੰਜਾਬ ਦੇ ਵਿੱਚ। ਆਪਣੇ ਸਾਰੇ ਓਰੀਜਨਲ ਡਾਕੂਮੈਂਟਸ ਲਿਜਾ ਕਰਕੇ ਮੌਕੇ ਤੇ ਅਸੈਸ ਕਰਾ ਕੇ ਸਕੈਨ ਕਰਕੇ ਡਾਕੂਮੈਂਟਸ ਵਾਪਸ ਲੈ ਜਾਣੇ ਆ ਐਂਡ ਆਪਣਾ ਜਿਹੜਾ ਵਾ ਕੇਸ ਚਾਲੂ ਕਰਵਾ ਸਕਦੇ। ਫੰਡਸ ਦੀ ਗੱਲ ਆਉਂਦੀ ਹੈ, ਜਿਹੜਾ ਸਿੰਗਲ ਜੇਕਰ ਤੁਸੀਂ ਅਪਲਾਈ ਕਰ ਰਹੇ ਹੋ, ਵਿਆਹ ਨਹੀਂ ਹੈਗੇ, 20 ਲੱਖ ਰੁਪਇਆ ਤੁਹਾਨੂੰ ਫੰਡ ਸ਼ੋਅ ਕਰਨ ਦੀ ਜ਼ਰੂਰਤ ਹੈ। ਸਪਾਊਸ ਹੋ, ਸਪਾਊਸ ਦੇ ਨਾਲ ਤੁਸੀਂ ਕਰ ਰਹੇ ਹੋ, 30-35 ਲੱਖ ਰੁਪਇਆ ਫੰਡ ਦਿਖਾਉਣ ਦੀ ਜ਼ਰੂਰਤ ਹੈ। ਇਨਕਮ ਦੇ ਡਾਕੂਮੈਂਟਸ ਤੁਸੀਂ ਦੇ ਰਹੇ ਕਿ ਪਰਿਵਾਰ ਦੀ ਆਮਦਨੀ ਕੀ ਹੈ। ਆਮ ਤੌਰ ਤੇ ਦੇਖਿਆ ਜਾਂਦਾ GTE ਦੇ ਤਹਿਤ ਜਿਹੜਾ ਐਪਲੀਕੇਸ਼ਨ ਰਿਜੈਕਟ ਹੋ ਜਾਂਦਾ। GTE ਦੇ ਵਿੱਚ ਕਾਫੀ ਵਾਰੀ ਬਹੁਤ ਸਾਰਾ ਟਾਈਮ ਵੀ ਲੱਗਦਾ ਗਾ। ਸੋ GTE ਦਾ ਬੇਸਿਕਲੀ ਮੈਂ ਬਹੁਤ ਸਾਰੇ ਆਪਣੇ ਟਾਕ ਸ਼ੋਅਜ਼ ਦੇ ਵਿੱਚ, ਫੇਸਬੁੱਕ ਦੇ ਮੀਡੀਅਮ ਦੇ ਰਾਹੀਂ ਆਹ ਚੀਜ਼ਾਂ ਕਲੀਅਰ ਕੀਤੀਆਂ ਕਿ ਵੀ GTE ਦਾ ਮੇਨ ਪਰਪਸ ਕੀ ਹੈ। ਉਹਨਾਂ ਨੇ ਇੱਕੋ ਚੀਜ਼ ਦੇਖਣੀ ਹੁੰਦੀ ਹੈ ਕਿ ਤੁਸੀਂ ਅਕੈਡਮਿਕਲੀ ਸਟਰੋਂਗ ਹੋ, ਜਿਹੜਾ ਕੋਰਸ ਸਿਲੈਕਟ ਕੀਤਾ ਉਹ ਤੁਹਾਡੀ ਪ੍ਰੋਗਰੈਸ਼ਨ ਦੇ ਵਿੱਚ ਜਾ। ਤੁਸੀਂ ਜਿਹੜੀ SOP ਦੇ ਵਿੱਚ ਲਿਖਿਆ ਕਿ ਕੋਰਸ ਖਤਮ ਕਰਨ ਤੋਂ ਬਾਅਦ ਕੀ ਕਰੋਗੇ, ਜਿਹੜਾ ਕੋਰਸ ਸਿਲੈਕਟ ਕੀਤਾ ਵਾਕਈ ਹੀ ਉਹ ਰਿਐਲਿਟੀ ਹੈ ਜਾਂ ਉਹ ਹਵਾ ਦੇ ਵਿੱਚ ਹੀ ਗੱਲਾਂ। ਫਿਰ ਉਹਦੇ ਬਾਅਦ ਚੋਂ ਜਦੋਂ ਅਕੈਡਮਿਕ ਆਪਣਾ ਜਿਹੜਾ ਵਾ ਕੰਪਲੀਟ ਹੋ ਜਾਂਦਾ ਦੈਨ ਦੂਸਰਾ ਸਟੇਜ ਆਉਂਦਾ ਵਾ ਜਿਹਦੇ 'ਚ ਚੈੱਕ ਕਰਦੇ ਆ ਕਿ ਤੁਹਾਡੇ ਕੋਲ ਇੰਨੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈ, ਕਿ ਤੁਹਾਡੇ ਕੋਲ ਇੰਨੇ ਤੁਸੀਂ ਸਮਰੱਥਾ ਹੈ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਨ ਲਈ ਭੇਜਦੇ ਪਏ ਹੋ ਤੇ ਤੁਸੀਂ ਅਫੋਰਡ ਕਰ ਸਕਦੇ ਹੋ ਬੱਚਿਆਂ ਦੇ ਬਾਹਰ ਜਾ ਕਰਕੇ ਪੜ੍ਹਨਾ। ਜੇ ਯੈਸ, ਤੇ ਫਿਰ ਉਹਦੇ ਵਿੱਚ ਉਹਨਾਂ ਨੇ ਤੁਹਾਡੇ ਫੰਡਸ ਦੇਖਣੇ ਹੁੰਦੇ ਆ ਕਿ ਵੀ ਫੰਡਸ ਮਿਲਦੇ ਕੋਲ ਆਪਣੇ ਪਏ ਹੋਏ ਆ। ਇਹ ਤਾਂ ਨਹੀਂ ਗਾ ਕਿ ਵੀ ਨਵੇਂ ਅੱਜ GTE ਭੇਜੀ ਹੈ ਤੇ ਹਫ਼ਤਾ ਪਹਿਲੇ ਤੁਸੀਂ ਫੰਡਸ ਪੁਆਏ ਹੋਏ। ਸੋ ਦੂਸਰੀ ਚੀਜ਼ ਉਹਨਾਂ ਨੇ ਦੇਖਣੀ ਹੈ, ਫੰਡਸ ਵੀ ਹੋ ਜਾਂਦੇ ਆ ਤੇ ਤੀਸਰੀ ਚੀਜ਼ ਆ ਜਾਂਦੀ ਹੈ ਕਿ ਪਰਿਵਾਰ ਦੀ ਇੰਨੀ ਆਮਦਨੀ ਹੈ ਕਿ ਵੀ ਉਹ ਜੇਕਰ ਇਹ ਇੱਕ ਅਮਾਊਂਟ ਹੈ ਜਿਹੜਾ ਪੈਸਾ ਉਹਨਾਂ ਨੇ ਖਰਚਣਾ ਜਦੋਂ ਬੱਚੇ ਬਾਹਰ ਜਾ ਕਰਕੇ ਪੜ੍ਹਨਗੇ ਤੇ ਪਰਿਵਾਰ ਤੇ ਕੋਈ ਵੀ ਫਾਈਨੈਂਸ਼ੀਅਲ ਬਰਡਨ ਨਹੀਂ ਆਊਗਾ ਕਿਉਂਕਿ ਬੱਚਾ ਕਿਸੇ ਕਰਕੇ ਪੜ੍ਹਾਈ ਤੇ ਨਹੀਂ ਛੱਡੇਗਾ। ਸੋ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਆਸਟ੍ਰੇਲੀਆ ਦਾ ਅੱਜ ਦੀ ਡੇਟ 'ਚ ਜਿਹੜਾ ਕੇਸ ਹੈਗਾ ਵਾ, ਅੱਜ ਤੁਸੀਂ ਕੇਸ ਸ਼ੁਰੂ ਕਰਨ ਨੂੰ ਤਕਰੀਬਨ 90-120 ਦਿਨਾਂ ਦਾ ਟਾਈਮ ਜਿਹੜਾ ਟਰਨ ਅਰਾਊਂਡ ਉਹ ਟਾਈਮ ਚਾਹੀਦਾ ਵਾ ਜਿਹੜਾ ਲੱਗਦਾ ਹੈਗਾ ਵਾ। ਸੋ ਜੁਲਾਈ ਇਨਟੇਕ ਦੇ ਅੱਗੇ ਦਾਖਲੇ ਚਾਲੂ ਹੈ। ਜਿਹੜਾ ਵੀ ਸਟੂਡੈਂਟ ਅੱਗੇ ਜੁਲਾਈ ਇਨਟੇਕ ਵਾਸਤੇ ਆਪਣਾ ਕੇਸ ਲਾਉਣਾ ਚਾਹੁੰਦਾ ਵਾ, ਮਿਨੀਮਮ ਆਇਲਸ ਜਿਹੜਾ ਹੈਗਾ ਓਵਰਆਲ ਸਾਨੂੰ 6 ਬੈਂਡ ਚਾਹੀਦੇ ਹੈਗੇ ਆ। 6 ਬੈਂਡ ਹੈਗੇ ਆ, 12ਵੀਂ 2016 'ਚ ਕੀਤੀ ਹੈ, 12ਵੀਂ ਵਾਲਾ ਸਟੂਡੈਂਟ ਕਰ ਸਕਦਾ ਐਂਡ ਜਾਂ 2017 ਦੇ ਵਿੱਚ ਕੀਤੀ ਹੈ। ਤੇ ਜਿਹੜਾ ਹੈਗਾ ਵਾ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਆ, ਅੱਜ 5 ਸਾਲ ਹੋ ਗਏ ਜੀ, 10 ਸਾਲ ਹੋ ਗਿਆ ਜੀ ਪੜ੍ਹਾਈ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ, ਹੁਣ ਜਿਹੜਾ ਉਹਦੇ ਬਾਅਦ ਚੋਂ ਕੰਮ ਕਰ ਰਹੇ ਆ, ਵਰਕ ਐਕਸਪੀਰੀਅੰਸ ਜੈਨੂਇਨ ਹੈਗਾ ਵਾ, ਜਿਹੜਾ ਖਾਤੇ ਸੈਲਰੀ ਆ ਰਹੀ ਹੈ, ਸਾਰੀ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਕੰਪਲੀਟ ਹੈ, ਸਾਨੂੰ ਕੇਸ ਲੈਣ ਦੇ ਵਿੱਚ ਕੋਈ ਵੀ ਹਰਜ ਨਹੀਂ ਹੈਗਾ। ਹੁਣ ਤੁਰਦੇ ਹਾਂ ਅਸੀਂ ਕੈਨੇਡਾ ਵਾਲੇ ਬੰਨੇ। ਕੈਨੇਡਾ ਦੇ ਵਿੱਚ ਇਹ SPP ਕਾਲਜਾਂ ਦਾ ਬਹੁਤ ਦੇਰ ਤੋਂ ਚੱਲ ਰਿਹਾ ਕਿ ਜੀ ਮਈ ਇਨਟੇਕ ਦੇ ਦਾਖਲੇ ਜਿਹੜੇ ਆ ਬਹੁਤ ਟਾਵਾਂ ਸੀਟਾਂ ਰਹੀਆਂ ਵਾ, ਹੈਗੀਆਂ ਹੀ ਨਹੀਂ ਅਵੇਲੇਬਲ। ਸੋ ਕਾਫੀ ਸਟੂਡੈਂਟਸ ਅੱਜ ਮਿਲੇ, ਉਹਨਾਂ ਨੇ ਇਹ ਚੀਜ਼ ਕਹੀ, ਮਈ ਇਨਟੇਕ ਵਾਸਤੇ ਕੀ ਅਸੀਂ ਕੇਸਿਸ ਲੈ ਰਹੇ ਹਾਂ, ਮਈ ਇਨਟੇਕ ਦੇ ਵਿੱਚ ਕਾਫੀ ਸਾਰੀਆਂ ਹਜੇ ਸੀਟਸ ਅਵੇਲੇਬਲ ਹੈ। ਪਹਿਲੇ ਸਿਰਫ ਔਰ ਸਿਰਫ ਹੁੰਦਾ ਸੀ ਕਿ ਵੀ ਸਟੂਡੈਂਟ ਇਕੱਲਾ SPP ਕਾਲਜ ਵਾਲੇ ਬੰਨੇ ਧਿਆਨ ਦਿੰਦਾ ਸੀ ਕਿ ਮੈਂ SPP ਕਾਲਜ ਜਾਣਾ, ਤੇ ਅੱਜ ਦੀ ਡੇਟ ਦੇ ਵਿੱਚ 4000 ਤੋਂ ਜ਼ਿਆਦਾ ਇੰਸਟੀਟਿਊਟਸ ਹੈਗੇ ਹੈ ਐਂਡ ਕਿਤੇ ਵੀ ਸਟੂਡੈਂਟ ਜਾ ਕਰਕੇ ਅਪਲਾਈ ਕਰ ਸਕਦਾ ਵੈ, ਕਿਤੇ ਵੀ ਕੋਈ ਦਿੱਕਤ ਨਹੀਂ ਹੈ। ਜਿਸ ਤਰੀਕੇ ਦੇ ਨਾਲ ਜਨਵਰੀ ਦੇ ਰਿਜ਼ਲਟ ਰਹੇ 90% ਤੋਂ ਉੱਤੇ ਦੇ, ਓਵਰਆਲ ਕੰਪਨੀ ਦਾ ਜਿਹੜਾ ਮੈਂ ਸਕਸੈਸ ਰੇਟ ਦੱਸਿਆ ਸੀ 90% ਹੈ ਐਂਡ ਜਿਹੜਾ 90% ਤੋਂ ਉੱਪਰ ਕੈਨੇਡਾ ਦੇ ਜਿਹੜੇ ਹੈ ਕਿ ਜਨਵਰੀ ਇਨਟੇਕ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲੇ।
ਮਈ ਇਨਟੇਕ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਆਪਣਾ ਕੇਸ ਦਰਜ ਕਰ ਸਕਦੇ ਹੋ ਅੱਜ ਕੇਸ ਦਰਜ ਕਰਦੇ ਹੋ ਤੇ ਤਕਰੀਬਨ ਅਸੀਂ 4 ਹਫ਼ਤੇ ਤੋਂ ਲੈ ਕਰਕੇ 6 ਹਫ਼ਤੇ ਦਾ ਟਰਨ ਅਰਾਊਂਡ ਟਾਈਮ ਰੱਖਿਆ ਕਿ ਵੀ ਅੱਜ ਜੇਕਰ ਕੇਸ ਆਉਂਦਾ ਵਾ 6 ਹਫ਼ਤੇ ਦੇ ਵਿੱਚ ਮਈ ਇਨਟੇਕ ਵਾਸਤੇ ਵੀ ਐਪਲੀਕੇਸ਼ਨ ਦਰਜ ਕਰ ਸਕਦੇ ਹੈਗੇ ਆ ਸੋ ਇਹ ਆਪਣਾ ਚੋਇਸ ਹੈ ਤੁਸੀਂ ਚਾਹੇ ਉਹ ਆਪਣਾ ਜੀ ਟੀ ਏ ਦੇ ਵਿੱਚ ਜਾਣਾ ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜਾਣਾ ਟੋਰਾਂਟੋ ਏਰੀਆ ਬਹੁਤ ਵੱਡਾ ਹੈ ਬਰੈਂਪਟਨ ਦੇ ਵਿੱਚ ਜਾਣਾ ਜੀ ਮਿਸੀਸਾਗਾ ਜਾਣਾ ਕਿਚਨਰ ਜਾਣਾ ਜਾਂ ਜਿੱਥੇ ਵੀ ਤੁਹਾਡੇ ਰੈਲੇਟਿਵਸ ਟੋਰਾਂਟੋ ਏਰੀਆ ਦੇ ਵਿੱਚ ਰਹਿੰਦੇ ਹੋ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਹੋ ਉੱਥੇ ਕਰ ਸਕਦੇ ਹੋ ਮੌਂਟਰੀਆਲ ਦੇ ਵਿੱਚ ਕਰ ਸਕਦੇ ਹੋ ਨੋਵਾ ਸਕੋਸ਼ੀਆ ਕਰ ਸਕਦੇ ਹੋ ਨਿਊ ਬਰਨਸਵਿਕ ਕਰ ਸਕਦੇ ਹੋ ਜਾਂ ਸਸਕੈਚਵਨ ਜਾਣਾ ਉੱਥੇ ਕਰ ਸਕਦੇ ਹੋ ਵਿਨੀਪੈਗ ਦੇ ਵਿੱਚ ਸੀਟਸ ਹੈ ਕੈਲਗਰੀ ਦੇ ਵਿੱਚ ਸੀਟਸ ਹੈਗੀਆਂ ਜਿੱਥੇ ਕਿ ਵੀ ਇੱਕ ਕਾਫੀ ਲੋਕਾਂ ਦੇ ਰਿਸ਼ਤੇਦਾਰ ਵੀ ਹੈ ਮੈਡੀਸਿਨ ਵਾਲੇ ਕੋਰਸਿਸ ਵਗੈਰਾ ਵਾਸਤੇ ਕਾਫੀ ਪਾਪੂਲਰ ਹੈ ਤੁਸੀਂ ਸਰੀਰ ਦੇ ਵਿੱਚ ਜਾਣਾ ਚਾਹੁੰਦੇ ਹੋ ਵੈਨਕੂਵਰ ਏਰੀਆ 'ਚ ਜਾਣਾ ਚਾਹੁੰਦੇ ਹੋ ਸੀਟਸ ਅਵੇਲੇਬਲ ਹੈ ਮਾਈ ਇਨਟੇਕ ਵਾਸਤੇ ਆਪਣੇ ਕਿਸੇ ਵੀ ESS ਗਲੋਬਲ ਦੇ ਦਫ਼ਤਰਾਂ 'ਚ ਜਾ ਕਰਕੇ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਹੈਗੇ ਹੋ ਤੁਹਾਨੂੰ ਕੋਈ ਵੀ ਪੈਸਾ ਪਹਿਲੇ ਦੇਣ ਦੀ ਜ਼ਰੂਰਤ ਨਹੀਂ ਹੈ ਕੋਈ $100 $500 ਜੇਕਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਐਪਲੀਕੇਸ਼ਨ ਫੀਸ ਹੈਗੀ ਹੈ ਹੁੰਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਫੀਸ ਕਾਫੀ ਕਾਲਜ ਜਾਂ ਯੂਨੀਵਰਸਿਟੀ 'ਚ ਹੁੰਦੀ ਹੈ ਕਾਫੀ ਲੋਕਾਂ ਦੀ ਵੇਵਰ ਵੀ ਹੁੰਦੀ ਹੈ ਸੋ ਜੇਕਰ ਕੋਈ ਵੀ ਐਪਲੀਕੇਸ਼ਨ ਫੀਸ ਹੈਗੀ ਹੈ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਪੈਸਾ ਨਹੀਂ ਪੇ ਕਰਨਾ ਜੋ ਪੈਸੇ ਪੇ ਕਰਨਾ ਹੈ ਕੰਪਨੀ ਨੇ ਆਪਣੇ ਆਪ ਪੇ ਕਰਨੇ ਹੈ ਜਿਹਦੀ ਅੰਬੈਸੀ ਦੀ ਫੀਸ ਹੈਗੀ ਹੈ ਤਕਰੀਬਨ 8,700 ਰੁਪਈਆ 8,700 ਰੁਪਈਆ ਡਿਪੈਂਡ ਕਰਦਾ ਡਾਲਰ ਰੇਟ ਫਲੈਕਚੁਏਟ ਹੁੰਦਾ ਰਹਿੰਦਾ ਉਹ ਅੰਬੈਸੀ ਫੀਸ ਤੁਸੀਂ ਕੋਈ ਪੈਸੇ ਨਹੀਂ ਦੇਣੇ ਅੰਬੈਸੀ ਫੀਸ ਕੰਪਨੀ ਨੇ ਆਪ ਦੇਣੀ ਹੈਗੀ ਹੈ ਮੈਡੀਕਲ ਜਿਹੜਾ ਹੈਗਾ ਵਾ ਉਹ ਡਾਕਟਰੀ ਤੁਸੀਂ ਕਰਾਉਣੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਰਸ਼ ਪੈ ਜਾਣਾ ਕਿਉਂਕਿ ਸਾਰਿਆਂ ਨੂੰ ਪਤਾ ਹੈ 1 ਫਰਵਰੀ ਨੂੰ ਜੀ ਅਨਾਊਂਸਮੈਂਟ ਆਉਣ ਵਾਲੀ ਹੈ ਸੋ ਹਰ ਕੋਈ ਬੰਦਾ ਜਿਹੜਾ ਵਾ ਫਟਾਫਟ 1 ਜਨਵਰੀ ਤੋਂ ਪਹਿਲੇ ਪਹਿਲੇ ਐਪਲੀਕੇਸ਼ਨ ਦਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਬਟ ਮੈਂ ਸਾਰਿਆਂ ਨੂੰ ਇੱਕੋ ਚੀਜ਼ ਕਹਿਣੀ ਚਾਹੁੰਗਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਮੈਂ ਆਪਣੇ ਇੱਕ ਸ਼ੋਅ ਦੇ ਵਿੱਚ ਪਹਿਲੇ ਵੀ ਕਹਿ ਚੁੱਕਾ ਆਪਣੀ ਪ੍ਰੋਫਾਈਲ ਦੇਖੋ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਉਹਦੀ ਪ੍ਰੋਗਰੈਸ਼ਨ ਦੇ ਵਿੱਚ ਕੋਰਸ ਸਿਲੈਕਟ ਕਰੋ ਆਪਣਾ ਪ੍ਰੈਫਰਡ ਏਰੀਆ ਦੇਖੋ ਦੈਨ ਸੋਹਣੇ ਤਰੀਕੇ ਕੇਸ ਅਪਲਾਈ ਕਰੋ ਹਫੜਾ ਦਫੜੀ ਦੀ ਲੋੜ ਨਹੀਂ ਹੈ ਬਿਲਕੁਲ ਠੀਕ ਪਹਿਲੇ ਜਿਸ ਤਰੀਕੇ ਦੇ ਨਾਲ ਚੱਲਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸੇ ਤਰੀਕੇ ਚੱਲੇਗਾ ਹਾਂ ਜੇਕਰ 6.5 ਇੰਚ ਦੀ ਰਿਕੁਆਇਰਮੈਂਟ ਆ ਜਾਂਦੀ ਹੈ ਤੇ ਉਹਦੇ ਵਿੱਚ SDS ਜਿਹੜਾ ਆ ਰਿਹਾ ਹੈਗਾ ਵਾ ਉਹਦੇ ਵਿੱਚ ਕੀ ਰਿਕੁਆਇਰਮੈਂਟ ਹੋਣੀ ਹੈ ਕਿ ਜੀ 1 ਸਾਲ ਦੀ ਫੀਸ ਪੇ ਕਰੋ 6 ਇੰਚ ਕਰੋ ਹੁਣ ਜੇਕਰ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲਾਂ ਅੱਜ ਵੀ ਤੇ 3 ਕੈਟੇਗਰੀਆਂ ਇਕੱਠੀਆਂ ਚੱਲਦੀਆਂ ਪਈਆਂ ਸਟੂਡੈਂਟ SPP ਦੇ ਵਿੱਚ ਅਪਲਾਈ ਕਰਦਾ ਜਨਰਲ ਕੈਟੇਗਰੀ 'ਚ ਅਪਲਾਈ ਕਰਦਾ ਤੇ ਯੂਨੀਵਰਸਿਟੀ ਕੈਟੇਗਰੀ 'ਚ ਅਪਲਾਈ ਕਰਦਾ ਜੇਕਰ ਇਹ ਵੀ ਕੈਟੇਗਰੀ ਨਾਲ ਆ ਜਾਏਗੀ ਹਾਂ SPP ਦੀ ਜਗ੍ਹਾ ਇਹ ਵਾਲੀ ਕੈਟੇਗਰੀ ਹੈਗੀ ਬਟ ਇਹਦਾ ਇਹ ਮਤਲਬ ਨਹੀਂ ਕਿ ਬਾਕੀ ਕੈਟੇਗਰੀਜ਼ ਖਤਮ ਹੋ ਜਾਣਗੀਆਂ ਬਾਕੀ ਜਿਹੜਾ ਰਹਿੰਦੀ ਖੁੰਦੀ ਚੀਜ਼ ਹੈ ਉਹ ਟਾਈਮ ਆਉਣ ਦੇ ਉੱਤੇ ਪਤਾ ਲੱਗੇਗਾ ਬਾਹਰ ਜਿਹੜਾ ਕੈਨੇਡਾ ਵਾ ਕਦੀ ਵੀ ਇਹ ਚੀਜ਼ ਨਹੀਂ ਕਰ ਸਕਦਾ ਕਿ ਜੀ ਮੈਨੂੰ ਬੱਚਾ ਜੇਕਰ ਇੰਗਲਿਸ਼ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਤੇ ਵੀ ਉਹ ਇੰਗਲਿਸ਼ ਦਾ ਅਸੀਂ ਉਹ ਟੋਟਲੀ ਹੀ ਕਾਟਾ ਮਾਰ ਦੇਣਾ ਇਹ ਚੀਜ਼ ਕਦੀ ਨਹੀਂ ਹੋ ਸਕਦੀ ਫਿਲੀਪਾਈਨਸ ਦੇ ਵਿੱਚ ਆਲਰੇਡੀ ਇੰਪਲੀਮੈਂਟਡ ਹੈ ਅਸੀਂ ਉੱਥੋਂ ਦੀ ਪਾਲਿਸੀ ਬੜੇ ਚੰਗੇ ਤਰੀਕੇ ਦੇ ਨਾਲ ਪੜ੍ਹਦੇ ਹਾਂ ਪੜ੍ਹੀ ਹੈ ਸੋ ਕੋਈ ਵੀ ਦਿੱਕਤ ਨਹੀਂ ਆਉਂਦੀਗੀ ਆਰਾਮ ਦੇ ਨਾਲ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਆਰਾਮ ਦੇ ਨਾਲ ਸੋਹਣੇ ਤਰੀਕੇ ਆਪਣੀ ਪ੍ਰੋਫਾਈਲ ਨੂੰ ਦੇਖ ਕਰਕੇ ਆਪਣਾ ਕੇਸ ਦਰਜ ਕਰੋ ਐਂਡ ਕਾਲ ਕੁਨਾ ਬਿਲਕੁਲ ਨਾ ਕਰੋ ਕਿਉਂਕਿ ਪੰਜਾਬੀ 'ਚ ਕਹਾਵਤ ਹੈਗੀ ਹੈ ਨਾ ਕਾਲੀਆਂ ਅੱਗੇ ਟੋਏ ਸੋ ਕਾਲ ਕਰਨ ਦੀ ਲੋੜ ਨਹੀਂ ਗੀ ਸਲੋਲੀ ਐਂਡ ਸਟ੍ਰੈਡਲੀ ਆਪਣਾ ਕੇਸ ਅਪਲਾਈ ਕਰੋ ਪ੍ਰੋਗਰੈਸ ਜ਼ਰੂਰ ਹੋਣੀ ਚਾਹੀਦੀ ਹੈ ਜੋ ਤੁਹਾਡਾ ਪ੍ਰੀਵੀਅਸ ਕੋਰਸ ਹੈ ਪ੍ਰੀਵੀਅਸ ਅਕੈਡਮਿਕ ਇੱਥੇ ਬੈਕਗਰਾਉਂਡ ਹੈ ਉਹਦੀ ਪ੍ਰੋਗਰੈਸ਼ਨ ਦੇ ਵਿੱਚ ਹੀ ਕੋਰਸ ਚਾਹੀਦਾ ਹੈ ਸੋ ਸਾਰਿਆਂ ਦਾ ਤਹਿ ਦਿਲੋਂ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦਾ ਕਿ ਅੱਜ ਜਿੰਨਾ ਪਿਆਰ ਦਿੱਤਾ ਜਿੰਨਾ ਜ਼ਿਆਦਾ ਇੱਥੇ ਸਟੂਡੈਂਟਸ ਐਪਲੀਕੇਸ਼ਨਸ ਆ ਜਾ ਕੇ ਦਰਜ ਹੋਈਆਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਐਂਡ ਬਹੁਤ ਲੰਬੇ ਚੌੜੇ ਵਾਅਦੇ ਨਹੀਂ ਬਟ ਇੱਕ ਚੀਜ਼ ਦਾ ਹਮੇਸ਼ਾ ਵਾਅਦਾ ਰਹੇਗਾ ਕਿ 1 ਜਨਵਰੀ 2018 ਤੋਂ ਕਿ ਭਾਈ ਤੁਹਾਡਾ ਕੋਈ ਪੈਸਾ ਨਹੀਂ ਮੈਂ ਖਰਾਬ ਹੋਣ ਦਊਗਾ 1 ਜਨਵਰੀ 2018 ਤੋਂ ਆਨਵਰਡ ਜਿੰਨੀਆਂ ਐਪਲੀਕੇਸ਼ਨਾਂ ਲਾਈਆਂ ਕਿਉਂਕਿ ਪੈਸਾ ਖਰਾਬ ਤਦ ਹੋਣਾ ਜੇਕਰ ਮੈਂ ਪੈਸਾ ਦੇਣਾ ਜਦੋਂ ਪੈਸਾ ਕਿਸੇ ਨੇ ਦੇਣਾ ਹੀ ਨਹੀਂ ਕਿਸੇ ਕਲਾਇੰਟ ਨੇ ਕੋਈ ਐਪਲੀਕੇਸ਼ਨ ਫੀਸ ਕੋਈ ਐਮਬੈਸੀ ਫੀਸ ਦੇਣੀ ਨਹੀਂ ਤੇ ਪੈਸਾ ਖਰਾਬ ਹੋਣ ਦਾ ਕੋਈ ਮਤਲਬ ਨਹੀਂ ਪੈਂਦਾ ਬਹੁਤ ਲੋਕਾਂ ਨੂੰ ਮੈਂ ਗੱਲਾਂ ਕਰਦੇ ਹੋਏ ਸੁਣ ਰਿਹਾ ਵਾਂ ਕਿ ਉਹ ਜੀ ਫੰਡਾਂ ਦੇ ਨਾਮ ਤੋਂ ਇੱਦਾਂ ਹੋ ਜਾਂਦਾ ਜੀ ਫੀਸ ਟ੍ਰਾਂਸਫਰ ਦੇ ਨਾਮ ਤੋਂ ਇੱਦਾਂ ਹੋ ਜਾਂਦਾ ਜੀ ਕੋਈ ਹੋਰ ਪੈਸਿਆਂ ਦਾ ਹੋ ਜਾਂਦਾ ਜੀ ਮੈਂ ਤਾਂ ਸਾਰਿਆਂ ਦਾ ਇੱਕੋ ਜਵਾਬ ਹੈ ਕਿ ਭਾਈ ਪੈਸੇ ਦੇਣੇ ਹੀ ਨਹੀਂ ਪੈਸੇ ਦੇਣੇ ਹੀ ਜਦੋਂ ਵੀਜ਼ਾ ਲੱਗ ਗਿਆ ਉਦੋਂ ਪੈਸੇ ਦੇਣੇ ਆ ਉਹ ਤੋਂ ਪਹਿਲੇ ਵੀਜ਼ਾ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਹੋਰ ਸਟੂਡੈਂਟ ਜਿਹੜੇ ਅੱਜ ਨਹੀਂ ਆ ਪਾਏ ਦੁਬਾਰਾ ਆ ਕਰਕੇ ਮਿਲਣਾ ਚਾਹੁੰਦੇ ਆ 11 ਜਨਵਰੀ ਯਾਨੀ ਕਿ 2 ਦਿਨ ਬਾਅਦ 11 ਜਨਵਰੀ ਨੂੰ ਤੁਸੀਂ ਆ ਕਰਕੇ ਮਿਲ ਸਕਦੇ ਹੋ ਇੱਥੇ ਜਲੰਧਰ ਆਫਿਸ ਦੇ ਵਿੱਚ ਦੁਬਾਰਾ ਆਪਣੇ ਡਾਕੂਮੈਂਟਸ ਲਿਆ ਕਰਕੇ ਆਪਣੇ ਸਾਰੇ ਐਜੂਕੇਸ਼ਨ ਡਾਕੂਮੈਂਟਸ ਲਿਆ ਕਰਕੇ ਆ ਕੇ ਮਿਲ ਸਕਦੇ ਹੋ ਥਰਸਡੇ ਹੈ 11 ਜਨਵਰੀ
11 जनवरी थर्सडे वाले दिन मैंने जलंधर आकर के दोबारा मिल सकते हो, और तो पहले कोई भी काउंसलिंग चाहिए या ऑफिस जाकर के काउंसलिंग लो, अमृतसर रणजीत एवेन्यू ऑफिस है, जलंधर ਦੇ ਵਿੱਚ बीएमसी चौक ਦੇ ਨੇੜੇ सिटी स्केयर ਦੇ ਵਿੱਚ ऑफिस है, लुधियाना ग्रैंड वॉक ਦੇ ਵਿੱਚ है, बठिंडा घोड़े वाले चौक ਦੇ ਨੇੜੇ ऑफिस ਹੈਗਾ ਵੈ, पटियाला ਦੇ ਵਿੱਚ न्यू लीला भवन च ऑफिस है, चंडीगढ़ 8 सेक्टर ਦੇ ਵਿੱਚ ऑफिस है। कोई भी स्टूडेंट ਜਿਹੜੇ ऑलरेडी रिजेक्ट है केसेस, पैसे बहुत सारे गवा चुके हैं, हिम्मत आ चुके हैं कि यार दोबारा अप्लाई करांगे कितने मेरे पैसे ना खराब हो जाए, वो सारे स्टूडेंट्स को सदा है कि भाई कोई पैसे नहीं लेके आने, सिर्फ अपने डॉक्यूमेंट्स, ये भी नहीं कि असी कोई ओरिजिनल डॉक्यूमेंट रख लेने, अपने स्कैन करा करके अपने ओरिजिनल नाम ले जाओ, क्योंकि असी एको चीज के उत्ते वो रखते हैं कि भाई जेकर साडी सर्विसिज ठीक हुई है, साडी स्पीड बाकियों नालों तेज हैगी है, तो क्लाइंट कितने भी बाहर नहीं जाता, क्योंकि क्लाइंट ने एको चीज चाहिए है, स्टूडेंट ने एको चीज चाहिए है कि भाई मैं रिजल्ट डिलीवर हो गए। जिनी देर तक रिजल्ट डिलीवर असं कर रहे हैं, सानू कोई भी अपने दिमाग के इनसिक्योरिटी किसी चीज की नहीं है। सो कोई भी तुम फरदर जानकारी चल रहे हो, अपने कमेंट जो है वो इनबॉक्स कर सकते हो, एंड अगे आ करके कोई भी फरदर इनफॉर्मेशन लैनी है वो जी तुम आके लै सकते हो। सो चलो जी, कुछ कमेंट्स आए ने उन्होंने आप पढ़ लेंगे। सत श्रीकाल जी, रामी गलोत्रा कहें जी ऑस्ट्रेलिया डिपेंडेंट, हाँ जी भाजी ऑस्ट्रेलिया डिपेंडेंट करना कर सकते हो जी, कोई समस्या वाली चीज़ नहीं है, शर्त है तुहाडी वाइफ या तुहाडा हसबेंड जिहड़े उत्थे गए हुए ने, जिहड़े एज ए मेन एप्लीकेंट स्टूडेंट गए ने ऑस्ट्रेलिया दे विच पढ़ रहे ने, एंड वो उत्थे जाके उन्होंने कोर्स चेंज ना किया होवे या यूनिवर्सिटी चेंज ना की हो, उन्हों की अटेंडेंस करैक्ट हो, कि अटेंडेंस शॉर्ट चाहिए है, फेल ना हो रहे हो, अटेंडेंस रिकॉर्ड एंड प्रोग्रेशन रिपोर्ट जरूर मंगा लेना, वो सब तो वड्डा बेस होएगा तुहाडा वीजा लगन। श्री राम जी कहते हैं सर गैप एक्सैप्टेड, सर ग्रैजुएशन है, ग्रैजुएशन तो बाद तुसी काम कर रहे हो, मैंने कोई समस्या नहीं है, बारहवीं है, बारहवीं तो बाद वेले बैठे हो, दो साल तो ज्यादा समा हो गया, तो ये वाला क्वेश्चन एम्बेसी तो जरूर आता है कि भाई तुसी की करते पे हो, मतलब तुसी इतने नहीं चाहना पढ़े तो बाहर जा करके किदा तुसी पढ़ोगे। अमन पंडित जी कहते हैं रिफ्यूज फाइल एक्सैप्टेड विदाउट आयल्स, मेरे वीर विदाउट आयल्स ना बड़ा सिंपल जहा फंडामेंटल है, मैं वो समझा देना, क्योंकि बहुत सारी इनक्वायरीज आती है भाजी विदाउट आयल्स की, विदाउट आयल्स ये जिहड़े बच्चे दे अज रिक्वायरमेंट हैगी है जी 6 बैंड नॉट लैस दैन 5.5 दी, जेकर मैं एसपीपी दी गल करां ते जेकर किसी बंदे दे 6 बैंड हैगे है और एक मॉड्यूल चो 5 बैंड हैगे है ते वो एम्बेसी दे विच आयल्स दा सर्टिफिकेट नहीं जांदा ते वो की होया, विदाउट आयल्स होया या विद आयल्स होया, सो पहला क्वेश्चन। सो विदाउट आयल्स वाली जी है यूनिवर्सिटीज बहुत सारिया वर्ल्ड वाइड इदा यूनिवर्सिटीज है जिहड़िया कहंदियां कि भाई तेरे को आयल्स नहीं है, तेरे इंग्लिश दे विच 50 नंबर है या 60 नंबर है, तू इत्थे आ करके इंग्लिश पढ़ना चाहना है तू पढ़ सकदा, सानू कोई दिक्कत नहीं है। इंग्लिश दे नाल नाल वह बैचलर डिग्री की भी एलओए दे देंदे है, स्टूडेंट वीजा अप्लाई कर देंदे है, तो उहदे विच बट सक्सैस रेट जिहड़ा हैगा वा जेकर अज 100 एप्लीकेशन जमा होंदी है सक्सैस रेट उहदा सिर्फ 10% ही है, सक्सैस रेट उहदे तों ज्यादा नहीं है। सो गल आ जाती है कि भाई एक अगर एप्लीकेशन इकट्ठिया करनी या एप्लीकेशन के रिजल्ट डिलीवर करने, जेकर तो कंपनी की पॉलिसी यार 10% भी आ जाए तो ठीक है, फिर तो विदाउट आयल्स भी आ जाती कोई समस्या नहीं, बट अनफॉर्चुनेटली साड़ी इदा की कोई भी पॉलिसी नहीं है, साड़ी पॉलिसी हुई है कि भाई जेकर 2017 90% सक्सैस रेट रहा तो 2018 90% तो उत्ते जाइए ना कि थले आइए। सो इस करके जी प्रोफाइल है बड़े ही सोहने तरीके सिलेक्टिव प्रोफाइल असं लें कि जे सू पता कि यार असं यार वीजा काम हो सकता है, बच्चा एलिजिबल है, बाकी वीजा आना नहीं आना वो एम्बेसी के हाथ है, फाइनल अथॉरिटी वो है, असं और कोई भी कमेंट नहीं कर सकते। बाकी 100 गलों की एक गल कि मित्रा जे दाना पानी लिखे है तो विदाउट आयल्स भी वीजा लग जाना, तो जे नहीं दाना पानी लिखे तो 7 बैंड के नाल भी नहीं लगना। सानू की चीज़ की लोड़ है, सानू लोड़ है अकल दे नाल समझदारी दे नाल अपनी फाइल लॉन्च करन दी, जेकर असीं सोहणे तरीके समझदारी दे नाल अपनी फाइल लॉन्च कर रहे हैं कदी भी कोई समस्या नहीं आएगी। हैरी सिंह जी कहिंदे सर 55% ते करोगे अपॉइंटमेंट करोगे, हाँ जी 55% है बिल्कुल केस लवेंगे जी, जेकर तुहाडा जिहड़ा है 55% हैगा वै अकैडमिक हैगा वै ग्रैजुएशन दे विच है बिल्कुल आप ले लेंगे, सर कोई प्रॉब्लम नहीं है। बारहवीं ऑस्ट्रेलिया वास्ते करना चाहते हो 55% है, एडमिशन ही नहीं होनी, मेरा भी 60-65% जिहड़े गए वो चाहिए है। जे सिंह कहते हैं जी ऑस्ट्रेलिया PR किदा बन सकते हाँ भाजी, ईजी नहीं लग्या मैं समझ नहीं आई जी, दोबारा कमेंट लिखो जी। उपकारजीत कहते हैं जी भाई लोगों को सही सलाह दो पंजाब काम करन दी, भाजी थैंक यू वेरी मच, मैं तो चाहना कि भी चाहे साडा बाहर भेजन का काम है
ਬਟ ਇਹ ਚੀਜ਼ ਹਮੇਸ਼ਾ ਹੈ ਕਿ ਭਾਈ ਬਾਹਰ ਜਾ ਕਰਕੇ ਵੀ ਅਸੀਂ ਇਹ ਕਹਿ ਲਓ ਕਿ ਵੀ ਮੈਂ ਸਟੂਡੈਂਟਸ ਨੂੰ ਦੇਖਦਾ ਕਾਫੀ ਵਾਰੀ ਲੇਬਰ ਦਾ ਉਹ ਜੋਬ ਕਰਦੇ ਨੇ, ਉਹ ਵਾਲੇ ਕੰਮ ਪੰਜਾਬ ਦੇ ਵਿੱਚ ਵੀ ਤੁਸੀਂ ਪੜ੍ਹੇ ਲਿਖੇ ਹੋ ਜੇਕਰ ਪੰਜਾਬ ਦੇ ਵਿੱਚ ਅਪੋਰਚੁਨਿਟੀ ਮਿਲਦੀ ਹੈ। ਸੋ ਪਹਿਲੀ ਜਿਹੜੀ ਹੈਗੀ ਹੈ ਉਹ ਬਾਹਰ ਨਾ ਜਾਓ, ਇੱਥੇ ਰਹਿ ਕਰਕੇ ਵੀ ਕੰਮ ਕਰੋ। ਬਟ ਜਿਹੜਾ ਹੈਗਾ ਵਾ ਕਿ ਵੀ ਮੈਂ ਸਟੂਡੈਂਟਸ ਨੂੰ ਹੀ ਮਿਲਦਾ, ਸਟੂਡੈਂਟਸ ਨੂੰ ਕਹਿੰਦਾ ਕਿ ਕਈ ਵਾਰ ਤੁਸੀਂ ਮੈਕਡੋਨਲਡ ਤੇ ਵੀ ਜੋਬ ਕਰਦੇ ਹੋ, ਟਿਮ ਹੋਟਲਸ ਤੇ ਵੀ ਜੋਬ ਕਰਦੇ ਹੋ, ਇਹ ਚੀਜ਼ਾਂ ਤੁਸੀਂ ਇੰਡੀਆ 'ਚ ਕਿਉਂ ਨਹੀਂ ਕਰ ਲੈਂਦੇ? ਇਹਨਾਂ ਕੋਲ ਜਵਾਬ ਪਤਾ ਕੀ ਮਿਲਦਾ? ਭਾਜੀ ਯਾਰ ਉੱਥੇ ਨਾ ਇੱਦਾਂ ਦੇ ਕੰਮਾਂ ਦਾ ਮੁੱਲ ਨਹੀਂ ਪੈਂਦਾ, ਜਿਸ ਕਰਕੇ ਸਾਨੂੰ ਜਿਹੜਾ ਵਾ ਬਾਹਰ ਦੇ ਮੁਲਕਾਂ 'ਚ ਆ ਕਰਕੇ ਅਸੀਂ ਇੱਥੇ ਕੋਈ ਵੀ ਕੰਮ ਕਰਦੇ ਹਾਂ, ਕਿਉਂਕਿ ਇੱਥੇ ਕੋਈ ਵੀ ਕੰਮ ਛੋਟਾ ਵੱਡਾ ਹੈ ਨਹੀਂ ਤੇ ਸਾਨੂੰ ਇਹਦਾ ਸਹੀ ਮੁੱਲ ਵੀ ਮਿਲਦਾ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਜੀ ਕਿ ਵੀ ਅਸੀਂ ਜੇਕਰ ਕਿਸੇ ਰੈਸਟੋਰੈਂਟ 'ਚ ਕੰਮ ਕਰਦੇ ਹਾਂ ਤੇ ਯਾਰ ਮਿੱਤਰ ਰਿਸ਼ਤੇਦਾਰ ਹੀ ਟਿਚਕਰਾ ਮਾਰਨ ਨੂੰ ਲਿੜਦੇ, ਆਹ ਕੀ ਹੋ ਗਿਆ, ਅੱਜ ਕੱਲ੍ਹ ਇੰਨੇ ਮਾੜੇ ਦਿਨ ਆ ਗਏ, ਤੈਨੂੰ ਇੱਥੇ ਰੈਸਟੋਰੈਂਟ 'ਚ ਕੰਮ ਕਰਨਾ ਪੈ ਗਿਆ। ਸੋ ਕਹਿੰਦੇ ਜੀ ਲੋਕਾਂ ਦੀਆਂ ਗੱਲਾਂ ਕਰਕੇ ਹੀ ਸਾਨੂੰ ਇੱਥੇ ਬਾਹਰ ਆਉਣਾ ਪੈਂਦਾ। ਬਟ ਉਹ ਸਾਰੀ ਯੂਥ ਨੂੰ ਮੈਂ ਇੱਕੋ ਚੀਜ਼ ਦੀ ਸਲਾਹ ਦੇਵਾਂਗਾ, ਜੇਕਰ ਤੁਹਾਨੂੰ ਇੱਥੇ ਆਪਣੀ ਪਹਿਲੀ ਪ੍ਰੈਫਰੈਂਸ ਆਪਣਾ ਘਰ ਦਿਓ, ਪੰਜਾਬ ਦਿਓ, ਕਿਉਂਕਿ ਪੰਜਾਬ ਵਰਗਾ ਸੂਬਾ ਪੂਰੇ ਹਿੰਦੁਸਤਾਨ, ਪੂਰੇ ਵਰਲਡ ਦੇ ਵਿੱਚ ਕਿਤੇ ਵੀ ਨਹੀਂ ਹੋਣਾ। ਹਾਂ, ਕੁਛ ਪ੍ਰੋਬਲਮਸ ਜ਼ਰੂਰ ਮੈਂ ਮੰਨਦਾ ਕਿ ਹੈਗੀਆਂ, ਮੈਂ ਐਕਸੈਪਟ ਕਰਦਾ ਕਾਫੀ ਜ਼ਿਆਦਾ ਪ੍ਰੋਬਲਮਸ ਹੈਗੀਆਂ, ਬਟ ਪੰਜਾਬ ਦੇ ਵਿੱਚ ਜੇਕਰ ਤੁਹਾਨੂੰ ਕੋਈ ਵਧੀਆ ਅਪੋਰਚੁਨਿਟੀ ਮਿਲਦੀ ਹੈ, ਇੱਥੇ ਰਹਿ ਕਰਕੇ ਜੇਕਰ ਤੁਹਾਨੂੰ ਮੌਕਾ ਮਿਲਦਾ ਨਾ ਕਿ 50,000 ਰੁਪਇਆ ਮਹੀਨੇ ਦਾ ਸੌਖਾ ਕਮਾ ਸਕਦੇ ਹੋ ਤੇ ਬਾਹਰ ਜਾਣਾ ਬੇਵਕੂਫੀ ਹੈ। ਹਾਂ, ਜੇਕਰ ਉਹ ਤੋਂ ਘੱਟ ਕਮਾਉਂਦੇ ਹੋ ਤੇ ਉਹ ਤੁਸੀਂ ਆਪਣਾ ਦੇਖਣਾ ਕਿ ਵੀ ਤੁਸੀਂ ਕੀ ਤੁਹਾਡੇ ਲਾਈਫ ਦੇ ਗੋਲਸ ਹੈ, ਕੀ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ, ਇੱਥੇ ਰਹਿ ਕਰਕੇ ਕਿੱਦਾਂ ਪੂਰੇ ਹੋ ਸਕਦੇ ਆ। ਇੱਥੇ ਰਹਿਣ ਦਾ ਫਾਇਦਾ ਸਭ ਤੋਂ ਵੱਡਾ ਹੈ ਕਿ ਮਾਂ ਦੇ ਹੱਥ ਦੀਆਂ ਜਿਹੜੀਆਂ ਨਾ ਪੱਕੀਆਂ ਰੋਟੀਆਂ ਦੇ ਰਾਤ ਨੂੰ ਖਾਣ ਨੂੰ ਮਿਲਦੀਆਂ, ਕੋਈ ਸੁੱਖ ਦੁੱਖ ਹੈ 10 ਸੱਜਣ ਮਿੱਤਰ ਉਸੇ ਵੇਲੇ ਇਕੱਠੇ ਹੋ ਜਾਂਦੇ ਆ। ਬਾਹਰ ਜਾ ਕਰਕੇ ਜਾਂ ਪੜ੍ਹਾਈ ਤੇ ਜਾਂ ਕੰਮ ਸਿਰਫ ਇੱਕ ਸੰਡੇ ਵਾਲਾ ਦਿਨ ਮਿਲਦਾ ਜਦੋਂ ਤੁਸੀਂ ਕਿਤੇ ਕੋਈ ਸੋਸ਼ਲਾਈਜ਼ਿੰਗ ਕਰ ਸਕਦੇ ਹੋ, ਬਟ ਉਹ ਸੋਸ਼ਲਾਈਜ਼ਿੰਗ ਕਰਨ ਤੋਂ ਵੀ ਡਰ ਲੱਗਦਾ ਕਿਉਂਕਿ ਡਾਲਰ ਪਾਉਂਡ ਬਹੁਤ ਸਾਰੇ ਖਰਚ ਵੀ। ਸੋ ਥੈਂਕ ਯੂ ਵੈਰੀ ਮੱਚ ਕਾਰਜੀਤ ਕੌਰ ਆਪਣਾ ਜਿਹੜਾ ਕਮੈਂਟ ਕਰਨ ਵਾਸਤੇ। ਐਰਿਕ ਦੀਪਿਕਾ ਜੀ ਕਹਿੰਦੇ ਆ ਜੀ ਤੁਸੀਂ ਕੁਛ ਹੋਰ ਕਹਿੰਦੇ ਹੋ, ਤੁਹਾਡੇ ਟੀਮ ਮੈਂਬਰਸ ਕੁਛ ਹੋਰ ਬੋਲਦੇ ਨੇ। ਅੱਛਾ ਜੀ ਦੀਪਿਕਾ ਜੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ, ਥੈਂਕ ਯੂ ਵੈਰੀ ਮੱਚ ਤੁਸੀਂ ਕਮੈਂਟ ਕੀਤਾ ਇੱਥੇ। ਐਂਡ ਮੈਂ ਮੇਰਾ ਈਮੇਲ ਆਈਡੀ ਪਲੀਜ਼ ਨੋਟ ਕਰੋ, gurinder@essvisa.com। ਐਂਡ ਕਾਈਂਡਲੀ ਆਪਣਾ ਜੋ ਵੀ ਤੁਹਾਡੀ ਸ਼ਿਕਾਇਤ ਹੈਗੀ ਹੈ ਮੈਨੂੰ ਡਿਟੇਲ ਦੇ ਵਿੱਚ ਲਿਖ ਕੇ ਭੇਜੋ ਕਿ ਜੀ ਤੁਹਾਨੂੰ ਜੋ ਮੈਂ ਇੱਥੇ ਕਹਿ ਰਿਹਾ ਫੇਸਬੁੱਕ ਦੇ ਉੱਤੇ ਜਾਂ ਮੇਰੇ ਟੀਮ ਮੈਂਬਰਸ ਨੇ ਤੁਹਾਨੂੰ ਕੁਛ ਹੋਰ ਕਿਹਾ ਵਾ, ਮੈਨੂੰ ਪਤਾ ਲੱਗ ਸਕੇ ਕਿ ਵੀ ਕਿੱਥੇ ਸਾਡੇ ਵਿੱਚ ਕੋਈ ਕਮੀ ਹੈ, ਐਂਡ ਅਸੀਂ ਉਹਨੂੰ ਜ਼ਰੂਰ ਦੂਰ ਕਰਾਂਗੇ। ਕਿਉਂਕਿ ਮਤਲਬ ਜਿਹੜਾ ਵਾ ਤੁਹਾਡੇ ਕਮੈਂਟਸ, ਤੁਹਾਡਾ ਜਿਹੜਾ ਫੀਡਬੈਕ ਹੈ ਬਹੁਤ ਵੈਲਿਊਏਬਲ ਹੈ ਸਾਡੇ ਵਾਸਤੇ, ਐਂਡ ਉਹਨੂੰ ਬਿਲਕੁਲ ਵੀ ਇਗਨੋਰ ਨਹੀਂ ਕਰ ਰਿਹਾ ਮੈਂ। ਐਂਡ ਮੈਂ ਵੇਟ ਕਰਾਂਗਾ ਤੁਹਾਡੀ ਈਮੇਲ ਦੀ, ਮੈਨੂੰ ਦੱਸੋ ਕਿ ਤੁਹਾਡਾ ਇਹ ਵਾਲਾ ਐਕਸਪੀਰੀਅੰਸ ਕਿਉਂ ਰਿਹਾ ਵਾ, ਕਿਉਂ ਤੁਹਾਨੂੰ ਲੱਗਾ ਕਿ ਵੀ ਮੈਂ ਜੋ ਚੀਜ਼ ਕਹਿ ਰਿਹਾ ਹਾਂ ਟੀਮ ਮੈਂਬਰ ਕੁਛ ਹੋਰ ਕਹਿ ਰਿਹਾ, ਪਲੀਜ਼ ਲੈਟ ਮੀ ਨੋ, ਜੇਕਰ ਕੋਈ ਫਲੋ ਹੈ ਉਹਨੂੰ ਮੈਂ ਓਵਰਨਾਈਟ ਜਿਹੜਾ ਵਾ ਉਹ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ। ਰਾਜ ਔਲਖ ਜੀ ਕਹਿੰਦੇ ਮਈ ਦਾ ਸਕਸੈਸ ਰੇਟ ਕਿੱਦਾਂ ਜਾ ਰਿਹਾ ਸਰ ਕੈਨੇਡਾ ਦਾ? ਹਜੇ ਤੱਕ ਤੇ ਜੀ ਬਾਬਾ ਜੀ ਦੀ ਪੂਰੀ ਕਿਰਪਾ ਜੀ, ਜਿਹੜੇ ਮੈਂ ਦੱਸਿਆ ਸੀ ਕਿ ਹਜੇ ਤੱਕ ਸਕਸੈਸ ਰੇਟ ਬਹੁਤ ਵਧੀਆ ਜਾ ਰਿਹਾ, ਕੱਲ ਨੂੰ ਰੱਬ ਨਾ ਕਰੇ 0.1% ਕੋਈ ਪ੍ਰੋਬਲਮ ਆਉਂਦੀ ਹੈ ਤੇ ਇਸੇ ਤਰੀਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕਰਕੇ ਜ਼ਰੂਰ ਦੱਸਾਂਗਾ। ਜੇ ਸਿੰਘ ਜੀ ਕਹਿੰਦੇ ਜੀ ਆਸਟ੍ਰੇਲੀਆ PR ਪਾ ਸਕਦੇ ਆ, ਈਜ਼ੀ ਆ ਇਨ ਮੈਲਬਰਨ? ਹਾਂਜੀ ਆਸਟ੍ਰੇਲੀਆ PR ਭਾਜੀ ਡਿਫਰੈਂਟ, ਉਹ 60 ਪੁਆਇੰਟ ਚਾਹੀਦੇ ਆ, ਆਪਣੇ ਪੁਆਇੰਟਸ ਆਨਲਾਈਨ ਕੈਲਕੂਲੇਟ ਕਰ ਲਓ, ਦੇਖੋ ਕਿ ਵੀ ਕਿੰਨੇ ਪੁਆਇੰਟਸ ਆਉਂਦੇ ਆ। ਜੀਤ ਬਰਾੜ ਜੀ ਕਹਿੰਦੇ 14 December ਨੂੰ ਕੇਸ ਅਸੈਸ ਕਰਵਾਇਆ ਸੀ ਕੈਨੇਡਾ ਲਈ, September ਇਨਟੇਕ ਆਫਰ ਲੈਟਰ ਕਦੋਂ ਤੱਕ ਆਜੂਗੀ? ਜੇ 14 December ਨੂੰ ਲਾਇਆ ਸੀ, ਅੱਜ ਤੋਂ ਸਾਰੇ ਕਾਲਜਿਸ ਐਂਡ ਯੂਨੀਵਰਸਿਟੀਜ਼ ਖੁੱਲ ਚੁੱਕੇ ਨੇ, September ਦੀ ਕਾਫੀਆਂ ਨੇ ਸ਼ੁਰੂ ਕਰਤੀ ਹੈ ਤੇ ਕਾਫੀਆਂ ਦਾ ਹਜੇ January ਐਂਡ ਤੱਕ ਆਏਗਾ। ਸੋ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਵੀ ਜੇ September ਇਨਟੇਕ ਵਾਸਤੇ ਕਰਾਇਆ ਸੀਗਾ ਐਂਡ SPP ਕਾਲਜਿਸ ਵਾਸਤੇ ਕਰਾਇਆ, ਸੋ February ਕਿਸੇ ਵੀ ਟਾਈਮ ਤੁਹਾਡੀ ਆਫਰ ਲੈਟਰ ਆ ਸਕਦੀ ਹੈ। ਰਮਨ ਦਸਾਦ ਜੀ ਕਹਿੰਦੇ ਆਵਾਜ਼ ਨਹੀਂ ਆ ਰਹੀ, ਮੇਰਾ ਖਿਆਲ ਹੈ ਕੋਈ ਟੈਕਨੀਕਲ ਪ੍ਰੋਬਲਮ ਹੋਏਗੀ ਮੇਰੇ ਵੀ। ਰਵੀਦੀਪ ਸਿੰਘ ਕਹਿੰਦੇ ਵੈਨ ਆਈ ਵਿਜ਼ਿਟ ਯੂਅਰ ਆਫਿਸ 0% ਗਰੰਟੀ ਫਾਰ ਦਾ ਵੀਜ਼ਾ, ਦੈਨ ਵਾਈ ਆਈ ਗਿਵ ਯੂ 1 lakh ਐਂਡ ਦੈਨ ਆਈ ਅਪਲਾਈ ਥਰੂ ਪਿਰਾਮਿਡ? ਓਕੇ ਜੀ, ਨੋ ਪ੍ਰੋਬਲਮਸ ਐਟ ਆਲ, ਬਟ ਮੈਂ ਇੱਕ ਚੀਜ਼ ਦਾ ਉਹ ਆਨਸਰ ਦੇਣਾ ਚਾਹਾਂਗਾ, ਵੀਜ਼ਾ ਗਰੰਟੀ ਕੋਈ ਵੀ ਬੰਦਾ ਨਹੀਂ ਦੇ ਸਕਦਾ, ਇਹ ਪ੍ਰਮਾਤਮਾ ਦੇ ਹੱਥ ਹੈ ਤੇ ਜਾਂ ਫਿਰ ਉਸ ਐਮਬੈਸੀ ਦੇ ਹੱਥ ਹੈ। ਜੇਕਰ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਮੈਂ ਪੈਸੇ ਲੈ ਕਰਕੇ ਵੀਜ਼ਾ ਗਰੰਟੀ ਦੇ ਦਾਂਗਾ, ਉਹ ਤਾਂ ਦੋ ਹੀ ਚੀਜ਼ਾਂ ਬੰਦੇ ਯੂਜ਼ ਕਰ ਸਕਦੇ ਆ, ਜਾਂ ਉਹ ਕਹਿੰਦੇ ਜੀ ਗੌਡ ਕਰ ਸਕਦਾ ਤੇ ਜਾਂ ਫਰੋਡ ਕਰ ਸਕਦਾ। ਸੋ ਮਾਫ਼ੀ ਚਾਹੁੰਦਾ ਜੀ, ਆਪਾਂ ਦੋਵਾਂ 'ਚ ਕੋਈ ਵੀ ਚੀਜ਼ ਹੈ ਨਹੀਂ ਤੇ ਇਹ ਜਿਹੜਾ ਗਾ ਕਿ ਇਸ ਚੀਜ਼ ਲਈ ਮਾਫ਼ੀ ਚਾਹਾਂਗਾ ਕਿ ਗਰੰਟੀ ਵਰਡ ਕੋਈ ਨਹੀਂ ਹੈ, 0% ਗਰੰਟੀ ਹੈ ਕਿਸੇ ਵੀ ਚੀਜ਼ ਦੀ ਕਿ ਭਾਈ ਵੀਜ਼ਾ ਦੀ ਕੋਈ ਗਰੰਟੀ ਕੋਈ ਸ਼ਿਓਰਿਟੀ ਵਰਡ ਨਹੀਂ ਯੂਜ਼ ਹੁੰਦਾ। ਜੇਕਰ ਬੰਦਾ ਇਹ ਚੀਜ਼ ਸੋਚ ਕੇ ਆਉਂਦਾ ਕਿ ਜੀ ਮੈਂ ਗਰੰਟੀ ਮੈਨੂੰ ਮਿਲ ਜਾਏਗੀ, ਆਈ ਐਮ ਸੋਰੀ ਮੇਰਾ ਵੀਰ, ਗਰੰਟੀ ਤਾਂ ਆਪਣੇ ਸਾਹਾਂ ਦੀ ਨਹੀਂ ਗੀ ਕਿ ਵੀ ਸਵੇਰੇ ਆਪਾਂ ਉੱਠਣਾ
ਕਿ ਆਪਾਂ ਨਹੀਂ ਉੱਠਣਾ ਬਟ ਹੋਪ ਜ਼ਰੂਰ ਹੁੰਦੀ ਹੈ ਕਿ ਵੀ ਜਿਸ ਕਰਕੇ ਅਲਾਰਮ ਲਾਉਣਾ ਨਹੀਂ ਭੁੱਲਦੇ ਆਪਣੇ ਪਲੈਨਸ ਬਣਾਉਣਾ ਨਹੀਂ ਭੁੱਲਦੇ ਕਿ ਵੀ ਕੱਲ੍ਹ ਮੈਂ ਸਵੇਰੇ ਉੱਠ ਕੇ ਇਹ ਕੰਮ ਕਰਾਂਗਾ ਆਹ ਅਲਾਰਮ ਲਾਇਆ ਜੀ ਮੈਂ ਸਵੇਰੇ 7 ਵਜੇ ਉੱਠਾਂਗਾ ਮੈਨੂੰ ਆਹ ਸਾਰਾ ਸ਼ਡਿਊਲ ਹੈ ਪਤਾ ਨਹੀਂ ਸਵੇਰੇ ਮਹਾਰਾਜ ਨੇ ਸਵਾਸ ਬਖਸ਼ਣੇ ਹੈ ਕਿ ਨਹੀਂ ਬਖਸ਼ਣੇ ਸੋ ਗਰੰਟੀ ਸ਼ਿਓਰਿਟੀ ਮੇਰਾ ਵੀਰ ਨਹੀਂ ਹੈਗੀ ਜਿਹੜਾ ਬੰਦਾ ਗਰੰਟੀ ਸ਼ਿਓਰਿਟੀ ਵੀਜ਼ਾ ਦੀ ਦੇ ਰਿਹਾ ਆਈ ਐਮ ਸੋ ਸੋਰੀ ਟੂ ਸੇ ਕਿ ਭਾਈ ਉਹ ਬਿਲਕੁਲ ਝੂਠ ਬੋਲ ਰਿਹਾ ਤੇ ਤੁਸੀਂ ਵੀ ਉਹ ਝੂਠ ਨੂੰ ਮੰਨ ਰਹੇ ਹੈਗੇ ਕਿਉਂਕਿ ਗੱਲ ਹੀ ਹੁੰਦੀ ਕਿਸੇ ਵੇਲੇ ਸੱਚ ਬਹੁਤ ਕੌੜਾ ਹੁੰਦਾ ਹੈ ਸੱਚ ਨਹੀਂ ਬੰਦੇ ਕੋਲ ਸਮਝਿਆ ਜਾਂਦਾ ਜਾਂ ਨਹੀਂ ਜਿਹੜਾ ਹੈਗਾ ਵਾ ਬੰਦੇ ਕੋਲੋਂ ਉਹ ਚੀਜ਼ ਹੁੰਦੀ ਕਿ ਵੀ ਡਾਈਜੈਸਟ ਨਹੀਂ ਹੁੰਦਾ ਸੋ ਬਟ ਇਹੀ ਰਿਐਲਿਟੀ ਹੈ ਮੇਰਾ ਵੀ ਹੋਪ ਜ਼ਰੂਰ ਹੁੰਦੀ ਹੈ ਅੱਜ ਕੰਪਨੀ ਐਮਬੈਸੀ ਫੀਸ ਕਿਹੜੇ ਬੰਦਿਆਂ ਤੇ ਇਨਵੈਸਟ ਕਰ ਰਹੀ ਹੈ ਕਿਉਂ ਇਨਵੈਸਟ ਕਰ ਰਹੀ ਹੈ ਸਿਰਫ ਇੱਕੋ ਚੀਜ਼ ਕਰਕੇ ਇਨਵੈਸਟ ਕਰ ਰਹੀ ਹੈ ਆਪ ਨੂੰ ਹੋਪ ਹੈ ਕਿ ਭਾਈ ਪਿਛਲੇ ਸਾਲ 90% ਦਾ ਸਕਸੈਸ ਰੇਟ ਕੱਢਿਆ ਕਿ 90% ਤੋਂ ਉੱਤੇ ਜਾਵਾਂਗੇ ਹੋਪ ਹੈ ਤੁਹਾਨੂੰ ਸਾਰੀਆਂ ਪਾਲਿਸੀਆਂ ਚੇਂਜ ਹੋ ਜਾਂਦੀਆਂ ਉਹ ਕਹਿੰਦੇ ਜੀ ਪੰਜਾਬ ਤੋਂ ਬੱਚਾ ਹੀ ਨਹੀਂ ਚਾਹੀਦਾ ਕੰਪਨੀ ਦੇ ਤੇ ਸਾਰੇ ਪੈਸੇ ਗਏ ਬਟ ਇਟਸ ਫਾਈਨ ਬਟ ਹੋਪ ਤੇ ਹੈ ਨਾ ਇੱਕ ਪੋਜ਼ਿਟਿਵ ਹੋਪ ਤੇ ਹੈ ਗਰੰਟੀ ਸ਼ਿਓਰਿਟੀ ਕਿਸੇ ਚੀਜ਼ ਨਹੀਂ ਹਾਂ ਗਰੰਟੀ 1 ਜਨਵਰੀ 2018 ਤੋਂ ਇੱਕ ਚੀਜ਼ ਦੀ ਗਰੰਟੀ ਸ਼ਿਓਰਿਟੀ ਜ਼ਰੂਰ ਹੈ ਕਿ ਪੈਸਾ ਨਹੀਂ ਕੋਈ ਖਰਾਬ ਹੋਏਗਾ ESS ਗਲੋਬਲ ਜਾ ਕਰਕੇ ਇਸ ਚੀਜ਼ ਦੀ ਮੇਰਾ ਵੀਰ ਗਰੰਟੀ ਹੈ ਸਰਦਾਰ ਗੁਰਪਿੰਦਰ ਸਿੰਘ ਕਹਿੰਦੇ ਜੀ ESS ਵਾਲਿਆਂ ਨੂੰ ਅੱਗੇ ਕੁਛ ਨਹੀਂ ਲਿਖਿਆ ਜੀ ਮਨਪ੍ਰੀਤ ਧਾਲੀਵਾਲ ਕਹਿੰਦੇ ਆ ਨਾਓ ਆਈ ਸਟੱਡੀ ਫਰੋਮ ਸਿੰਗਾਪੁਰ ਓਕੇ ਜੀ ਮਨਪ੍ਰੀਤ ਖੁਦ ਕਹਿੰਦੇ ਆ ਸਰ ਹੈਲੋ ਸਰ ਆਮ ਅ ਗਵਰਨਮੈਂਟ ਇੰਪਲੋਇ ਹਾਊ ਆਈ ਕੈਨ ਗੈਟ ਦ ਯੂਐਸ ਸਟੂਡੀਜ਼ ਦਾ ਵਟ ਆਰ ਦਾ ਰਿਕੁਆਇਰਮੈਂਟ ਗਵਰਨਮੈਂਟ ਇੰਪਲੋਈ ਹੋ ਆਮਦਨੀ ਦਾ ਸਬੂਤ ਚਾਹੀਦਾ ਖਾਤੇ 'ਚ ਪੈਸੇ ਚਾਹੀਦੇ ਤੁਹਾਡਾ ਪ੍ਰੋਵੀਡੈਂਟ ਫੰਡ ਹੈ ਤੁਹਾਡਾ ਪ੍ਰੋਵੀਡੈਂਟ ਫੰਡ ਹੈ ਉਹਦੀ ਸਟੇਟਮੈਂਟ ਚਾਹੀਦੀ ਹੈ ਜਿੱਥੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਕੀ ਉਹਦਾ ਮਕਸਦ ਹੈ ਬਾਹਰੋਂ ਸਪੋਂਸਰਸ਼ਿਪ ਮੰਗਾ ਲਓ ਜਿਹਨੂੰ ਪੰਜਾਬੀ ਦੇ ਵਿੱਚ ਰਾਹਦਾਰੀ ਕਹੀ ਜਾਂਦੀ ਹੈ ਜੇਕਰ ਉਹ ਆਉਂਦੀ ਹੈ ਤਾਂ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਗਵਰਨਮੈਂਟ ਇੰਪਲੋਈ ਹੋ ਕੋਈ ਪ੍ਰੋਬਲਮ ਨਹੀਂ ਹੈ ਤਰੁਣ ਸ਼ਰਮਾ ਜੀ ਕਹਿੰਦੇ ਗੁੱਡ ਵਰਕ ਭਾਜੀ ਥੈਂਕ ਯੂ ਤਰੁਣ ਜੀ ਰਾਜਪ੍ਰੀਤ ਕਹਿੰਦੇ ਜੀ ਹੈਲੋ ਸਰ ਹੈਲੋ ਰਾਜਪ੍ਰੀਤ ਕਿਵੇਂ ਹੋ ਠੀਕ ਹੋ ਜੀ ਨਿਹਾਨ ਪ੍ਰੀਤ ਕੌਰ ਜੀ ਕਹਿੰਦੇ ਆ ਜੀ ਹੋਟਲ ਮੈਨੇਜਮੈਂਟ ਕੀਤੀ ਹੈ ਵਰਕਿੰਗ ਇਨ ਦਾ ਹੋਟੇਲ ਫਰੋਮ ਲਾਸਟ 2.5 ਇਅਰਸ 6.5 ਫਿਨਾਲਸ ਨਾਟ ਲੈਸ ਦੈਨ 6 ਇਨ ਈਚ ਵਾਂਟ ਟੂ ਅਪਲਾਈ ਫਾਰ ਕੈਨੇਡਾ ਡੋਂਟ ਹੈਵ ਓਨ ਫੰਡਸ ਫੰਡਸ ਕੋਈ ਵੀ ਨਿਹਾਨ ਦਿਖਾਉਣ ਦੀ ਜ਼ਰੂਰਤ ਨਹੀਂ ਹੈ ਜੋ ਤੁਹਾਡੀ ਪ੍ਰੋਫਾਈਲ ਹੈ 6.5 ਬੈਂਡਸ ਆਇਲਸ ਚ ਗਿਆ ਹੈ ਨਾਟ ਲੈਸ ਦੈਨ 6 ਇਨ ਈਚ ਅਪਲਾਈ ਕਰ ਸਕਦੇ ਹੋ ਦੇਰ ਇਜ਼ ਨੋ ਇਸ਼ੂ ਐਟ ਆਲ ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਤੇ ਪਰਸਨਲੀ ਤੁਸੀਂ ਥਰਸਡੇ ਨੂੰ ਮੈਂ ਜਲੰਧਰ ਦੇ ਵਿੱਚ ਆ ਵਿਚ 11th of January ਨੂੰ ਤੁਸੀਂ ਆ ਕਰਕੇ ਆਪਣਾ ਕੇਸ ਦਿਖਾ ਸਕਦੇ ਹੋ ਜੇਕਰ ਉਹ ਤੋਂ ਪਹਿਲੇ ਕਰਨਾ ਚਾਹੁੰਦੇ ਹੋ ESS ਗਲੋਬਲ ਦੇ ਕਿਸੇ ਵੀ ਆਫਿਸ ਦੇ ਵਿੱਚ ਸਾਰੀ ਟੀਮ ਉੱਥੇ ਅਵੇਲੇਬਲ ਹੈ ਐਂਡ ਸਕਸੈਸ ਰੇਟ ਜਿਹੜਾ ਤੁਹਾਡੀ ਪ੍ਰੋਫਾਈਲ ਹੈ ਪ੍ਰੋਫਾਈਲ ਦੇ ਅਕੋਰਡਿੰਗ ਆਈ ਡੋਂਟ ਫੀਲ ਲਾਈਕ ਐਨੀ ਪ੍ਰੋਬਲਮ ਐਂਡ ਵੀ ਆਰ ਰੈਡੀ ਟੂ ਟੇਕ ਯੋਰ ਕੇਸ ਐਂਡ ਵੀ ਆਰ ਰੈਡੀ ਟੂ ਪੁੱਟ ਅਵਰ ਓਨ ਮਨੀ ਔਨ ਯੋਰ ਕੇਸ ਸੋ ਵੀ ਡੋ ਨਾਟ ਹੈਵ ਐਨੀ ਪ੍ਰੋਬਲਮ ਰਵਦੀਪ ਕੌਰ ਗਰੇਵਾਲ ਜੀ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਸਰ PR ਬੇਸ ਤੇ ਅਪਲਾਈ ਕਰਨਾ ਹੋਵੇ ਆਇਲਸ ਕਿੰਨਾ PR ਬੇਸ ਤੇ ਮੇਰਾ ਵੀਰ ਕਿਉਂ ਕਰਨਾ ਵੈ CRS ਟੂਲ ਕਰਕੇ ਗੂਗਲ ਦੇ ਉੱਤੇ ਟਾਈਪ ਕਰੋਗੇ CRS ਟੂਲ ਤੁਹਾਨੂੰ ਜਿਹੜਾ ਹੈਗਾ ਵਾ ਕਿ ਵੀ ਉੱਥੇ ਪੁਆਇੰਟ ਬੇਸ ਕੈਲਕੂਲੇਟਰ ਮਿਲ ਜਾਏਗਾ ਉਹਦੇ ਉੱਤੇ ਸਾਰੀਆਂ ਟਰਮਸ ਹੈ ਸਾਰੀਆਂ ਉਹ ਆਪਸ਼ਨਾਂ ਦਿੱਤੀਆਂ ਉਹਦੇ ਪੁਆਇੰਟਸ ਨਾਲ ਦੇ ਨਾਲ ਕੈਲਕੂਲੇਟ ਹੁੰਦੇ ਰਹਿੰਦੇ ਜਦੋਂ ਟੋਟਲ ਕਰ ਦੋਗੇ ਉਹਨੂੰ ਸਬਮਿਟ ਕਰ ਦੇਣਾ ਸਕੋਰ ਆ ਜਾਏਗਾ ਪਹਿਲੇ 6 ਈਚ ਕਰਕੇ ਦੇਖ ਲੈਣਾ ਸਬਮਿਟ ਕਰ ਦੇਣਾ ਸਕੋਰ ਆ ਜਾਏਗਾ ਤੇ ਉਹਦੇ ਬਾਅਦ ਚੋਂ ਦੇਖਣਾ ਸਕੋਰ ਕਿੰਨਾ ਘਟਦਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਡਰਾ ਲਾਸਟ ਨਿਕਲਿਆ ਤਕਰੀਬਨ 445 ਤੇ 446 ਜਿਹੜੇ ਨੰਬਰ ਹੈਗੇ ਆ ਉਹ ਚਾਹੀਦੇ ਹੈਗੇ ਆ ਅਜੇ ਨਵਾਂ ਡਰਾ ਹੋਪ ਕਰਦੇ ਪਏ ਉਮੀਦ ਕਰਦੇ ਪਏ ਬੁੱਧਵਾਰ ਨੂੰ ਅੱਜ ਸੋਮਵਾਰ ਹੈ 2 ਦਿਨ ਬਾਅਦ ਜਿਹੜਾ ਡਰਾ ਨਿਕਲੇਗਾ ਉੱਥੇ ਤੁਸੀਂ ਜਿਹੜਾ ਹੈਗਾ ਵਾ ਆਪਣੇ ਪੁਆਇੰਟਸ ਕੈਲਕੂਲੇਟ ਕਰ ਲਓ ਤੁਹਾਡੀ ਹਰ ਕਿਸੇ ਪ੍ਰੋਫਾਈਲ ਦੇ ਬੇਸ ਦੇ ਉੱਤੇ ਜਿਹੜੇ ਹੈਗੇ ਆ ਆਇਲਸ ਦੇ ਪੁਆਇੰਟਸ ਕੈਲਕੂਲੇਟ ਹੁੰਦੇ ਆ ਸੋ ਜੇਕਰ ਨੰਬਰ ਘੱਟ ਆਉਂਦੇ ਆ ਉਹਦੇ ਉੱਤੇ ਲਿਸਨਿੰਗ 'ਚ ਵਧਾ ਕੇ ਦੇਖ ਲੈਣਾ ਫਿਰ ਸਬਮਿਟ ਕਰਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਬੈਂਡਸ ਦਾ ਕਿੰਨੇ ਬੈਂਡ ਦਾ ਕਿੰਨੇ ਪੁਆਇੰਟਾਂ ਦਾ ਫਰਕ ਪੈ ਰਿਹਾ ਉੱਥੋਂ ਤੁਸੀਂ ਆਪਣੀ ਰੀਅਲ ਕੈਲਕੂਲੇਸ਼ਨ ਕਰ ਸਕਦੇ ਹੋ ਅਸੀਂ ਵੀ ਉੱਥੋਂ ਹੀ ਦੇਖਣਾ ਹੁੰਦਾ ਦੈਨ ਆਫਟਰਵਰਡ ਜੀ ਅਜੇ ਗਿੱਲ ਕਹਿੰਦੇ ਆ ਜੀ BSc ਨਰਸਿੰਗ ਕੀਤੀ ਹੈ ਜੀ 2016 ਚ ਓਕੇ ਜੀ ਵੈਰੀ ਗੁੱਡ ਗੁਰਪਿਆਰ ਜੀ ਕਹਿੰਦੇ 5.5 ਬੈਂਡ ਦਾ ਕਿੱਥੋਂ ਦਾ ਹੋ ਸਕਦਾ ਭਾਜੀ 5.5 ਬੈਂਡ ਦਾ ਕਿਤੇ ਦਾ ਵੀ ਅਪਲਾਈ ਕਰ ਲਓ ਉਹ ਸਿਰਫ ਅਪਲਾਈ ਕਰਨ ਵਾਲੀ ਗੱਲ ਹੋਣੀ ਹੈ 5.5 ਬੈਂਡ ਤੇ ਆਸਟ੍ਰੇਲੀਆ ਕਰਨਾ ਤੇ ਡਿਪਲੋਮਿਆਂ ਦਾ ਢੇਰ ਲੱਗਾ ਹੋਇਆ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਕਾਲਜ ਦੇ ਵਿੱਚ ਡਿਪਲੋਮਾ ਦਾਖਲਾ ਲੈ ਕੇ ਐਡਮਿਸ਼ਨ ਲੈ ਕੇ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਉਹਦੇ ਵਿੱਚ ਕਰਨਾ ਕੈਨੇਡਾ 'ਚ ਕਰਨਾ 5.5 ਬੈਂਡ ਦੇ ਉੱਤੇ ਯੂਨੀਵਰਸਿਟੀ 'ਚ EAP ਕੋਰਸ ਲਗਾ ਕੇ ਨਾਲ ਬੈਚਲਰ ਡਿਗਰੀ ਦਾ ਕੋਰਸ ਮਿਲ ਜੂਗਾ ਉਹ ਕੋਈ ਦਿੱਕਤ ਨਹੀਂ ਹੈ ਬਟ ਉਹ ਸਿਰਫ ਅਪਲਾਈ ਹੈ ਸਕਸੈਸ ਰੇਟ ਦਾ ਪ੍ਰੋਬਲਮ ਇਜ਼ ਨਾਟ 5.5 ਬੈਂਡ ਵਾਲਾ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਵਿਦਾਊਟ ਬੈਂਡ ਵਿਦਾਊਟ ਆਇਲਸ ਵਾਲਾ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਦ ਪ੍ਰੋਬਲਮ ਇਜ਼ ਜਿਹੜਾ 5.5 ਬੈਂਡ ਜਾਂ ਵਿਦਾਊਟ ਆਇਲਸ ਵਾਲਾ ਹੈ ਭਈ ਉਹਦਾ ਸਕਸੈਸ ਰੇਟ ਬਹੁਤ ਘੱਟ ਹੈ ਜੇਕਰ ਅੱਜ 100 ਐਪਲੀਕੇਸ਼ਨ ਦਰਜ ਹੋ ਰਹੀ ਹੈ 100 ਪਿੱਛੇ 10 ਵੀਜ਼ੇ ਆਉਣੇ ਹੈ ਇਹ ਤੋਂ ਜ਼ਿਆਦਾ ਵੀਜ਼ੇ ਨਹੀਂ ਆਉਂਦੇ ਜਿਸ ਕਰਕੇ ਸਕਸੈਸ ਰੇਟ ਘੱਟ ਹੈ
90 ਜਿਹੜੇ ਰਿਫਿਊਜ਼ ਹੁੰਦੇ ਆ ਉਹ ਕਦੀ ਵੀ ਸਾਹਮਣੇ ਨਹੀਂ ਆਉਂਦੇ, ਜਿਹੜੇ 10 ਆ ਉਹ ਵੀਜ਼ੇ ਲੱਗ ਜਾਂਦੇ, ਉਹ ਸਾਰਿਆਂ ਦੇ ਰੂਬਰੂ ਹੋ ਜਾਂਦੇ ਹੈਗੇ ਕਿ ਵੀ ਟੈਸਟੀਮੋਨੀਅਲ ਦੇ ਰਸਤੇ ਦੇ ਵਿੱਚ ਕਿ ਜੀ ਆ ਸਾਡਾ ਵੀਜ਼ਾ ਲੱਗਾ ਜੀ 5.5 ਮਿੰਟ ਤੇ ਬੰਦਾ ਘਰੇ ਬੈਠੇ ਕਹਿੰਦਾ ਯਾਰ ਇਹਦਾ ਵੀਜ਼ਾ ਲੱਗ ਗਿਆ, ਮੇਰਾ ਕਿਉਂ ਨਹੀਂ ਲੱਗ ਸਕਦਾ, ਮੈਂ ਵੀ ਇਮੀਡੀਏਟਲੀ ਅਪਲਾਈ ਕਰਦਾ ਵਾ। ਸੋ ਇਹ ਵਾਲੀ ਚੀਜ਼ਾਂ, ਹਾਂ ਪੈਸਾ ਖਰਾਬ ਨਾ ਹੋਵੇ ਇਹ ਚੀਜ਼ ਦਾ ਖਿਆਲ ਰੱਖਣਾ। ਤੇ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਕੰਪਨੀਆਂ ਕਿ ਵੀ ਜਿਹੜੇ 10-15% ਸਕਸੈਸ ਰੇਟ ਦੇ ਨਾਲ ਵੀ ਬਹੁਤ ਖੁਸ਼ ਹੈ। ਸੋ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ, ਬਟ ਆਪਣੇ ਮਨ ਦੇ ਵਿੱਚ ਜ਼ਿਆਦੀਆਂ ਐਕਸਪੈਕਟੇਸ਼ਨਸ ਨਹੀਂ ਬਣਾਉਣੀਆਂ, ਸਿਰਫ ਇੰਨੀ ਐਕਸਪੈਕਟੇਸ਼ਨ ਬਣਾਉਣੀ ਕਿ ਯਾਰ ਮੈਂ ਨਹੀਂ ਕਰ ਪਾਇਆ, ਮੈਂ ਅਪਲਾਈ ਕਰ ਲਗਾ ਅੱਗੇ, ਹੁਣ ਮੇਰੀ ਤਕਦੀਰ ਮੇਰੇ ਨਾਲ, ਜੇ ਮੇਰੇ ਕਰਮਾਂ 'ਚ ਲਿਖਿਆ ਹੈ ਤਾਂ ਮੇਰਾ ਵੀਜ਼ਾ ਆ ਜਾਊਗਾ। ਸੁਖਦੇਵ ਢਿੱਲੋਂ ਜੀ ਕਹਿੰਦੇ ਸਰ ਮਈ ਇਨਟੇਕ ਦਾ ਦਾਖਲਾ ਮਿਲ ਜਾਊਗਾ? ਹਾਂਜੀ ਭਾਜੀ ਬਿਲਕੁਲ ਮਿਲ ਜਾਏਗਾ ਜੀ। ਗੁਰਪਿਆਰ ਸੋਹੀ ਜੀ ਨਾ ਹੋਗੀ ਜੀ। ਸ਼ਮਸ਼ੀਰ ਜੀ ਕਹਿੰਦੇ ਜੀ 20 ਨਵੰਬਰ ਤੋਂ ਮੇਰੀ ਫਾਈਲ ਲੱਗੀ ਸੀ, ਹਜੇ ਤੱਕ ਰਿਜ਼ਲਟ ਨਹੀਂ ਆਇਆ, ਕਦੋਂ ਤੱਕ ਆਜੇਗਾ? ਪੇਸ਼ੈਂਸ ਰੱਖੋ, ਅਰਦਾਸ ਕਰੋ ਗੁਰੂ ਮਹਾਰਾਜ ਅੱਗੇ ਬਿਲਕੁਲ ਪੋਜ਼ਿਟਿਵ ਰਿਜ਼ਲਟ ਆਏਗਾ ਜੇ ਮਹਾਰਾਜ ਨੇ ਚਾਹਿਆ ਤੇ। ਜਗਮੀਤ ਬਰਾੜ ਜੀ ਕਹਿੰਦੇ ਆ ਜੀ ਸਰ ਆਈਵ ਡਨ ਮਕੈਨੀਕਲ ਡਿਪਲੋਮਾ ਰੀਸੈਂਟਲੀ ਐਂਡ ਹਾਊ ਮੱਚ ਬੈਂਡ ਆਈ ਸਕੋਰ ਸ਼ੁਡ ਆਈ ਗੈਟ ਰਿਪਲਾਈ? ਨੋ ਆਈ ਸ਼ੁਡ ਗੈਟ, ਪਲੀਜ਼ ਰਿਪਲਾਈ ਸਰ। ਸਰ ਤੁਸੀਂ ਮਕੈਨੀਕਲ ਡਿਪਲੋਮਾ ਕੀਤਾ ਹੈ, ਬੈਂਡ ਦੇ ਵਿੱਚ ਮੈਂ ਇੱਕੋ ਐਡਵਾਈਸ ਕਰੂੰਗਾ ਭਾਈ 6 ਬੈਂਡ ਲਾਓ, ਦੈਨ ਦੇਰ ਇਜ਼ ਨੋ ਇਸ਼ੂ ਐਟ ਆਲ। ਅਜੇ ਗਿੱਲ ਕਹਿੰਦੇ ਜੀ BSc ਨਰਸਿੰਗ 2016 ਓਵਰਆਲ 5.5 ਬੈਂਡ, 2 ਵਾਰ ਕੈਨੇਡਾ ਰਿਫਿਊਜ਼ ਅਪਲਾਈ ਕਰਨਾ ਚਾਹੁੰਦੇ, ਫਿਰ ਵੀ ਅਗੇਨ ਉਹੀ ਆਨਸਰ ਆ ਜਾਏਗੀ ਜੀ ਅਪਲਾਈ ਤਾਂ ਤੁਸੀਂ ਭਾਵੇਂ 100 ਵਾਰ ਕਰ ਲਓ ਕੋਈ ਪ੍ਰੋਬਲਮ ਨਹੀਂ ਹੈ, ਜਿੰਨਾ ਜ਼ੋਰ ਇੱਥੇ ਅਪਲਾਈ 'ਤੇ ਲਾਇਆ 1/2 ਬੈਂਡ ਮੇਰਾ ਵੀਰ ਹੋਰ ਵਧਾ ਲਾ, ਚੇਂਜ ਆਫ ਸਰਕਮਸਟਾਂਸਿਸ ਹੋ ਜਾਣਗੇ ਐਂਡ ਵੀਜ਼ਾ ਲੱਗਣ ਦੇ ਚਾਂਸ ਸੋਹਣੇ ਹੋ ਜਾਣਗੇ। ਇੰਦਰਜੀਤ ਸਿੰਘ ਇੰਦਰ ਕਹਿੰਦੇ ਆ ਮੇਰੀ ਵਾਈਫ ਨੇ ਸਟੱਡੀ ਕੀਤੀ ਜੀ 2012ਵੀਂ ਕੀਤੀ ਜੀ, 2010 69% GNM, 2013 72% ਪੋਸਟ ਬੇਸਿਕ ਨਰਸਿੰਗ, 2015 16% 60% ਮਾਰਕਸ, ਸਟਾਫ ਨਰਸਿੰਗ ਐਕਸਪੀਰੀਅੰਸ 2016-17 ਜੂਨ ਸਰ, ਓਵਰਆਲ 6 ਬੈਂਡ। ਕਿਹਦੀ ਕੰਟਰੀ ਦਾ ਅਪਲਾਈ ਹੋ ਸਕਦਾ, ਕੈਨੇਡਾ ਜਾਂ ਆਸਟ੍ਰੇਲੀਆ? ਸਪਾਊਸ ਕੇਸ ਮੇਰਾ ਵੀਰ ਆਸਟ੍ਰੇਲੀਆ ਦਾ ਹੋ ਸਕਦਾ, ਕੈਨੇਡਾ ਦੇ ਵਿੱਚ ਸਪਾਊਸ ਨੇ ਨਾਲ ਨਹੀਂ ਜਾਣਾ ਹੈਗਾ, ਵੀਜ਼ਾ ਸਪਾਊਸ ਨਹੀਂ ਹੁੰਦਾ, ਵੀਜ਼ਾ ਹੁੰਦਾ ਡਿਪੈਂਡੈਂਟ ਵੀਜ਼ਾ। ਆਮ ਤੌਰ ਤੇ ਨੋਰਮਲ ਲੈਂਗੁਏਜ ਦੇ ਵਿੱਚ ਸਾਰੇ ਜਣੇ ਮੈਨੂੰ ਪਤਾ ਸਪਾਊਸ ਹੀ ਕਹਿੰਦੇ ਆ ਜੀ, ਸਪਾਊਸ ਵੀਜ਼ਾ ਕੁਛ ਨਹੀਂ ਹੁੰਦਾ, ਡਿਪੈਂਡੈਂਟ ਵੀਜ਼ਾ ਹੁੰਦਾ। ਡਿਪੈਂਡੈਂਟ ਵੀਜ਼ਾ ਤੁਸੀਂ ਨਾਲ ਆਪਣਾ ਕੁੜੀ ਦੇ ਨਾਲ, ਆਪਣੀ ਵਾਈਫ ਦੇ ਨਾਲ ਆਸਟ੍ਰੇਲੀਆ ਦਾ ਕਰ ਸਕਦੇ ਹੋ। ਕੈਨੇਡਾ ਦੇ ਵਿੱਚ ਪਹਿਲੇ ਤੁਸੀਂ ਜਾਓਗੇ, ਦੈਨ ਉਹਦੇ ਬਾਅਦ ਚੋਂ ਜਿਹੜਾ ਵੈ ਵਾਈਫ ਦਾ ਪਹਿਲੇ ਜਾਊਗਾ, ਮੇਨ ਐਪਲੀਕੈਂਟ ਜਾਊਗਾ ਜਿਹਨੇ ਪੜ੍ਹਾਈ ਕਰਨ ਲਈ ਜਾਣਾ, ਦੈਨ ਉਹਦਾ ਜਿਹੜਾ ਸਪਾਊਸ ਹੈ ਪਾਰਟਨਰ ਹੈ ਉਹ ਉੱਥੇ ਟੂਰਿਸਟ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਸਕਦਾ। ਮੈਂ ਇੱਕ ਚੀਜ਼ ਸਾਰਿਆਂ ਨੂੰ ਦੱਸਦਾ ਕਿ ਜੋ ਅੱਜ ਤੱਕ ਦਾ ਪੰਜਾਬ ਦਾ ਟ੍ਰੈਂਡ ਰਿਹਾ, ਚੰਗਾ ਤੁਸੀਂ ਸਪਾਊਸ ਵੀਜ਼ੇ ਦੀ ਗੱਲ ਕੀਤੀ, ਅੱਜ ਕਾਉਂਸਲਿੰਗ ਚੇਤੇ ਆ ਗਈ, ਸਵੇਰੇ ਇੱਕ ਸਟੂਡੈਂਟ ਆ ਕੇ ਮਿਲਿਆ ਕਹਿੰਦਾ ਜੀ ਸਾਡੇ ਪਿੰਡੋਂ ਬੰਦਾ ਗਿਆ, 6 ਮਹੀਨੇ ਹੋਏ ਉਹਦਾ 2 ਵਾਰ ਵੀਜ਼ਾ ਰਿਜੈਕਟ ਹੋ ਗਿਆ, ਵਾਈਫ ਉਹਨੇ ਭੇਜਤੀ ਉਹਨੂੰ, ਏਜੰਟ ਨੇ ਕਿਹਾ ਸੀ ਵੀ ਤੇਰਾ 3 ਮਹੀਨਿਆਂ ਬਾਅਦ ਵੀਜ਼ਾ ਅਪਲਾਈ ਹੋ ਜਾਏਗਾ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਗਲਤ ਕੀ ਗਿਆ ਹੈ ਇਹ ਦੱਸੋ ਨਾ। ਕਹਿੰਦੇ ਜੀ ਗਿਆ ਨੀ ਮੁੰਡਾ, ਮੈਂ ਕਿਹਾ ਉਹਨੇ ਥੋੜੀ ਕਿਹਾ ਸੀ 6 ਮਹੀਨੇ ਮੁੰਡਾ ਚੱਲੂਗਾ ਜਾਂ 3 ਮਹੀਨੇ ਮੁੰਡਾ ਚੱਲੂਗਾ, ਤੁਸੀਂ ਆਪ ਕਹਿ ਰਹੇ ਹੋ ਕਿ ਉਹਨੇ ਕਿਹਾ 3 ਮਹੀਨੇ ਬਾਅਦ ਅਪਲਾਈ ਹੋ ਜਾਏਗਾ। ਸੋ 3 ਮਹੀਨੇ ਬਾਅਦ ਅਪਲਾਈ ਕਰਨ ਦਾ ਮਤਲਬ ਹੈ ਅਪਲਾਈ ਕਰ ਦਾਂਗੇ ਫਾਰਮ ਭਰ ਕੇ, ਲੱਗਦਾ ਨਹੀਂ ਲੱਗਦਾ ਔਰ ਇੱਕ ਕਿਸਮਤ। ਪੰਜਾਬ ਦਾ ਟ੍ਰੈਂਡ ਇਹ ਰਿਹਾ ਕਿ ਜੀ ਜਦੋਂ ਕੁੜੀ ਨੂੰ ਉੱਥੇ ਵਰਕ ਪਰਮਿਟ ਮਿਲ ਜਾਏਗਾ, ਯਾਨੀ ਕਿ ਮੇਨ ਐਪਲੀਕੈਂਟ ਨੂੰ ਵਰਕ ਪਰਮਿਟ ਮਿਲ ਜਾਏਗਾ, ਤੁਹਾਡੇ ਉੱਥੇ ਵੀਜ਼ਾ 'ਚ ਕੋਈ ਪਰੇਸ਼ਾਨੀ ਨਹੀਂ ਆਉਣੀ। ਜਿੰਨੀ ਦੇਰ ਉੱਥੇ ਸਟੂਡੈਂਟਸ ਹੈ ਤੁਸੀਂ ਇੱਥੋਂ ਡਿਪੈਂਡੈਂਟ ਵੀ ਕਰ ਸਕਦੇ ਹੋ, ਟੂਰਿਸਟ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ, ਬਟ ਪ੍ਰੋਬੇਬਿਲਿਟੀ ਵੀਜ਼ਾ ਲੱਗਣ ਦੀ ਬਹੁਤ ਘੱਟ ਹੈ। ਅਗੇਨ ਉਹੀ ਹੈ ਵਿਦਆਊਟ ਆਇਲਸ ਜਾਂ ਵਿਦ ਆਇਲਸ 5.5 ਬੈਂਡ ਵਾਲੀ ਗੱਲ ਆ ਜਾਂਦੀ ਹੈ ਕਿ 10-15% ਦੀ ਪ੍ਰੋਬੇਬਿਲਿਟੀ ਰਹਿ ਜਾਂਦੀ ਹੈਗੀ ਹੈ। ਸੋ ਉਹ ਆਪਣੇ ਹੱਥ ਦੇ ਵਿੱਚ ਹੈ ਕਿ ਜਿਹੜੇ ਬੰਦੇ ਮੈਰਿਡ ਕੇਸਿਸ ਆ, ਮੈਂ ਪਹਿਲੇ ਇਹ ਕਹਾਂਗਾ ਮੈਰਿਡ ਕੇਸਿਸ ਸਿਰਫ ਔਰ ਸਿਰਫ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰੋ ਐਂਡ ਨਾਲ ਜਾਓ, ਐਂਡ ਜੇਕਰ ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਤੁਹਾਨੂੰ ਲੱਗਦਾ ਨਾਮ ਨਹੀਂ ਜਾ ਸਕਦੇ, ਕੈਨੇਡਾ ਜਾਣਾ ਤੇ ਪਹਿਲੇ ਦਿਨ ਤੋਂ ਐਕਸਪੈਕਟੇਸ਼ਨ ਦਿਮਾਗ ਦੇ ਵਿੱਚ ਇੱਕੋ ਚੀਜ਼ ਦੀ ਬਣਾ ਕੇ ਰੱਖੋ ਕਿ ਜਿੱਦਣ ਮੇਰੀ ਵਾਈਫ ਨੂੰ ਵਰਕ ਪਰਮਿਟ ਮਿਲੇਗਾ ਉਸ ਦਿਨ ਮੈਂ ਮੇਰਾ ਵੀਜ਼ਾ ਲੱਗੂਗਾ, ਜਾਂ ਮੈਂ ਆਪਣੇ ਜਾਨ ਦੀ ਹੋਪ ਰੱਖਦਾ ਕਿ ਅੱਜ ਮੈਂ ਆਪਣੀ ਵਾਈਫ ਨੂੰ ਭੇਜਣ ਲੱਗਾ, ਮੇਰੇ ਕੋਲ ਜਿਗਰਾ ਹੈਗਾ ਕਿ ਮੈਂ ਸਾਲ ਵੇਟ ਕਰ ਸਕਦਾ, ਮੈਨੂੰ ਕੋਈ ਤਕਲੀਫ ਵਾਲੀ ਚੀਜ਼ ਨਹੀਂ ਹੈ, ਕਦੀ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ। ਇਨਸਾਨ ਨੂੰ ਦੁੱਖ ਉਦੋਂ ਹੀ ਹੁੰਦਾ ਜਦੋਂ ਐਕਸਪੈਕਟੇਸ਼ਨ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ, ਔਰ ਇੱਕਦਮ ਜਦੋਂ ਐਕਸਪੈਕਟੇਸ਼ਨ ਮੀਟ ਨਹੀਂ ਹੁੰਦੀਆਂ, ਮੂੰਹ ਦੇ ਭਾਰ ਡਿੱਗਦਾ ਤੇ ਉਹਨੂੰ ਐਂ ਲੱਗਦਾ ਉਹਦੀ ਦੁਨੀਆ ਖਤਮ ਹੋ ਗਈ ਹੈ। ਇਹ ਇਕੱਲਾ ਵੀਜ਼ਾ ਨਹੀਂ, ਇਹ ਬੜੇ ਰਿਸ਼ਤਿਆਂ ਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ, ਐਕਸਪੈਕਟੇਸ਼ਨ ਲੈਵਲ ਇੱਥੇ ਹੁੰਦਾ ਹੈ ਐਂਡ ਜਿਹੜੀ ਡਿਲੀਵਰੀ ਉਹ ਇੱਥੇ ਹੁੰਦੀ ਹੈ, ਜਿਸ ਕਰਕੇ ਸਾਰੇ ਰਿਸ਼ਤੇ ਆਪਸ ਦੇ ਵਿੱਚ ਜਿਹੜੇ ਆ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ। ਸੋ ਵੀਜ਼ਾ ਦੀ ਵੀ ਕੁਛ ਇੱਦਾਂ ਦੀ ਹੀ ਕਹਾਣੀ ਹੈ, ਐਕਸਪੈਕਟੇਸ਼ਨ ਜਿਹੜੀਆਂ ਵੈ ਉਹ ਰੀਅਲ ਰੱਖੋ,
ਕਿ ਯਾਰ ਮੈਨੂੰ ਆਹ ਉਮੀਦ ਆ ਕਿ ਯਾਰ ਜੇਕਰ 1 ਸਾਲ ਮੈਨੂੰ ਆਪਣੀ ਵਾਈਫ ਤੋਂ ਦੂਰ ਵੀ ਰਹਿਣਾ ਪਿਆ ਤਾਂ ਕੋਈ ਪ੍ਰੋਬਲਮ ਨਹੀਂ ਹੈ ਦੈਨ ਮੇਰਾ ਕੀ ਉਹ ਮੇਰਾ ਰਾਈਟ ਬੰਦਾ ਵਾ ਹਾਂਜੀ ਜਦੋਂ ਵਰਕ ਪਰਮਿਟ ਦੇ ਉੱਤੇ ਕੁੜੀ ਹੁੰਦੀ ਹੈ ਕੋਈ ਵੀ ਬੰਦਾ ਉੱਥੇ ਜਿਹੜਾ ਵਰਕ ਪਰਮਿਟ ਤੇ ਉਹਦਾ ਵਿਆਹ ਹੋਇਆ ਉਹ ਆਪਣੇ ਪਾਰਟਨਰ ਨੂੰ ਵੀਜ਼ਾ ਤੇ ਬੁਲਾਉਣਾ ਚਾਹੁੰਦਾ ਵਾ ਉਹਨੂੰ ਉਹਦਾ ਲੀਗਲ ਰਾਈਟ ਹੈ ਉਹਨੂੰ ਕੋਈ ਵੀ ਨਹੀਂ ਡੱਕ ਸਕਦਾ ਗਾ ਅਨਲੈਸ ਅੰਟਿਲ ਕੋਈ ਤੁਹਾਡਾ ਜਾਲੀ ਕਾਗਜ਼ ਨਾ ਲੱਗਾ ਹੋਵੇ ਜਾਂ ਤੁਹਾਡੇ ਰਿਸ਼ਤਾ ਜਿਹਦੇ ਤੁਸੀਂ ਮੈਰਿਜ ਕੀਤੀ ਸੀ ਉਹਨੂੰ ਲੈ ਕਰਕੇ ਕੁਛ ਕੁਐਸਚਨਸ ਨਾ ਹੋ ਹੋਰ ਕੋਈ ਵੀ ਰੀਜ਼ਨ ਨਹੀਂ ਹੁੰਦਾ ਐਪਲੀਕੇਸ਼ਨ ਰਿਜੈਕਟ ਹੋਣ ਦਾ ਅਮਨਦੀਪ ਸਿੰਘ ਥੈਂਕ ਯੂ ਵੈਰੀ ਮੱਚ ਇਹ ਸਵਾਲ ਪੁੱਛਣ ਵਾਸਤੇ ਕਿ ਵੀ ਮੈਂ ਮੈਨੂੰ ਚੇਤਾ ਆ ਗਿਆ ਤੇ ਮੈਂ ਸਪਾਊਸ ਵਾਲੀ ਵੀ ਚੀਜ਼ ਲੋਕਾਂ ਨੂੰ ਕਲੀਅਰ ਕਰਤੀ ਕਿ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ 'ਚ ਲੋਕਾਂ ਨੂੰ ਨਾ ਇਨਫੋਰਮੇਸ਼ਨ ਹੁੰਦੀ ਹੈ ਬਟ ਟੁੱਟਵੀਂ ਹੁੰਦੀ ਹੈ ਹਿੱਸਿਆਂ ਦੇ ਵਿੱਚ ਹੁੰਦੀ ਹੈ ਜਿਸ ਕਰਕੇ ਉਹ ਰਾਈਟ ਕੰਸਲਟੈਂਟ ਦੀ ਭਾਲ ਦੇ ਵਿੱਚ ਰਹਿੰਦੇ ਹਨ ਹਰ ਇੱਕ ਬੰਦੇ ਦੇ ਦਫ਼ਤਰ ਜਾਂਦੇ ਆ ਕਿਉਂਕਿ ਹਰ ਕੋਈ ਬੰਦਾ ਕਹਿੰਦਾ ਜੀ ਮੈਂ ਰਾਈਟ ਕੰਸਲਟੈਂਟ ਹਾਂ ਸੋ ਮੈਂ ਕਹਿੰਦਾ ਜੀ ਸਾਰੇ ਪੰਜਾਬ ਦੇ ਕੰਸਲਟੈਂਟ ਦੀ ਰਾਈਟ ਹੈ ਜੀ ਕੋਈ ਮਾੜਾ ਹੈਗਾ ਹੀ ਨਹੀਂ ਗਾ ਆਪਾਂ ਕੱਲ੍ਹ ਕਿਸੇ ਨੂੰ ਮਾੜਾ ਕਹਿੰਦਾ ਆਪ ਹੀ ਸਿਆਣੇ ਬਣ ਜਾਈਏ ਤੇ ਉਹ ਜ਼ਿਆਦਾ ਵਧੀਆ ਤੇ ਸਿਆਣਪ ਇਸੇ ਚੀਜ਼ ਦੇ ਵਿੱਚ ਹੈ ਕਿ ਭਾਈ ਆਪਣੀ ਐਕਸਪੈਕਟੇਸ਼ਨ ਹੁੰਦੀਆਂ ਰੱਖੋ ਜੇ ਅੱਜ ਆਪਣਾ ਧੀ ਪੁੱਤ ਭੇਜਦੇ ਪਏ ਉਹ ਕੱਲ੍ਹ ਨੂੰ ਵਿਆਹ ਕਰਕੇ ਉਹਦੀ ਤੀਵੀ ਨੂੰ ਜਾਂ ਬੰਦੇ ਨੇ ਆਪ ਜਾਣਾ ਵਾ ਤੇ 1 ਸਾਲ ਦਾ ਟਾਈਮ ਲਾ ਕੇ ਚੱਲਿਓ ਜਾਂ ਇਹ ਚੀਜ਼ ਕਹਿ ਕੇ ਚੱਲਿਓ ਕਿ ਜਿੱਦਣ ਮੇਰੇ ਮੇਨ ਐਪਲੀਕੈਂਟ ਜਿੱਦਣ ਮੇਰੀ ਵਾਈਫ ਜਾਂ ਮੇਰੇ ਹਸਬੈਂਡ ਉੱਥੇ ਵਰਕ ਪਰਮਿਟ ਮਿਲ ਜੂਗਾ ਪੜ੍ਹਾਈ ਤੋਂ ਬਾਅਦ ਫਿਰ ਮੇਰੇ ਵੀਜ਼ੇ ਦੇ ਵਿੱਚ ਕਦੀ ਕੋਈ ਦਿੱਕਤ ਨਹੀਂ ਆਏਗੀ ਹੋਰ ਚੱਲਦੇ ਹਾਂ ਜੀ ਅੱਗੇ ਹੀਰੋ ਸਰਪੰਚ ਜੀ ਕਹਿੰਦੇ ਆ ਜੀ ਯਾਰ ਆਈ ਡੀ ਬਹੁਤ ਵਧੀਆ ਬਣਾਈ ਹੀਰੋ ਸਰਪੰਚ ਫਾਈਲ ਨੰਬਰ ਹੈ ਜੀ 1017080 ਅਕਤੂਬਰ ਦੀ ਆਫਰ ਲੈਟਰ ਅਪਲਾਈ ਕੀਤੀ ਹਜੇ ਤੱਕ ਆਫਰ ਨਹੀਂ ਆਈ ਜਨਵਰੀ ਕੇਸ ਜੇਕਰ ਇਹ 12th ਪਾਸ ਕੇਸ ਹੈਗਾ ਵਾ ਤੇ ਦੈਨ ਮਾਰਚ ਤੋਂ ਪਹਿਲੇ ਮੇਰਾ ਵੀ COE ਨਹੀਂ ਆਉਣੀ ਹੈਗੀ ਕਿਉਂਕਿ ਮਾਰਚ ਤੋਂ ਬਾਅਦ ਹੀ ਸਾਰੀਆਂ ਸੀਟਸ ਅਵੇਲੇਬਲ ਹੋਣੀਆਂ ਤੇ ਜੇਕਰ ਇਹ ਗ੍ਰੈਜੂਏਸ਼ਨ ਤੋਂ ਬਾਅਦ ਹੈ ਤੇ ਯੂਨੀਵਰਸਿਟੀਜ਼ ਅੱਜ 7 ਤਰੀਕ ਹੈ ਅੱਜ ਯੂਨੀਵਰਸਿਟੀਜ਼ ਖੁੱਲ੍ਹ ਗਈਆਂ ਫਾਈਲ ਨੰਬਰ ਮੈਂ ਨੋਟ ਕਰ ਲਿਆ ਸਵੇਰੇ ਫੋਲੋ ਅਪ ਦੇਖ ਕਰਕੇ ਮੇਰੀ ਵਨ ਆਫ ਮਾਈ ਟੀਮ ਮੈਂਬਰ ਵਿਲ ਗੈਟ ਬੈਕ ਟੂ ਯੂ ਹਰਸ਼ਦੀਪ ਜੀ ਕਹਿੰਦੇ ਆ ਜੀ ਮੇਰੇ ਸਪੀਕਿੰਗ 6.5 ਬੈਂਡ ਨੇ ਰੀਡਿੰਗ 5.5 ਬੈਂਡ ਹੈ ਰਾਈਟਿੰਗ 5.5 ਹੈ ਲਿਸਨਿੰਗ 5 ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਆਸਟ੍ਰੇਲੀਆ 'ਚ ਅਪਲਾਈ ਕਰ ਸਕਦਾ ਬਿਲਕੁਲ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ 'ਚ ਕੋਈ ਦਿੱਕਤ ਨਹੀਂ ਹੈ ਵਿਲ ਬੀ ਮੋਰ ਦੈਨ ਹੈਪੀ ਟੂ ਟੇਕ ਯੂ ਕੇਸ ਰਣਦੀਪ ਕੌਰ ਬਰਾੜ ਕਹਿੰਦੇ ਆ ਜੀ PTE ਦੇ ਵਿੱਚ 54 ਸਕੋਰ ਹੈ ਅਪਲਾਈ ਕਰ ਸਕਦੇ ਆ BSc ਨਰਸਿੰਗ ਕੈਨੇਡਾ ਲਈ ਆਪਣੀ ਪਹਿਲੇ ਪੁਰਾਣੀ ਜੇਕਰ ਤੁਹਾਡੀ 12ਵੀਂ ਮੈਡੀਕਲ ਹੈ ਮੈਥਮੈਟਿਕਸ ਨਾ ਲਗਾ ਵਾ ਤੇ ਅਪਲਾਈ ਕਰਨ 'ਚ ਕੋਈ ਦਿੱਕਤ ਨਹੀਂ ਹੈ ਬਟ ਮੈਂ ਰਿਕਮੈਂਡ ਕਰੂੰਗਾ ਕਿ ਭਾਈ ਤੁਸੀਂ ਬੈਚਲਰ ਡਿਗਰੀ ਨਾ ਜਾ ਕਰਕੇ ਡਿਪਲੋਮਾ ਲਈ ਕਰੋ ਜੇਕਰ ਕੈਨੇਡਾ ਦੇ ਵਿੱਚ ਕਰ ਰਹੇ ਹੋ 2 ਸਾਲ ਦਾ ਡਿਪਲੋਮਾ ਲਵੋ ਐਂਡ ਦੈਨ ਉਹਦੇ ਬਾਅਦ 'ਚ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਆਪਣੇ ਘੰਟੇ ਪੂਰੇ ਕਰੋ ਤੇ ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰੋ ਆਸਟ੍ਰੇਲੀਆ ਦੇ ਵਿੱਚ ਜੇਕਰ ਕਰਨਾ ਹੈ ਤਾਂ ਡਿਪਲੋਮਾ ਨੂੰ ਇਗਨੋਰ ਕਰਕੇ ਡਿਗਰੀ ਵਾਸਤੇ ਕਰੋ ਹਰ ਇੱਕ ਕੰਟਰੀ ਦੀਆਂ ਆਪਣੀਆਂ ਪਾਲਿਸੀਜ਼ ਹੈ PR ਨੂੰ ਲੈ ਕਰਕੇ ਸੋ PR ਨੂੰ ਲੈ ਕਰਕੇ ਕਿਉਂਕਿ ਅਲਟੀਮੇਟ ਗੋਲ ਸਾਡਾ ਇਹ ਹੁੰਦਾ ਕਿ ਵੀ ਸਾਨੂੰ ਰੈਜ਼ੀਡੈਂਸੀ ਕਦੋਂ ਮਿਲੇਗੀ ਸਾਨੂੰ ਕੰਮ ਕਰਨ ਦੀ ਪਰਮਿਸ਼ਨ ਕਦੋਂ ਮਿਲੇਗੀ ਸਾਨੂੰ ਵਰਕ ਪਰਮਿਟ ਕਦੋਂ ਮਿਲੇਗਾ ਸੋ ਵੀ ਨੀਡ ਟੂ ਕੈਲਕੂਲੇਟ ਐਵਰੀਥਿੰਗ ਇਨ ਦੈਟ ਵਿਊ ਕਿ ਜੀ ਮੈਨੂੰ PR ਜਦੋਂ ਮਿਲਣੀ ਹੈਗੀ ਹੈ ਉਹਦੇ ਲਈ ਕੀ ਆਪਣਾ ਪੈਰਾਮੀਟਰਸ ਹੈਗੇ ਆ ਮੈਨੂੰ ਉਹ ਵਾਲੇ ਕੋਰਸਿਸ ਸਿਲੈਕਟ ਕਰਨੇ ਆ ਜਾਂ ਡਿਗਰੀ ਲੈਣੀ ਜ਼ਰੂਰੀ ਹੈ ਜਾਂ ਡਿਪਲੋਮਾ ਲੈਣਾ ਜ਼ਰੂਰੀ ਹੈ ਕਿ ਅਲਟੀਮੇਟ ਜਿਹੜਾ ਗੋਲ ਹੈ PR ਉਹ ਮੇਰਾ ਸਫ਼ਰ ਨਹੀਂ ਹੋਣਾ ਚਾਹੀਦਾ ਸ਼ਮਸ਼ੀਰ ਸਿੰਘ ਸ਼ੇਰਾ ਜੀ ਕਹਿੰਦੇ ਮੇਰਾ ਬ੍ਰਦਰ 2016 ਪਾਸ ਆਊਟ ਹੈ 12ਵੀਂ 80% ਮਾਰਕਸ ਹੈ PTE 54 ਹੈ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਸਕਦਾ 2016 ਪਾਸ ਆਊਟ ਹੈ 80% ਮਾਰਕਸ ਹੈ ਜੀ ਬਿਲਕੁਲ ਕਰ ਸਕਦਾ ਜੀ ਇਮੀਡੀਏਟਲੀ ਅਪਲਾਈ ਕਰੋ ਕੋਈ ਸਮੱਸਿਆ ਨਹੀਂ ਰਾਜਪ੍ਰੀਤ ਧਾਲੀਵਾਲ ਕਹਿੰਦੇ ਟੈਲ ਅਸ ਦਾ ਗੁੱਡ ਕਾਲਜ ਆਫ ਕੈਨੇਡਾ ਅਕੋਰਡਿੰਗ ਟੂ ਦਾ ਲੋਕੇਸ਼ਨ ਚਲੋ ਇਹ ਵੀ ਬਹੁਤ ਵਧੀਆ ਸਵਾਲ ਹੈ ਥੈਂਕ ਯੂ ਵੈਰੀ ਮੱਚ ਰਾਜਪ੍ਰੀਤ ਸਿੰਘ ਇਹ ਸਵਾਲ ਪੁੱਛਣ ਵਾਸਤੇ ਕਹਿੰਦੇ ਜੀ ਚੰਗਾ ਮਾੜਾ ਕੋਈ ਨਹੀਂ ਹੁੰਦਾ ਆਪਣੇ ਅੰਦਰ ਹੀ ਇਨਸਾਨ ਦੇ ਕਮੀਆਂ ਐਂਡ ਆਪਣੇ ਅੰਦਰ ਹੀ ਅਸੀਂ ਇੱਥੇ ਬੈਠੇ ਹੋਏ 4 ਬੰਦਿਆਂ ਨੇ ਐਡ ਵਧੀਆ ਦਿੱਤੀਆਂ ਤੇ ਉਹ ਚੰਗਾ ਹੋ ਜਾਂਦਾ ਹੈ ਤੇ ਜਿਹੜੀਆਂ ਐਡਾਂ ਨਹੀਂ ਆਉਂਦੀਆਂ ਉਹ ਵਿਚਾਰੇ ਮਾੜੇ ਥੋੜੀ ਹੋ ਜਾਂਦੇ ਸਾਰੇ ਹੀ ਚੰਗੇ ਔਰ ਸਾਰੇ ਹੀ ਮਾੜੇ ਕੋਈ ਇਹਦੇ ਵਿੱਚ ਬਹੁਤ ਬੈਸਟ ਜਾਂ ਬਹੁਤ ਨਹੀਂ ਹੈ ਹਾਂ ਜੇਕਰ ਮੈਂ ਟੌਪ ਨੋਰੀ ਇੰਸਟੀਟਿਊਟ ਦੀ ਗੱਲ ਕਰ ਲਾਂ ਰੇਟਿੰਗ ਹੁੰਦੀ ਹੈ ਜਿੰਨੇ ਵੀ ਇੱਕ ਅਧਾਰੇ ਹੁੰਦੇ ਆ ਇੱਕ ਸੋਰਸਿਸ ਹੁੰਦੇ ਆ ਕੋਈ ਡਿਫਰੈਂਟ ਨਿਊਜ਼ ਪੇਪਰ ਉਹ ਰੇਟਿੰਗ ਕੱਢ ਦਿੰਦਾ ਹੈ ਕਿ ਜੀ ਆਹ ਟੌਪ 10 ਕਾਲਜਿਸ ਹੈ ਕੋਈ ਡਿਫਰੈਂਟ ਪੋਰਟਲਸ ਹੈ ਉਹ ਕੱਢ ਦਿੰਦੀ ਹੈ ਜੀ ਇਹ ਟੌਪ 10 ਕਾਲਜਿਸ ਹੈ ਮੈਟਰ ਕੀ ਕਰਦਾ ਹੈ ਜੇਕਰ ਅਸੀਂ ਆਪਣੀ ਅੱਜ ਗੱਲ ਕਰ ਲਈਏ ਅਸੀਂ ਪੰਜਾਬੀ ਹਾਂ ਇੰਡੀਅਨਸ ਹਾਂ ਆਪਣੀ ਗੱਲ ਕਰ ਲਈਏ ਸਾਡੇ ਲਈ ਵਧੀਆ ਉਹ ਹੈ ਕਿ ਜਿੱਥੇ ਪੜ੍ਹਾਈ ਕਰਕੇ ਭਾਈ ਸਾਨੂੰ ਵਰਕ ਪਰਮਿਟ ਮਿਲ ਜਾਵੇ ਵਰਕ ਪਰਮਿਟ ਤੋਂ ਬਾਅਦ ਪਰਮਾਨੈਂਟ ਰੈਜੀਡੈਂਸੀ ਮਿਲ ਜਾਵੇ ਸਾਨੂੰ ਨੌਕਰੀ ਮਿਲ ਜਾਵੇ ਜਿਹੜਾ ਕੋਰਸ ਕਰਨ ਲਈ ਚੱਲੇ ਗਏ ਉਹਨੂੰ ਇਸ ਤਰੀਕੇ ਦੇ ਨਾਲ ਪੜ੍ਹਾਇਆ ਜਾਵੇ ਸਾਨੂੰ ਕੱਲ੍ਹ ਨੂੰ ਨੌਕਰੀ ਲੱਭਣ ਲੱਗਿਆ ਕੋਈ ਪ੍ਰੋਬਲਮ ਨਾ ਹਾਂਜੀ ਜੇ ਤਗਮੇ ਲਾਉਣੇ ਆ ਤੇ ਦੈਨ ਫਿਰ ਕਾਲਜ ਨਹੀਂ ਹੁੰਦਾ ਫਿਰ ਉਹ ਯੂਨੀਵਰਸਿਟੀ ਹੁੰਦੀ ਹੈ ਕਿ ਜੀ ਸਾਡਾ ਬੱਚਾ ਜੀ ਉੱਥੋਂ ਵਰਲਡ ਦੀਆਂ ਟੌਪ 10 ਯੂਨੀਵਰਸਿਟੀਜ਼ ਤੋਂ ਪੜ੍ਹਿਆ ਹੈ ਦੈਨ ਉਹਨਾਂ ਦੀਆਂ ਰਿਕੁਆਇਰਮੈਂਟਸ ਕੀ ਡਿਫਰੈਂਟ ਹੁੰਦੀਆਂ ਸੋ ਕਹਿੰਦੇ ਨਾ ਆਪ ਚੰਗੇ ਤੇ ਜੱਗ ਚੰਗਾ ਸੋ ਉਹੀ ਵਾਲੀ ਚੀਜ਼ ਹੈ ਕਿ ਵੀ ਕਾਲਜਿਸ ਸਾਰੇ ਹੀ ਵਧੀਆ
ਕੋਈ ਸਮੱਸਿਆ ਨਹੀਂ ਹੈ, ਡਿਪੈਂਡ ਕਰਦਾ ਤੁਹਾਡੀ ਅਕੈਡਮਿਕ ਕੈਪੇਬਿਲਿਟੀ ਕੀ ਹੈ, ਉਸ ਕੈਪੇਬਿਲਿਟੀ ਦੇ ਅਕੋਰਡਿੰਗ ਉਹ ਅਕੈਡਮਿਕ ਜੋ ਤੁਸੀਂ ਇੱਥੇ ਕੀਤਾ ਤੁਹਾਨੂੰ ਰਾਈਟ ਕੋਰਸ ਕਿੱਥੇ ਮਿਲ ਰਿਹਾ ਹੈਗਾ ਵਾ ਪਹਿਲਾਂ ਚੂਜ਼ ਕਰਨਾ ਉਹ ਜ਼ਰੂਰੀ ਹੈ, ਬਿਕੋਜ਼ ਇੱਥੇ ਅੰਬੈਸੀ ਦੇ ਤੁਹਾਡੀ ਉਹ ਕੋਰਸ ਸਿਲੈਕਸ਼ਨ ਦੇਖਣੀ ਹੈ। ਗੁੱਡ ਤੋਂ ਇੱਕ ਹੋਰ ਮੈਨੂੰ ਚੀਜ਼ ਚੇਤੇ ਆ ਗਈ, ਅੱਜ ਮੈਂ ਸਵੇਰੇ ਇੱਕ ਵਰਡ ਯੂਜ਼ ਕੀਤਾ ਸੀ, ਮੈਂ ਅੱਜ ਦੁਬਾਰਾ ਹੁਣ ਫਿਰ ਉਹ ਵਾਲੀ ਚੀਜ਼ ਸ਼ੇਅਰ ਕਰਾਂਗਾ। ਕਾਫੀ ਲੋਕ ਹੁੰਦੇ ਆ ਕਿ ਵੀ ਜਿਹੜੇ ਬਾਹਰ ਬੱਚੇ ਆਪਣਾ ਰਿਸ਼ਤੇਦਾਰ ਬੈਠੇ ਆ, ਦੋਸਤ ਸਕੇ ਸੰਬੰਧੀ ਬੈਠੇ ਆ, ਉਹ ਉੱਥੇ ਐਡਵਾਈਸ ਕਰਦੇ ਆ, ਉਹਨਾਂ ਦੇ ਅਕੋਰਡਿੰਗ ਇੱਥੇ ਆਪਣੇ ਸਟੈਪਸ ਲੈਂਦੇ ਪਏ ਆ। ਬਹੁਤ ਵਧੀਆ ਚੀਜ਼ ਹੈ, ਬਹੁਤ ਬਹੁਤ ਵਧੀਆ ਚੀਜ਼ ਹੈ। ਜਿਹਨਾਂ ਦੇ ਰਿਸ਼ਤੇਦਾਰ ਬਾਹਰ ਬੈਠੇ ਆ, ਰਿਲੇਟਿਵ ਬਾਹਰ ਬੈਠੇ ਆ, ਉਹਨਾਂ ਦੀ ਸਪੋਰਟ ਕਰਦੇ ਆ, ਉਹ ਦੇਖਦੇ ਆ ਕਿ ਬਈ ਜੋ ਸਾਨੂੰ ਇੱਥੇ ਆ ਕਰਕੇ ਚੈਲੰਜਸ ਆਏ ਆ, ਜਿਹੜੇ ਸਾਡੇ ਉੱਥੇ ਦੋਸਤ ਸਕੇ ਸੰਬੰਧੀ ਇੱਥੇ ਆ ਰਹੇ ਆ, ਉਹਨਾਂ ਨੂੰ ਚੈਲੰਜਸ ਨਾ ਫੇਸ ਕਰਨੇ ਪਏ ਤੇ ਉਹ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਗਾਈਡ ਕਰਨਾ ਸ਼ੁਰੂ ਕਰਦੇ ਆ। ਐਂਡ ਉਹਦੇ ਵਿੱਚ ਬਟ ਉਹ ਉੱਥੋਂ ਦੀ ਗਰਾਊਂਡ ਰਿਐਲਿਟੀ ਤੇ ਦੱਸ ਦਿੰਦੇ ਆ, ਅੰਬੈਸੀ ਦਾ ਕੀ ਸਿਨੈਰੀਓ ਚੱਲ ਰਿਹਾ, ਇਹਤੋਂ ਉਹ ਥੋੜਾ ਜਿਹਾ ਅਨਅਵੇਅਰ ਰਹਿੰਦੇ ਗਏ ਪਾਲਿਸੀਜ ਨੂੰ ਲੈ ਕਰਕੇ, ਕਿਤੇ ਨਾ ਕਿਤੇ ਅਨਅਵੇਅਰਨੈਸ ਰਹਿੰਦੀ ਹੈ। ਸੋ ਮੇਕ ਸ਼ੋਰ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ ਦੋਵੇਂ ਪੈਰਾਮੀਟਰਸ ਨੂੰ ਦਿਮਾਗ 'ਚ ਰੱਖ ਕੇ ਚੱਲੋ ਕਿ ਜਿਹੜੇ ਤੁਹਾਡੇ ਰਿਲੇਟਿਵ ਐਡਵਾਈਸ ਦੇ ਰਹੇ ਆ ਬਿਲਕੁਲ ਠੀਕ ਐਡਵਾਈਸ ਦੇ ਰਹੇ ਹੋਣਗੇ, ਗਲਤ ਐਡਵਾਈਸ ਨਹੀਂ ਦੇ ਰਹੇ ਹੋਣਗੇ। ਕਿਉਂਕਿ ਹਰ ਕੋਈ ਬੰਦਾ ਇਹ ਚਾਹੁੰਦਾ ਕਿ ਵੀ ਮੈਂ ਜੋ ਪ੍ਰੋਬਲਮਸ ਫੇਸ ਕੀਤੀਆਂ ਮੇਰੇ ਪਿਛਲੇ ਵਾਲੇ ਜਿਹੜੇ ਮੇਰੇ ਦੋਸਤ ਅੱਗੇ ਸੰਬੰਧੀ ਆ ਰਹੇ ਉਹ ਪ੍ਰੋਬਲਮ ਫੇਸ ਨਾ ਕਰਨ। ਸੋ ਇੱਕ ਤੇ ਉਹ ਵਾਲੀ ਚੀਜ਼ ਆ, ਉਹਦੇ ਨਾਲ ਦੇ ਨਾਲ ਤੁਹਾਡੀ ਰਿਸਪੋਂਸੀਬਿਲਿਟੀ ਹੈ, ਤੁਹਾਡਾ ਫਰਜ਼ ਬਣਦਾ ਹੈ ਕਿ ਵੀ ਕਰੰਟ ਮਾਰਕੀਟ, ਕਰੰਟ ਐਮਬੈਸੀ ਦਾ ਸਿਨੈਰੀਓ ਕੀ ਚੱਲ ਰਿਹਾ ਵਾ, ਉਹਨਾਂ ਨੂੰ ਉਸ ਪਾਲਿਸੀਜ਼ ਨੂੰ ਲੈ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਉਹ ਚੀਜ਼ ਸਾਂਝੀ ਜ਼ਰੂਰ ਕਰੋ। ਨਹੀਂ ਤੇ ਮੈਂ ਬਹੁਤ ਕੇਸਿਸ 'ਚ ਦੇਖਿਆ ਚੰਗੀ ਭਲੀ ਪ੍ਰੋਫਾਈਲ ਹੁੰਦੀ ਹੈ, ਸਿਰਫ ਗਲਤ ਕੋਰਸ ਦੀ ਸਿਲੈਕਸ਼ਨ ਕਰਕੇ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਹੈ। ਅੱਜ ਦੀ ਇੱਕ ਇੰਟਰਸਟਿੰਗ ਦੀ ਚੀਜ਼ ਦੱਸ ਦਿੰਦਾ, ਸਟੂਡੈਂਟ ਦੇ 6-6.5 ਬੈਂਡ ਗਏ ਸੀਗੇ ਕੋਰਸ ਉੱਤੇ ਸਿਲੈਕਟ ਕੀਤਾ, ਆਟੋਮੋਟਿਵ ਡਿਪਲੋਮਾ, ਉਹ ਵੀ ਇੱਦਾਂ ਦੇ ਕਾਲਜ 'ਚ, ਮੈਂ ਨਾਮ ਨਹੀਂ ਲਵਾਂਗਾ ਇੱਥੇ, ਇੱਦਾਂ ਦੇ ਕਾਲਜ ਦੇ ਵਿੱਚ ਮਤਲਬ ਜਿੱਥੇ ਅਸੀਂ 5.5 ਬੈਂਡ ਵਾਲਾ ਵੀ ਬੱਚਾ ਸ਼ਾਇਦ ਨਾ ਪਾਈਏ, ਬਟ ਉੱਥੋਂ ਆਇਆ ਜੀ ਮੇਰੇ ਰੈਲੇਟਿਵ ਨੇ ਐਡਵਾਈਸ ਕੀਤੀ। ਮੈਂ ਤਾਂ ਰੈਲੇਟਿਵ ਨੇ ਬਿਲਕੁਲ ਠੀਕ ਐਡਵਾਈਸ ਕੀਤੀ, ਰੈਲੇਟਿਵ ਨੇ ਗਲਤ ਐਡਵਾਈਸ ਨਹੀਂ ਕੀਤੀ, ਬਟ ਭਾਈ ਅਸੀਂ ਇੱਥੇ ਜਿਹੜਾ ਵਾ ਅਖਬਾਰਾਂ ਦੇ ਜ਼ਰੀਏ, ਟੀਵੀ ਸ਼ੋਅਜ਼ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ ਦੱਸੀਦਾ ਕਿ ਭਾਈ ਆਹ ਵਾਲੇ ਕੋਰਸਿਸ ਦੇ ਵੀਜ਼ਾਸ ਆਣੇ ਆ ਔਰ ਇਹ ਵਾਲੇ ਕੋਰਸਿਸ ਦੇ ਵੀਜ਼ਾਸ ਨਹੀਂ ਆਣੇ, ਅੱਜ ਦੀ ਡੇਟ 'ਚ ਟ੍ਰੈਂਡ ਇਹ ਚੱਲ ਰਿਹਾ, ਉਹ ਉਹਨਾਂ ਨੂੰ ਕਿੰਨੇ ਦੱਸਣਾ ਸੀਗਾ, ਬਸ ਫਿਰ ਉਹਦੇ ਬਾਅਦ 'ਚ ਕੋਈ ਆਨਸਰ ਨਹੀਂ ਸੀ। ਸੋ ਇਹਨਾਂ ਨਿਚੋੜ ਇਹੀ ਹੈ, ਲਾਈਫ ਤੁਹਾਡੀ ਹੈ, ਐਡਵਾਈਸ ਜ਼ਰੂਰ ਲਵੋ, ਬਟ ਉਹਨਾਂ ਨੂੰ ਜੋ ਇੱਥੋਂ ਦੀ ਕਰੰਟ ਪਾਲਿਸੀ ਚੱਲ ਰਹੀ ਹੈ ਉਹਦੇ ਬਾਰੇ ਅਵੇਅਰ ਜ਼ਰੂਰ। ਅਗਲਾ ਸਵਾਲ ਹੈ ਜੀ ਗੁਰਪ੍ਰੀਤ ਕੌਰ ਦਾ ਜੀ, ਮੈਂ BSc GNM ਨਰਸਿੰਗ ਕੀਤੀ ਹੈ 2015 ਪਾਸ ਆਊਟ, 72% ਮਾਰਕਸ ਹੈ, ਵਿਦਆਊਟ ਆਇਲਸ ਵੀਜ਼ਾ ਲੱਗ ਸਕਦਾ ਕੈਨੇਡਾ ਦਾ, 72% ਮਾਰਕਸ ਹੈ ਜੀ, ਹੈਲਥ ਕੇਅਰ ਅਸਿਸਟੈਂਟ ਦੇ ਕੋਰਸ ਵਾਸਤੇ ਅਪਲਾਈ ਕਰ ਸਕਦੇ ਹੋ। ਬਟ ਗੁਰਪ੍ਰੀਤ ਇੱਕ ਚੀਜ਼ ਦਾ ਖਿਆਲ ਰੱਖਣਾ ਪਲੀਜ਼, ਕਿ ਮੈਂ ਦੱਸਿਆ ਕਿ ਇੱਕ ਬੰਨੇ ਅਸੀਂ ਗੱਲ ਕੀਤੀ ਹੈ ਕਿ 90% ਦਾ ਸਕਸੈਸ ਰੇਟ ਆ ਆਰਗਨਾਈਜੇਸ਼ਨ ਦਾ ਵਿਦਆਊਟ ਆਇਲਸ ਜਾਂ ਲੋ ਬੈਂਡ ਆਇਲਸ ਦੇ ਨਾਲ ਜਦੋਂ ਅਸੀਂ ਅਪਲਾਈ ਕਰਦੇ ਹਾਂ ਸਕਸੈਸ ਰੇਟ ਕਰਦਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਐਪਲੀਕੇਸ਼ਨ ਦਰਜ ਕਰਨ ਦੇ ਵਿੱਚ। ਬਟ ਇਹ ਕਹਿੰਦੇ ਨਾ ਕਿ ਵੀ ਚੀਜ਼ ਖੋਲ੍ਹ ਕੇ ਦੱਸ ਦੇਣੀ ਚਾਹੀਦੀ ਹੈ ਚੰਗੀਆਂ ਚੰਗੀਆਂ ਚੀਜ਼ਾਂ, ਤਾਂ ਹਰ ਕੋਈ ਦੱਸਦਾ ਮਾੜੀ, ਔਰ ਜਿਹਨੇ ਕਹਿੰਦੇ ਨਾ ਕੌੜੀਆਂ ਚੀਜ਼ਾਂ ਉਹਨੂੰ ਪਹਿਲੇ ਦੱਸ ਦਿੱਤਾ ਜਾਵੇ ਤਾਂ ਵਧੀਆ। ਜੇਕਰ ਤੁਹਾਡੀ ਐਕਸਪੈਕਟੇਸ਼ਨ ਹੈਗੀ ਓਕੇ ਜੀ ਫਾਈਨ, ਆਈ ਜਸਟ ਵਾਂਟ ਟੂ ਗਿਵ ਇਟ ਟ੍ਰਾਈ, ਆਈ ਡੋ ਨੋਟ ਹੈਵ ਐਨੀ ਪ੍ਰੋਬਲਮ, ਆਮ ਮੋਰ ਦੈਨ ਹੈਪੀ ਟੂ ਟੇਕ ਦਾ ਐਪਲੀਕੇਸ਼ਨ, ਮੈਨੂੰ ਕੋਈ ਪ੍ਰੋਬਲਮ ਵਾਲੀ ਚੀਜ਼ ਨਹੀਂ। ਬਟ ਜਿਹੜਾ ਐਡਵਾਈਸ ਇਹ ਕਰੂੰਗਾ ਆਇਲਸ ਜ਼ਰੂਰ ਕਰ ਲਓ, ਕਿਉਂਕਿ ਜੇ ਆਇਲਸ ਇੰਗਲਿਸ਼ ਕਰਕੇ ਭੱਜਦੇ ਹੋ ਨਾ ਤਾਂ ਬਾਹਰ ਜਾ ਕਰਕੇ ਤਰੱਕੀ ਘੱਟ, ਤੇ ਜਿੱਦਾਂ ਕਹਿ ਲਓ ਕਿ ਵੀ ਲੋਕਾਂ ਨੂੰ ਵੇਖ ਕਰਕੇ ਸਾੜਾ ਜ਼ਿਆਦਾ ਹੋਊਗਾ, ਯਾਰ ਉਹ ਦੇਖ ਕਿੱਥੇ ਪਹੁੰਚ ਗਿਆ ਤੇ ਉਹ ਦੇਖ ਕਿੱਥੇ ਪਹੁੰਚਿਆ, ਆਪਣੀਆਂ ਕਮੀਆਂ ਘੱਟ ਦਿਸਣਗੀਆਂ ਤੇ ਕਾਮਯਾਬੀ ਜਿਹੜੀ ਆ ਉਹ ਫੁੱਲੀ ਉਹਦੀ ਫੇਸਿਸ 'ਚ ਮਿਲੇਗੀ, ਕਿਉਂਕਿ ਜਿੱਥੇ ਅਸੀਂ ਚੱਲੇ ਹਾਂ ਉੱਥੇ ਮੇਨ ਲੈਂਗੁਏਜ ਇੰਗਲਿਸ਼ ਬੋਲੀ ਜਾਣੀ ਹੈ। ਐਂਡ ਜੇਕਰ ਇੰਗਲਿਸ਼ ਮੇਰਾ ਹੱਥ ਤੰਗ ਹੈਗਾ ਵੈ ਤੇ ਕਿਤੇ ਵੀ ਚੰਗੀ ਜੋਬ ਲੈਣ ਲੱਗਿਆ ਵੀ ਜਿਹੜਾ ਮੈਂ ਇੰਟਰਵਿਊ 'ਤੇ ਜਾਣ ਲੱਗਿਆ ਵੀ 10 ਵਜੇ ਬੰਦਾ ਸੋਚਦਾ ਵੈ। ਆਈ ਹੋਪ ਮੇਰੀ ਐਡਵਾਈਸ ਤੁਹਾਡੇ ਕੰਮ ਆਊਗੀ, ਐਂਡ ਜਿਹੜਾ ਵਾ ਕਿ ਵੀ ਜੇ ਆਇਲਸ ਕਰ ਲਓਗੇ ਤੇ ਉਹ ਸੋਹਣਾ ਰਹੂਗਾ, ਤੁਹਾਡੀ ਜ਼ਿੰਦਗੀ ਵੀ ਸੌਖੀ ਰਹੂਗੀ ਤੇ ਪਿੱਛੇ ਪਰਿਵਾਰ ਦੀ ਵੀ ਸੌਖੀ ਰਹੇਗੀ। ਸਿਮਰ ਵਾਲੀਆ ਜੀ ਕਹਿੰਦੇ ਜੀ ਆਸਟ੍ਰੇਲੀਆ ਮੈਲਬਰਨ ਸਪਾਊਸ ਵੀਜ਼ਾ ਘੱਟੋ ਘੱਟ ਕਿੰਨਾ ਖਰਚਾ ਆਉਂਦਾ ਹੈ? ਭਾਜੀ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਦੇ ਵਿੱਚ ਪਹਿਲੀ ਚੀਜ਼ ਤੇ ਕਿਸੇ ਵੀ ਯੂਨੀਵਰਸਿਟੀ ਨੇ ਤੁਹਾਡੀ GTE ਕਲੀਅਰ ਨਹੀਂ ਕਰਨੀ ਜੇਕਰ ਤੁਸੀਂ ਸਪਾਊਸ ਐਪਲੀਕੇਸ਼ਨ ਲਗਾ ਲਓ, ਖਰਚਾ ਖੁਰਚਾ ਦੇ ਬਹੁਤ ਬਾਹਰ ਦੀ ਗੱਲ ਹੈ। ਸੋ ਜਿਹੜਾ ਹੈਗਾ ਵਾ ਕਿ ਜੇ ਮੈਲਬਰਨ ਤੋਂ ਛੱਡ ਕੇ ਕਿਸੇ ਹੋਰ ਜਗ੍ਹਾ ਦਾ ਅਪਲਾਈ ਕਰੋਗੇ ਤੇ ਸਪਾਊਸ ਦਾ ਸ਼ਾਇਦ ਕੋਈ ਸਕਸੈਸ ਰੇਟ ਤੁਹਾਡਾ ਹੋ ਸਕੇ। ਸ਼ਗਨਦੀਪ ਜਗਮੀਤ ਬਰਾੜ ਜੀ ਕਹਿੰਦੇ ਆ ਜੀ ਮੈਂ +2 ਵਿਦ ਮੈਥ ਇਕਨੋਮਿਕਸ ਆਟੋਮੋਬਾਈਲ ਐਂਡ ਮਕੈਨੀਕਲ ਡਿਪਲੋਮਾ ਕੀਤਾ ਵਾ ਰੀਸੈਂਟਲੀ, ਮੈਨੂੰ ਕਿੰਨੇ ਬੈਂਡ ਚਾਹੀਦੇ? ਮੇਰਾ ਵੀ 6 ਬੈਂਡ ਲਾਇਆ, ਸੌਖਾ ਰਵਾਂਗੇ। ਸ਼ਗਨਦੀਪ ਮਲਖਾਣਾ ਜੀ ਕਹਿੰਦੇ ਸਰ ਆਈ ਨੀਡ ਅ ਜੋਬ ਇਨ ਯੋਰ ਕੰਪਨੀ, ਸਰ ਆਪਣਾ ਰੈਜ਼ਿਊਮੇ ਭੇਜ ਦਿਓ, ਸਰ HR ਟੀਮ ਨੂੰ ਮੈਂ ਫੋਰਵਰਡ ਕਰ ਦਾਂਗਾ। HR ਹਰ ਜਸਟ ਲੋਕ ਕਹਿੰਦੇ
when you come to Amritsar, ma'am, kal ajay Amritsar isi Sunday, hun next week de vich Amritsar chakkar lagawanga. Deep Shagan ji kehnde ji, Shagandeep ji kehnde ji, sir, when is your Bathinda schedule? Haje mera Bathinda da Shagan ji nahi schedule laga, jadon aayega main Facebook de utte hi update kar dunga. Gurpreet ji main answer de chuka tuhanu ji. Prince Rajput kehnde ji, Australia High Commission study visa spouse de rahi hai ki nahi? Paaji bilkul de rahi hai ji, profile genuine hove. ਵੀਜ਼ਾ ਕਦੀ ਨਹੀਂ ਰੁਕਦੇ, ਪ੍ਰੋਬਲਮ ਉਹੀ ਆਉਂਦੀ ਹੈ ਕਿ ਪ੍ਰੋਫਾਈਲ ਕਿੰਨੀ ਸਟਰੋਂਗ ਸੀ ਜਾਂ ਪ੍ਰੋਫਾਈਲ ਦੇ ਵਿੱਚ ਕੀ ਕਮੀ ਹੈਗੀ ਸੀ. ਦੈਨ ਉਹਦੇ ਬਾਅਦ ਚੋਂ ਜੀ ਪੀ ਆਰ ਪੀ ਰੰਧਾਵਾ ਜੀ ਕਹਿੰਦੇ ਆ, ਸਰ ਸਪਾਊਸ ਵੀਜ਼ਾ ਲਈ ਕਿੰਨੇ ਬੈਂਡ ਦੀ ਲੋੜ ਹੈ? ਭਾਜੀ ਭਾਵੇਂ ਸਪਾਊਸ ਕਰੋ ਚਾਹੇ ਸਿੰਗਲ ਕਰੋ, 6 ਬੈਂਡ ਲਿਆ ਦਿਓ ਜੀ. ਜਗਮੀਤ ਬਰਾੜ ਜੀ ਕਹਿੰਦੇ ਗੁੱਡ ਜੋਬ ਸਰ, ਥੈਂਕ ਯੂ ਵੈਰੀ ਮੱਚ ਜੀ. ਜਗਮੀਤ ਬਰਾੜ ਜੀ ਕਹਿੰਦੇ ਸਰ ਈਚ ਔਰ ਓਵਰਆਲ 6 ਮੇਰਾ ਵੀਰ ਲਿਆ ਦੇ, ਕੋਈ ਪ੍ਰੋਬਲਮ ਨਹੀਂ ਹੈ. ਪ੍ਰੀਤ ਕਵਲ ਜੀ ਕਹਿੰਦੇ ਆਫਟਰ ਬੀ ਟੈਕ in CSE, can I go for the college diploma in computer network system technician? ਹਾਂ ਜੀ ਜਾ ਸਕਦੇ ਹੋ, ਬਟ ਇਹ ਦੇਖਣਾ ਬੀਟੈਕ ਮੇਰਾ ਵੀ ਸਪਨੀਆਂ ਕਿੰਨੀਆਂ ਵਾ, ਬੀਟੈਕ ਸਬਜੈਕਟਸ ਕਿਹੜੇ ਪੜ੍ਹੇ ਆ, ਨੈਟਵਰਕਿੰਗ ਦਾ ਕੋਈ ਆਪਣਾ ਪੁਰਾਣਾ ਮੇਲ ਜੋਲ ਨਾਤਾ ਹੈਗਾ ਕਿ ਨਹੀਂ ਹੈਗਾ? ਦੈਨ ਗੁਰਪ੍ਰੀਤ ਕੌਰ ਕਹਿੰਦੇ ਆ ਜੀ, ਸਰ ਪਲੀਜ਼ ਦੱਸੋਗੇ ਮੈਂ ਜੀ ਐਨ ਐਮ ਨਰਸਿੰਗ ਕੀਤੀ? ਮੇਰਾ ਕਹਿੰਦਾ ਗੁਰਪ੍ਰੀਤ ਜੀ ਮੈਂ ਜਵਾਬ ਦੇ ਚੁੱਕਾ ਜੀ. ਦਲਜੀਤ ਸੰਧੂ ਕਹਿੰਦੇ ਮੇਰੀ ਵਾਈਫ, ਸਰ ਮਾਈ ਵਾਈਫ ਹੈਵ ਟੂਰਿਸਟ ਵੀਜ਼ਾ ਆਫ ਆਸਟ੍ਰੇਲੀਆ 10 August 2018. We have 5.5 band qualification plus 2 2013. After that, we want to convert the visa from tourist to study visa in Australia. Is it possible? Can you help me? Which college or university? ਦਰਜੀਤ ਸਿੰਘ ਜੀ, ਜੇ ਮੈਂ ਤੁਹਾਡਾ ਕੇਸ ਜੋ ਤੁਸੀਂ ਲਿਖਿਆ ਹੈ ਤੇ ਜਿੰਨਾ ਕੁ ਮੇਰੀ ਯਾਦਾਸ਼ਤ ਹੈਗੀ ਹੈ, ਮੇਰਾ ਖਿਆਲ ਹੈ ਤੁਸੀਂ ਮੋਗੇ ਤੋਂ ਬਿਲੋਂਗ ਕਰਦੇ ਹੋ, ਤੇ ਜੇ ਉਹ ਤੁਸੀਂ ਉਹੀ ਵਾਲੇ ਸਾਡੇ ਕਲਾਇੰਟ ਹੈਗੇ ਹੋ ਤੇ ਯੈਸ, ਮੈਨੂੰ ਪਤਾ ਤੁਹਾਡੀ ਵਾਈਫ ਟੂਰਿਸਟ ਵੀਜ਼ਾ ਤੇ ਹੈ, ਤੁਹਾਨੂੰ ਉੱਥੇ ਕੋਈ ਵੀ ਕਾਲਜ ਲੈ ਲਓ, ਜੇ ਤੁਹਾਨੂੰ ਉੱਥੇ COE ਮਿਲਦੀ ਹੈ ਤੁਸੀਂ ਔਨਸ਼ੋਰ ਐਪਲੀਕੇਸ਼ਨ ਆਪਣੀ ਕਨਵਰਟ ਕਰ ਸਕਦੇ ਹੋ, ਕਿਉਂਕਿ ਪਹਿਲੇ ਟੂਰਿਸਟ ਵੀਜ਼ਾ ਦੇ ਉੱਤੇ ਲਿਖ ਕੇ ਆਉਂਦਾ ਸੀਗਾ ਕਿ ਵੀ ਤੁਸੀਂ ਅੱਗੇ ਫਰਦਰ ਸਟੇ ਨਹੀਂ ਕਰ ਸਕਦੇ ਜੇਕਰ ਉਹ ਵੀਜ਼ਾ ਚੈੱਕ ਕਰ ਲਓ, ਜੇਕਰ ਉਹ ਕੰਡੀਸ਼ਨ ਨਹੀਂ ਲੱਗੀ ਹੋਈ ਤੇ ਤੁਸੀਂ ਆਪਣਾ ਉੱਥੇ ਫਰਦਰ ਸਟੇ ਕਰ ਸਕਦੇ ਹੋ ਐਂਡ ਆਪਣਾ ਵੀਜ਼ਾ ਉੱਥੇ ਚੇਂਜ ਕਰਾ ਸਕਦੇ ਹੋ. ਕਿਰਨ ਜੀ ਕਹਿੰਦੇ ਆ, ਆਈ ਗੋਟ ਅ ਰਿਫਿਊਜ਼ਲ ਫਰੋਮ ਆਸਟ੍ਰੇਲੀਆ. ਦੈਟ ਟਾਈਮ ਦੇ ਰਿਫਿਊਜ਼ਲ ਰੀਜ਼ਨ ਇਜ਼ ਅਕੈਡਮਿਕ ਐਂਡ ਡਿਊ ਟੂ ਦਾ ਲੋਅਰ ਲੈਵਲ ਆਫ ਕੋਰਸ ਆਈ ਹੈਡ ਅਪਲਾਈਡ ਇਨ ਦਾ ਲੋਅਰ ਲੈਵਲ ਐਂਡ ਨਾਓ ਆਈ ਗੋਟ 5.5 ਬੈਂਡ. ਭਾਜੀ ਕਿਰਨ, ਜੇਕਰ ਇਫ ਯੂ ਨੀਡ ਦਾ ਰਾਈਟ ਗਾਈਡੈਂਸ, ਮੈਂ ਆਲਰੇਡੀ ਦੱਸ ਚੁੱਕਾ 5.5 ਬੈਂਡ ਦੇ ਨਾਲ ਇਟਸ ਅਗੇਨ ਅਨਦਰ ਟਰਾਈ, ਨਾਟ ਲਾਈਕ ਵੈਰੀ ਹਾਈ ਹੋਪਸ ਐਂਡ ਵੈਰੀ ਵੈਰੀ ਹੋਪਫੁਲ ਐਂਡ ਕੰਫੀਡੈਂਟ ਗੈਸ ਦੈਟ ਯੂ ਨੋ ਕਿ ਵੀ ਮੇਰੀ ਐਪਲੀਕੇਸ਼ਨ ਇਸ ਵਾਰ ਸਕਸੈਸਫੁਲ ਹੋਏਗੀ. ਇਟਸ ਜਸਟ ਐਨ ਅਗੇਨ ਅਨਦਰ ਟਰਾਈ ਅਨਦਰ ਡੇ, ਦੈਟਸ ਇਟ. ਹੁਣ ਜੇਕਰ ਤੁਸੀਂ 6 ਬੈਂਡ ਲੈਂਦੇ ਹੋ ਦੈਨ ਇਟਸ ਗੋਨਾ ਬੀ ਅ ਡਿਫਰੈਂਟ ਸਟੋਰੀ, ਇਟਸ ਗੋਨਾ ਬੀ ਅ ਚੇਂਜ ਆਫ ਸਰਕਮਸਟਾਂਸਸ. ਜੀ ਮੈਂ ਪਹਿਲੇ ਐਪਲੀਕੇਸ਼ਨ ਲਈ ਸੀ ਵਿਦ 5.5 ਬੈਂਡਸ, ਨਾਓ ਆਮ ਪੁਟਿੰਗ ਦਾ ਐਪਲੀਕੇਸ਼ਨ ਲੌਜਿੰਗ ਦਾ ਐਪਲੀਕੇਸ਼ਨ ਵਿਦ 6 ਬੈਂਡ, ਦੈਟ ਵਿਲ ਮੇਕ ਅ ਰੀਅਲ ਡਿਫਰੈਂਸ ਰਾਦਰ ਦੈਨ ਅਗੇਨ ਲੌਜਿੰਗ ਦਾ ਐਪਲੀਕੇਸ਼ਨ ਵਿਦ 5.5 ਬੈਂਡਸ. ਆਈ ਵਾਂਟ ਰਿਕਮੈਂਡ ਯੂ ਟੂ ਲੌਜ ਦਾ ਐਪਲੀਕੇਸ਼ਨ ਵਿਦ 5.5 ਬੈਂਡਸ. Then afterwards Pinky Sibbe ji kehnde, what about PR for Australia? So we have not started taking the application for the permanent residency of Australia, so haje si shuru nahi kiti hai, but online sari information available hai, tusi kithe vi ja kar ke apna point score calculate kar sakde ho. Baljinder Billing ji kehnde 5.5 band ne ਵੀਜ਼ਾ ਲੱਗ ਜੂ ਆਸਟ੍ਰੇਲੀਆ ਦਾ, ਭਾਜੀ 5.5 ਮਿੰਟ ਤੇ ਸਿਰਫ ਟਰਾਈ ਕਰ ਸਕਦੇ ਹੋ. ਅਗੇਨ ਅਨਦਰ ਚਾਂਸ, ਯੂ ਵਾਂਟ ਟੂ ਟੇਕ ਇਟ ਜਾਂ 6 ਬੈਂਡ ਕਰ ਦਿਓ, 6 ਬੈਂਡ ਦੇ ਉੱਤੇ ਰਿਜ਼ਲਟ ਸਕਸੈਸ ਰੇਟ ਬਹੁਤ ਸੋਹਣਾ ਹੈ. ਹੈਪੀ ਕੇ ਲੁਬਾਣਾ ਜੀ ਕਹਿੰਦੇ ਆ, ਜੀ ਮੇਰਾ ਸਲਮਾਨੀਆ ਯੂਰਪ ਦਾ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਸੀ ਕੰਸਲਟੈਂਟ ਤੋਂ, ਬਟ ਫਾਈਨਲ ਲੈਟਰ ਨਹੀਂ ਆ ਰਹੀ, ਕੀ ਕਰਨਾ ਚਾਹੀਦਾ? ਭਾਜੀ ਕਾਲਜ ਫੋਨ ਕਰਕੇ ਦੇਖ ਲਓ, ਤੁਹਾਡੇ ਕੋਲ ਆਫਰ ਲੈਟਰ ਹੋਏਗੀ, ਉਹਨਾਂ ਨੂੰ ਫੋਨ ਕਰਕੇ ਪੁੱਛ ਲਓ. ਆਫਰ ਲੈਟਰ ਦੇ ਉੱਤੇ ਟੈਲੀਫੋਨ ਨੰਬਰ ਹੈ, ਤੇ ਜੇ ਨਹੀਂ ਹੈ ਗੂਗਲ ਦੇ ਉੱਤੇ ਕਾਲਜ ਦਾ ਨਾਮ ਪਾਓ, ਉੱਥੇ ਟੈਲੀਫੋਨ ਨੰਬਰ ਆਏਗਾ, ਉਹਨਾਂ ਨੂੰ ਫੋਨ ਕਰੋ ਜੀ ਮੇਰਾ ਕਿਉਂ ਇੰਨਾ ਡਿਲੇ ਹੋ ਰਿਹਾ, ਵਟ ਇਜ਼ ਦਾ ਇਸ਼ੂ, ਵੇਅਰ ਦਾ ਥਿੰਗਸ ਹੈਵ ਬੀਨ ਸਟਕ. ਸੋ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦਿੰਦੇ. ਮੱਤੂ ਟਰੈਵਲਸ ਕਹਿੰਦੇ ਆ ਜੀ, ਸਰ ਮੇਰੀ ਵਾਈਫ ਨੇ ਐਮ ਕੌਮ ਕੀਤੀ ਹੈ, 6.5 ਬੈਂਡ ਹੈ, ਆਸਟ੍ਰੇਲੀਆ ਦਾ ਸਪਾਊਸ ਲੈਣਾ, ਓਵਰਆਲ ਕਿੰਨਾ ਖਰਚਾ ਆਜੇਗਾ? ਅਪਰੋਕਸੀਮੇਟਲੀ ਮੇਰਾ ਵੀ 6.5 ਬੈਂਡ ਹੈ. ਗੁੱਡ ਯੂਨੀਵਰਸਿਟੀ ਦੀ ਜਿਹੜੀ ਫੀਸ ਹੈ $25,000 ਤੋਂ $30,000 ਤੱਕ ਫੀਸ ਹੁੰਦੀ ਹੈ, ਸੋ ਅਪਰੋਕਸੀਮੇਟਲੀ ਲੱਗ ਜਾਂਦਾ 12.5-15 lakh ਰੁਪਏ ਤੱਕ ਤੁਹਾਡੀ ਸਾਲ ਦੀ ਫੀਸ ਹੁੰਦੀ ਹੈ. ਸੋ ਇਹ ਆਪਣਾ ਖਰਚਾ ਪਲੱਸ ਅੰਬੈਸੀ ਫੀਸਿਸ ਦਾ ਖਰਚਾ ਹੈ, ਇਹ ਚੀਜ਼ਾਂ ਕੈਲਕੂਲੇਟ ਤੁਸੀਂ ਕਰ ਸਕਦੇ ਹੋ. ਓਵਰਸੀਜ਼ ਹੈਲਥ ਕਵਰ ਜਾਣੀ ਹੁੰਦੀ ਹੈ 2 ਸਾਲਾਂ ਦੀ. ਗਰਜਾਪ ਲੁਬਾਣਾ ਜੀ ਕਹਿੰਦੇ ਜੀ, 6 ਬੈਂਡ ਆਫਟਰ ਬੀ ਫਾਰਮੇਸੀ, ਜੋ 6 ਬੈਂਡ ਬੀ ਫਾਰਮੇਸੀ ਤੋਂ ਬਾਅਦ ਜੀ ਜੀ ਸਦਕੇ ਅਪਲਾਈ ਕਰੋ. ਅਨੂ ਸ਼ਰਮਾ ਜੀ ਕਹਿੰਦੇ 2011 ਪਾਸ ਆਊਟ ਹੈ ਬੀ ਸੀ ਏ, 80% 2011 ਤੋਂ 17 ਦਾ ਵਰਕ ਐਕਸਪੀਰੀਅੰਸ ਹੈ. ਆਲ 7 ਬੈਂਡ, ਐਮ ਆਈ ਐਲੀਜੀਬਲ ਫੋਰ ਆਸਟ੍ਰੇਲੀਆ, ਮਾਸਟਰ ਇਨਫੋਰਮੇਸ਼ਨ ਟੈਕਨੋਲੋਜੀ ਪ੍ਰੋਫੈਸ਼ਨਲ. ਸੋ ਤੁਸੀਂ ਕੀਤੀ ਹੈ ਬੀ ਸੀ ਏ ਕੀਤੀ ਹੈ? ਹਾਂਜੀ ਬਿਲਕੁਲ ਕਰ ਸਕਦੇ ਹੋ ਜੀ, ਆਲ ਬਹੁਤ ਸੋਹਣੇ ਬੈਂਡ ਹੈ, ਨੋ ਕੁਸ਼ਚਨ ਆਸਕਡ, ਆਰਾਮ ਨਾਲ ਅਪਲਾਈ ਕਰੋ.
प्रिंस राजपूत जी कहते जी एम्बेसी च गई हुई है भी 2 वीक हो गए है ऊपर हो गया वीजा कदों तक आ जाएगा भाजी जसप्रीत गुड स्टे पॉजिटिव जो थोड़े माइंड चल रहा है तो एंड रिजल्ट वही मिलना है सो इफ यू आर पॉजिटिव यू हैव द गुड एनर्जी सो ऑफकोर्स मतलब वधिया तो जरा वह रिजल्ट मिलेगा उस महाराज अगर अरदास करो बाकी जो कर्मा च लिखे ना मेरे वीर को भोगना ही पैना मैं जे इतों दिया दाल फुलका लिखे इतने खाना पैना बाहर जाके लिखे तो बाहर जाके चुकना कोई दुनिया की ताकत नहीं रुक सकती जे नहीं लिखा तो कोई खवा नहीं सकता विक्की बंधन जी कहते हैं जी बीएससी नर्सिंग 2013 की थी वर्क एक्सपीरियंस टिल डेट आल 6 बैंड है 5 एक मॉड्यूल जो ऑस्ट्रेलिया से स्पाउस केस 5 जेकर तो आटे राइटिंग दे विच है असी केस नहीं ले सकते जेकर 5 रीडिंग च है मैंने होर बड़े एस्पेक्ट देखने पड़े हैं जलंधर ऑफिस जा करके जरा वह चेंज कर अपना जरा वह जलंधर ऑफिस जा करके विक्रम नू या पूरी टीम है उत्थे अपने डॉक्यूमेंट दिखा दो विक्रम जिहड़े कि मैनेजर है इत्थे जलंधर ऑफिस दे विच कल उन्हां दा विजिट है लुधियाना दे विच कल सारा दिन लुधियाना ऑफिस दे विच अवेलेबल है कोई भी बंदा परसनली मिल के विक्रम नू अपनी प्रोफाइल असैस कराना चाहुंदा है या मौके ते केस शुरू कराना चाहुंदा है कल लुधियाना ऑफिस दे विच भी मिलिया जा सकदा है लुधियाना ऑफिस दा एड्रेस है ग्रैंड वॉक मॉल है फिरोजपुर रोड ते उत्थे 6वें फ्लोर ते जा करके मिल सकती हूँ ईएसएस ग्लोबल का ऑफिसर आते जग्गा ढालीवाल जी कहते हैं जी व्हाट विल बी द चेंजेस इन द कैनेडियन रूल्स कैनेडियन रूल दे विच पई एसपीपी दे नाल नाल एक होर एसपीपी नो अबॉलिश करके एक होर कैटेगरी शुरू कर रहे जिस चोना ने कहा जी 6 बैंड इंच रखांगे साल दी एक दी फीस बच्चे नु देनी पौगी प्लस जीआईसी देना पड़ेगा बट ओवरनाइट एसपीपी नु बंद करके एसडीएस नहीं करेंगे ਇਹ ਨਾਲ ਦੇ ਨਾਲ ਪੈਨਲੀ ਇੱਕ 3 ਕੈਟਾਗਰੀ ਚੱਲਦੀ ਚੌਥੀ ਭੋਰਾ ਜੀ ਮੇਰਾ ਖਿਆਲ ਹੈ ਮੇਰੀ ਜੋ ਐਕਸਪੀਰੀਅੰਸ ਹੋ ਰਹੀ ਕਹਿੰਦਾ ਕਿ ਮਈ ਇਨਟੇਕ 'ਚ ਕੋਈ ਪ੍ਰੋਬਲਮ ਨਹੀਂ ਆਣੀ ਸਪਟੈਂਬਰ 'ਚ ਨਹੀਂ ਆਣੀ ਜਨਵਰੀ 2018-19 ਦਾ ਜਿਹੜਾ ਇਨਟੇਕ ਹੋਏਗਾ ਉਹਦੇ ਵਿੱਚ ਇਕੱਲਾ ਐਸ ਡੀ ਐਸ ਹੋਏਗਾ ਐਸ ਪੀ ਪੀ ਹੋਏਗਾ ਹੀ ਨਹੀਂ ਰਣਦੀਪ ਕੌਰ ਕਹਿੰਦੇ ਜੀ ਲੁਧਿਆਣਾ ਆਫਿਸ ਹਾਂਜੀ ਰਣਦੀਪ ਲੁਧਿਆਣਾ ਕੱਲ੍ਹ ਵਿਕਰਮ ਆ ਰਿਹਾ ਸੋ ਵਿਕਰਮ ਡਾਇਰੈਕਟਲੀ ਵਰਕ ਫੋਰ ਮੀ ਐਂਡ ਉੱਥੇ ਜਾ ਕਰਕੇ ਤੁਸੀਂ ਐਂਡ ਹੀ ਜਿਹੜਾ ਕਹਿ ਲਓ ਵੀ ਵਨ ਆਫ ਦ ਸੀਨੀਅਰ ਪਰਸਨ ਐਨ ਈ ਐਸ ਐਸ ਗਲੋਬਲ ਸੋ ਉੱਥੇ ਜਾ ਕਰਕੇ ਕੱਲ੍ਹ ਉਹਨਾਂ ਨੂੰ ਮਿਲ ਕਰਕੇ ਤੁਸੀਂ ਆਪਣੀ ਪ੍ਰੋਫਾਈਲ ਅਸੈਸ ਕਰਾ ਸਕਦੇ ਹੋ ਐਂਡ ਮੌਕੇ ਦੇ ਉੱਤੇ ਇਫ ਵੀ ਸੇ ਯੈਸ ਆਪਣੀ ਫਾਈਲ ਲਾਂਚ ਕਰਕੇ ਆਪਣਾ ਕੇਸ ਚਾਲੂ ਕਰਵਾ ਸਕਦੇ ਹੋ ਪ੍ਰਿੰਸ ਰਾਜਪੂਤ ਦਾ ਹੋ ਗਿਆ ਜੀ ਸੰਧੂ ਜਸ ਕਹਿੰਦੇ 75% ਹੈ ਜੀ ਬੀ ਸੀ ਏ 5.5 ਫਾਈਲ ਸਰ 5.5 ਵਾਲਾ ਅਗੇਨ ਉਹੀ ਵਾਲਾ ਆਂਸਰ ਹੈ ਜੀ ਮੇਰਾ ਟਰਾਈ ਕਰ ਸਕਦੇ ਹੋ ਆਸ਼ੂ ਲੋਹਨ ਜੀ ਕਹਿੰਦੇ ਜੀ भाई 2014 में 12th की है ऑस्ट्रेलिया का हो जाएगा बैंड 6 चाहिए भाई साहब आशु जी 6 बैंड लाओ देन विल बी एबल टू टेक केयर आपके क्वेश्चन सिद्धदेव ढिल्लो जी कहते मेरी कजन सिस्टर ने 12वीं नॉन मेडिकल की थी 70% 6 बैंड है कैनेडा में इनटेक हो जाएगा हाँ जी बिल्कुल हो सकता है जी चेतन देसाई कहते जी आई हैव कंप्लीटेड माय होटल मैनेजमेंट 2015 2 ईयर्स ऑफ द वर्क एक्सपीरियंस कैन आई अप्लाई फॉर कैनेडा एंड ऑस्ट्रेलिया फॉर स्टूडेंट वीजा व्हाट आर द रिक्वायरमेंट्स सो आई जस्ट नीड ऑल 6 बैंड्स चिंतन मैंने होर कुछ भी नहीं चाहिए यार गुमनाम सर ऑस्ट्रेलिया की फाइल लगी 38 दिन हो गए है अजे वीजा नहीं आया ओके जी कोई प्रॉब्लम नहीं है 45 डेज का टर्न अराउंड टाइम है किसी 10 दिन भी आ जाता है किसी का 2 महीने भी लगते हैं सो स्टे पॉजिटिव परमात्मा अगर अरदास करो कि जी वधिया वधिया रिजल्ट आवे एंड तुसी भी जाके ऑस्ट्रेलिया अपनी जाके जिंदगी एंड सक्सैस जर्नी शुरू करो ਮਾਂ ਨਵੀਤ ਸਿੰਘ ਕਹਿੰਦੇ ਜੀ ਸਰ ਮੈਂ ਇਨਟੇਕ ਦੇ ਆਫਰ ਲੈਟਰ ਕਦੋਂ ਸ਼ੁਰੂ ਹੋਣੇ ਆ ਕੇਪੀਯੂ ਯੂਨੀਵਰਸਿਟੀ ਦੇ ਆਲਰੇਡੀ ਸ਼ੁਰੂ ਹੋ ਚੁੱਕੇ ਆ ਜੀ ਅੱਜ 7 ਤਰੀਕ ਸੀ ਅੱਜ ਜਿੰਨੇ ਵੀ ਯੂਨੀਵਰਸਿਟੀ ਖੁੱਲੀਆਂ ਖੁੱਲ ਗਈਆਂ ਮੈਂ ਹੁਣ ਕੱਲ੍ਹ ਤੋਂ ਜਰਾ ਹੈਗਾ ਵਾ ਕਿ ਵੀ ਆਫਰ ਲੈਟਰਸ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਪਰਮੀਤ ਸਿੰਘ ਕਹਿੰਦੇ ਆ ਜੀ ਵੈਨ ਇਜ਼ ਯੋਰ ਚੰਡੀਗੜ੍ਹ ਵਿਜ਼ਿਟ ਸ਼ਡਿਊਲ ਪਰਮੀਤ ਮੈਂ ਚੰਡੀਗੜ੍ਹ ਕੱਲ੍ਹ ਔਰ ਪਰਸੋਂ 2 ਦਿਨ ਚੰਡੀਗੜ੍ਹ ਹੀ ਹਾਂ ਜੇਕਰ ਮੈਨੂੰ ਆ ਕਰਕੇ ਮਿਲਣਾ ਮਿਲ ਸਕਦੇ ਹੋ ਜੀ ਗੈਰੀ ਸੈਨੀ ਕਹਿੰਦੇ ਆ ਆਈ ਹੈਵ ਡਨ ਬੀਟੈਕ ਇਨ 2015 I got IELTS 6.5 overall, 5.5 reading, 5.5 writing, can I apply for Canada? Overall 6.5, haan ji bilkul kar sakde ho ji, tusi Gary ji. Amrit Sekhon ji kehnde Canada di IELTS requirement change ho rahi hai, te kadon da change ho rahi February ton, karde intake lai, kire intake vaste, so main dassiya. 2018 ਦੇ ਵਿੱਚ ਜਿਸ ਤਰੀਕੇ ਦੀਆਂ ਤੁਹਾਡੀਆਂ ਪ੍ਰੋਫਾਈਲਸ ਹੈ 6 ਬੈਂਡ ਓਵਰਆਲ ਹੈ ਨਹੀਂ 6 ਈਚ ਅਗੇ ਸਾਰਾ ਜਿਹੜਾ ਮਈ ਇਨਟੇਕ ਵਾਸਤੇ ਵੀ ਕੇਸਿਸ ਲੱਗਣਗੇ ਐਂਡ ਨਾਲ ਦੇ ਨਾਲ ਜਿਹੜਾ ਵਾ ਸਪਟੈਂਬਰ ਵਾਸਤੇ ਵੀ ਲੱਗਣਗੇ ਸੋ ਦੇਰ ਇਜ਼ ਨੋ ਇਸ਼ੂ ਐਟ ਆਲ ਕਿਉਂਕਿ ਐਲਓ ਇਜ਼ ਆਲਰੇਡੀ ਸਪਟੈਂਬਰ ਐਂਡ ਮਈ ਦੇ ਇਸ਼ੂ ਹੋ ਚੁੱਕੇ ਹੋਏ ਆ ਉਹ ਐਲਓ ਇਸ ਕਦੀ ਨਲ ਐਂਡ ਵਾਇਡ ਨਹੀਂ ਹੋਣਗੇ ਸੋ ਐਪਲੀਕੇਸ਼ਨ ਤੁਸੀਂ ਲਾਂਚ ਕਰੋ ਦੇਰ ਇਜ਼ ਨੋ ਇਸ਼ੂ ਐਟ ਆਲ ਜਿਹੜਾ ਹੈਗਾ ਵਾ ਕਿ ਵੀ ਫੁੱਲ ਫਲੈਜ 100% ਇੰਪਲੀਮੈਂਟੇਸ਼ਨ ਜਨਵਰੀ 2019 ਤੋਂ ਹੋ ਜਾਏਗੀ ਕਿਉਂਕਿ ਅਜੇ ਪੈਨਲ ਹੀ ਚੱਲਣਗੇ ਜਸਮੀਤ ਕੌਰ ਗਿੱਲ ਕਹਿੰਦੇ ਜੀ I have done BSc Nursing 2014, IELTS overall 6 band,
in 2017 can I apply for Australia? Haan ji, bilkul Australia se apply kar sakde ho ji. Anu Sharma kehnde hai, spouse case, can you apply for Deakin? Spouse case Deakin de vich, I doubt pa ji ki bhi niklega, kyunki GTE de vich high chances ki application reh jandiyan hain. Pavneet Sidhu ji kehnde minimum requirement for the Canada immigration 6 months. Ji Akash Singh kehnde I am also going to apply through ESS in 6 months approximately. I'm a big fan of yours, but want to discuss my find with only with you in ESS. So Akash, if you want to come and meet me, come to Jalandhar on 11th of January, Thursday. I'll be available. So hoor sare kaafi comments hai jinna de jawab aaj nahi de paunga kyunki samaj aa jaat nahi de reha. Already challengement ho gaye tuhade saare de roop nu only normally time 15 minute to 3 minute da hunda hai. So maafi chahna jinna de sawalan de jawab nahi de paya. Ikko cheez kahanga, ਜਿੰਨੇ ਵੀ ਬੰਦੇ ਬਾਹਰ ਜਾਣ ਦੀ ਗੱਲ ਕਰਦੇ ਆ ਜਾਂ ਲਾਈਫ ਦੇ ਵਿੱਚ ਸਕਸੈਸ ਦੀ ਕਾਮਯਾਬੀ ਦੀ ਆਪਣੇ ਅਰਦਾਸ ਕਰਦੇ ਆ ਜਾਂ ਸੁਪਨੇ ਲੈਂਦੇ ਆ, ਕੌਨਫੀਡੈਂਟ ਰਹੋ। ਜੇਕਰ ਤੁਹਾਡਾ ਕੌਨਫੀਡੈਂਸ ਹੀ ਤੁਹਾਡਾ ਸਭ ਤੋਂ ਵੱਡਾ ਟਾਇਰ, ਤੁਸੀਂ ਕੌਨਫੀਡੈਂਟ ਹੋ, ਗੱਲਾਂ ਸੁਣੀ ਚੱਲੋ, ਬਟ ਕਿਸੇ ਦੇ ਇਨਫਲੂਐਂਸ ਆ ਕਰਕੇ ਆਪਣੇ ਆਪ ਨੂੰ ਉਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਆਪਾਂ ਖਵਾ ਕੇ ਬੈਠ ਜਾਂਦੇ ਹਾਂ। ਦੂਸਰੇ ਬੰਦੇ ਦੀ ਕਾਮਯਾਬੀ ਨੂੰ ਵੇਖ ਕਰਕੇ ਆਪ ਕਦੀ ਵੀ ਨਾ ਸੜੋ, ਕਿਉਂਕਿ ਜਦੋਂ ਅਸੀਂ ਦੂਜੇ ਦੀ ਕਾਮਯਾਬੀ ਨੂੰ ਵੇਖ ਕਰਕੇ ਹਮੇਸ਼ਾ ਸੜਦੇ ਹੈਗੇ ਆ, ਤੇ ਸਾਡਾ 90% ਜਿਹੜਾ ਸਮਾਂ ਹੈਗਾ ਵਾ ਸਿਰਫ ਉਸ ਬੰਦੇ ਦੀ ਸੋਚ, ਉਸ ਬੰਦੇ ਬਾਰੇ ਗੱਲਾਂ ਕਰਨ ਦੇ ਵਿੱਚ ਨਿਕਲ ਜਾਂਦਾ ਹੈ, ਐਂਡ ਆਪਣੀ ਤਰੱਕੀ ਪਤਾ ਹੀ ਕਿਹੜੇ ਠੰਡੇ ਬਸਤੇ ਦੇ ਵਿੱਚ ਪੈ ਜਾਂਦੀ ਹੈ। ਕੌਨਫੀਡੈਂਸ ਰਹੋ, ਰੱਖੋ ਆਪਣੇ ਅੰਦਰ, ਐਂਡ ਪੋਜ਼ਿਟਿਵ ਥਿੰਕਿੰਗ ਦੇ ਨਾਲ ਰਹੋ। ਦੋ ਤਰੀਕੇ ਹੁੰਦੇ ਆ ਹਰ ਇੱਕ ਪਹਿਲੂ ਨੂੰ ਦੇਖਣ ਦੇ, ਚੰਗਾ ਔਰ ਮਾੜਾ। ਚੰਗੇ ਉਹਦੇ ਵਿੱਚ ਕਿਸੇ ਵੇਲੇ ਕੋਈ ਏਦਾਂ ਦੇ ਬੰਦੇ ਵੀ ਹੁੰਦੇ ਆ ਕਿ ਮਾੜੀ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਵੀ ਪੋਜ਼ਿਟਿਵ ਥਿੰਕਿੰਗ ਦੀ ਵਜ੍ਹਾ ਦੇ ਨਾਲ ਕਾਮਯਾਬੀ ਹਾਸਲ ਕਰ ਲੈਂਦੇ ਆ, ਉਹ 'ਚ ਵੀ ਓਪਰਚੁਨਿਟੀ ਕ੍ਰੀਏਟ ਕਰ ਲੈਂਦੇ ਆ। ਤੇ ਕਈ ਲੋਕ ਹੁੰਦੇ ਆ ਪੋਜ਼ਿਟਿਵ ਸਿਚੁਏਸ਼ਨ ਨੂੰ ਆਪਣੀ ਨੈਗੇਟਿਵ ਥਿੰਕਿੰਗ ਕਰਕੇ ਜਾਂ ਆਪਣਾ ਆਲਾ ਦੁਆਲਾ ਮਾੜਾ ਹੋਣ ਕਰਕੇ ਆਪਣੀ ਜਿਹੜੀ ਹੈਗੀ ਹੈ ਰਹਿੰਦੀ ਖੁੰਦੀ ਜਿਹੜੀ ਚੀਜ਼ ਮਿਲਣੀ, ਕਾਮਯਾਬੀ ਮਿਲਣੀ ਵੀ ਹੈ, ਉਹਨੂੰ ਵੀ ਖਤਮ ਕਰਕੇ ਬੈਠ ਜਾਂਦੇ। ਆਪਣਾ ਫਰੈਂਡ ਸਰਕਲ, ਆਪਣੇ ਦੋਸਤ, ਆਪਣੇ ਇਸ ਤਰੀਕੇ ਦਾ ਸਰਕਲ ਜ਼ਰੂਰ ਰੱਖੋ ਕਿ ਜਿਹੜੇ ਦੋ ਚਾਰ ਬੰਦੇ ਤੁਹਾਡੀ ਹਾਂ 'ਚ ਹਾਂ ਮਿਲਾਉਣ ਵਾਲੇ ਨਾ ਹੋਣ, ਤੁਹਾਨੂੰ ਕ੍ਰਿਟੀਸਾਈਜ਼ ਕਰਨ ਵਾਲੇ ਵੀ ਹੋਣ। ਦ ਮੋਰ ਜਿੰਨਾ ਲੋਕ ਜ਼ਿਆਦਾ ਤੁਹਾਨੂੰ ਕ੍ਰਿਟੀਸਾਈਜ਼ ਕਰਨਗੇ, ਮਤਲਬ ਤੁਸੀਂ ਉਨੀ ਹੀ ਜ਼ਿਆਦਾ ਤਰੱਕੀ ਕਰੋ। ਪੋਜ਼ਿਟਿਵਿਟੀ ਇਹ ਸਭ ਤੋਂ ਪਹਿਲਾ ਐਸਪੈਕਟ ਹੈ। ਜਿੰਨਾ ਤੁਸੀਂ ਪੋਜ਼ਿਟਿਵ ਰਹਿ ਕਰਕੇ ਆਪਣਾ ਸੋਚੋਗੇ, ਆਪਣਾ ਦਿਨ ਸ਼ੁਰੂਆਤ ਕਰੋਗੇ, ਐਂਡ ਆਪਣੇ ਇਰਾਦਿਆਂ ਦੇ ਉੱਤੇ ਅਟਲ ਰਹੋਗੇ, ਤੁਹਾਨੂੰ ਕਾਮਯਾਬੀ ਮਿਲੇਗੀ। ਮੁਸ਼ਕਲਾਂ ਆਉਂਦੀਆਂ ਹੀ ਆਉਂਦੀਆਂ ਵਾ, ਤੁਸੀਂ ਲਾਈਫ 'ਚ ਕੁਛ ਵੀ ਕਰ ਲਓ, ਬਚਪਨ ਤੋਂ ਲੈ ਕਰਕੇ ਅੱਜ ਤੱਕ ਕੋਈ ਵੀ ਸਮਾਂ ਦੇਖ ਲਓ। ਬਚਪਨ 'ਚ ਸਾਨੂੰ ਸਾਰਿਆਂ ਨੂੰ ਤਕਲੀਫ ਹੁੰਦੀ ਸੀ, ਸੈਟਰਡੇ ਕਦੋਂ ਆਊਗਾ ਯਾਰ, ਰੋਜ਼ ਸਕੂਲੇ ਜਾਣਾ ਪੈਂਦਾ ਵਾ, ਤੇ ਅੱਜ ਬੈਠ ਕਰਕੇ ਅਸੀਂ ਪਿੱਛੇ ਮੁੜ ਕੇ ਤੱਕ ਕੇ ਵੇਖ ਕੇ ਕਹਿੰਦੇ ਹਾਂ ਯਾਰ ਸਕੂਲ ਵਾਲੇ ਦਿਨ ਕਿੰਨੇ ਵਧੀਆ ਸੀ। ਸੋ ਕਿਤੇ ਵੀ ਕੋਈ ਕਹਿ ਲਓ ਕਿ ਵੀ ਜੋ ਸਮਾਂ ਅੱਜ ਤੁਹਾਡੇ ਕੋਲ ਚੱਲ ਰਿਹਾ ਨਾ, ਸਿਰਫ ਉਹਦੇ ਉੱਤੇ ਰਹੋ, ਪੋਜ਼ਿਟਿਵ ਥਿੰਕਿੰਗ ਰੱਖੋ। ਕੰਪਲੇਂਟਸ ਆਉਂਦੀਆਂ ਹੀ ਰਹਿਣੀਆਂ, ਕੰਪਲੇਂਟ ਦਿਮਾਗ ਤੋਂ ਬੰਦ ਕਦੀ ਨਹੀਂ ਹੋ ਸਕਦੀਆਂ, ਉਹ ਚਲਦੀਆਂ ਰਹਿਣੀਆਂ, ਉਹ ਦੌਰ ਹੈਗਾ, ਹਿਊਮਨ ਨੇਚਰ ਹੈਗੀ, ਬਟ ਪੋਜ਼ਿਟਿਵਿਟੀ ਹੈ। ਦੂਜਿਆਂ ਨੂੰ ਵੇਖ ਕੇ ਦੋ ਤਰੀਕੇ ਹੁੰਦੇ ਆ। ਮੈਂ ਇੱਕ ਜਗ੍ਹਾ ਪੜ੍ਹਿਆ ਸੀ, ਕਹਿੰਦੇ ਜੀ ਇੱਕ ਬੰਦਾ, ਤੁਸੀਂ ਦੋ ਦੋਸਤ ਇਕੱਠੇ ਕੰਮ ਕਰ ਰਹੇ ਹੋ, ਤਰੱਕੀ ਕਰ ਲੈਂਦਾ ਵਾ ਇੱਕ ਬੰਦਾ, ਇੱਕ ਕਹਿੰਦੇ ਨਾ ਦੇਰ ਇਜ਼ ਅ ਵੈਰੀ ਥਿਨ ਲਾਈਨ ਬਿਟਵੀਨ ਇੰਸਪੀਰੇਸ਼ਨ ਐਂਡ ਜੈਲਸੀ। ਇੱਕ ਬੰਦਾ ਤੁਹਾਡੇ ਤੋਂ ਜ਼ਿਆਦਾ ਤਰੱਕੀ ਕਰ ਗਿਆ ਜਾਂ ਤੁਹਾਡੇ ਤੋਂ ਬਾਹਰ ਲੰਘ ਗਿਆ, ਤੁਹਾਡੇ ਕੋਲ ਇੱਕ ਰਸਤਾ ਹੈਗਾ, ਤੁਸੀਂ ਉਹ ਤੋਂ ਜੈਲਸ ਕਰਦੇ ਰਹਿਣਾ ਵਾ, ਨੈਗੇਟਿਵ ਹੋ ਜਾਣਾ ਡੇ ਬਾਏ ਡੇ। ਐਂਡ ਦੂਸਰਾ ਤਰੀਕਾ ਕਿ ਵੀ ਬੰਦਾ ਤੁਹਾਡੇ ਤੋਂ ਬਾਅਦ ਚੋਂ ਆ ਕੇ ਜ਼ਿਆਦਾ ਤਰੱਕੀ ਕਰ ਗਿਆ, ਵੈਰੀ ਗੁੱਡ ਯਾਰ, ਉਹ ਤੋਂ ਕੁਛ ਸਿੱਖ ਲਓ, ਉਹ ਤੁਹਾਡੇ ਵਾਸਤੇ ਇੰਸਪੀਰੇਸ਼ਨ ਬਣ ਜਾਂਦਾ, ਤੇ ਤੁਸੀਂ ਵੀ ਅੱਗੇ ਤਰੱਕੀ ਦੇ ਰਾਹ ਤੇ ਨਿਕਲਦੇ। ਜਿਹੜਾ ਬੰਦਾ ਤੁਹਾਡਾ ਬਹੁਤ ਜ਼ਿਆਦਾ ਟਾਈਮ ਖਰਾਬ ਕਰਦਾ ਹੈ, ਉਹਨੂੰ ਆਪਣੀ ਜ਼ਿੰਦਗੀ 'ਚੋਂ ਡਿਲੀਟ ਕਰ ਦਿਓ ਵੀ ਭਾਈ ਮੈਨੂੰ ਨੈਗੇਟਿਵ ਥਿੰਕਿੰਗ ਨਹੀਂ ਚਾਹੀਦੀ। ਜਿਹੜਾ ਬੰਦਾ ਮੈਨੂੰ ਪੋਜ਼ਿਟਿਵ ਕਰ ਸਕਦਾ, ਮੈਂ ਉਹਦੀਆਂ ਗੱਲਾਂ ਵੱਲ ਦੇਖਾਂਗਾ। ਦੈਨ ਅਗੇਨ ਸੁਣੋ ਸਾਰਿਆਂ ਦੀ, ਕਰੋ ਆਪਣੀ। ਸੋ ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ। ਫਿਰ ਦੁਬਾਰਾ ਲਾਈਵ ਹੋਵਾਂਗਾ ਥੋੜ੍ਹੇ ਦਿਨਾਂ 'ਚ, ਤੁਹਾਡੇ ਸਾਰਿਆਂ ਦੇ ਰੂਬਰੂ ਹੋਊਂਗਾ, ਨਵੀਆਂ ਗੱਲਾਂ ਲੈ ਕਰਕੇ, ਨਵੇਂ ਤੁਹਾਡੇ ਸਵਾਲਾਂ ਦੇ ਲੈ ਕਰਕੇ। ਐਨ ਇੱਕ ਬੰਦੇ ਨੇ ਕਿਹਾ ਸੀ ਜੀ ਤੁਸੀਂ ਕਹਿੰਦੇ ਕੁਛ ਉਹ ਕਰਦੇ, ਉਹ ਤੁਹਾਡਾ ਸਟਾਫ ਕੁਛ ਕਹਿੰਦਾ, ਮੈਂ ਪਲੀਜ਼ ਤੁਹਾਡੇ ਈਮੇਲ ਦੀ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ ਕਿ ਵੀ ਤੁਸੀਂ ਮੈਨੂੰ ਈਮੇਲ ਸਾਰੀ ਡਿਟੇਲ ਲਿਖ ਕੇ ਦੱਸੋ ਕਿ ਮੇਰੇ ਟੀਮ ਮੈਂਬਰਸ ਨੇ ਤੁਹਾਨੂੰ ਕਿਹਾ, ਜੋ ਮੈਂ ਤੁਹਾਨੂੰ ਕਿਹਾ ਸੀ ਇੱਥੇ ਫੇਸਬੁੱਕ 'ਤੇ। ਸੋ ਮੇਰੇ ਵਿੱਚ ਜੇਕਰ ਕੋਈ ਕਮੀ ਹੈ, ਮੈਂ ਡੈਫੀਨੇਟਲੀ ਆਪਣੀ ਟੀਮ ਦੇ ਵਿੱਚ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗਾ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਮੰਗਲਵਾਰ ਜਿਹੜੇ ਬੰਦਿਆਂ ਨੂੰ ਲੱਗਦਾ ਹੈ ਕਿ ਜੀ ਕੇਸ ਅਪਲਾਈ ਕਰਨਾ ਚਾਹੀਦਾ ਹੈ ESS ਗਲੋਬਲ, ਕੋਈ ਇਮੀਡੀਏਟਲੀ ਜਾ ਕੇ ਕੇਸ ਅਪਲਾਈ ਕਰੋ, ਕਿਉਂਕਿ ਬਾਹਰ ਜਾਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਮਨ 'ਚ ਇੱਕੋ ਡਰ ਪੈਦਾ ਹੁੰਦਾ, ਮੇਰਾ ਪੈਸਾ ਖਰਾਬ ਨਾ ਹੋ ਜੇ, ਜਦੋਂ ਪੈਸਾ ਦੇਣਾ ਹੀ ਨਹੀਂ ਤਾਂ ਖਰਾਬ ਕਿੱਥੋਂ ਹੋ ਜਾਏਗਾ। ਸੋ ਇਸ ਕਰਕੇ ਪੋਜ਼ਿਟਿਵ ਰਹਿ ਕਰਕੇ ਸਵੇਰੇ ਆਪਣਾ ਜਿਹੜਾ ਵਾ ਜਾ ਕਰਕੇ ਕੇਸ ਅਪਲਾਈ ਕਰੋ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ।